ਦੋਸਤੋ ਸਤਿ ਸ਼੍ਰੀ ਅਕਾਲ ਮੈਂ ਸਤਵਿੰਦਰ ਸਿੰਘ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਵਿਚਾਰ ਵਟਾਂਦਰਾ ਪ੍ਰੋਗਰਾਮ ਵਿਚਾਰ ਵਟਾਂਦਰਾ ਦੇ ਤਹਿਤ ਅਸੀਂ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਜਿਹੜੀ ਹੈ ਤੁਹਾਡੀ ਗੱਲਬਾਤ ਕਰਵਾਉਂਦੇ ਹਾਂ ਉਹਨਾਂ ਐਕਸਪਰਟਸ ਦੇ ਨਾਲ ਜਿਨ੍ਹਾਂ ਨੂੰ ਇਸ ਵਿਸ਼ੇ ਦੀ ਜਾਣਕਾਰੀ ਹੁੰਦੀ ਹੈ ਅੱਜ ਬੜਾ ਵਧੀਆ ਸਬੱਬ ਬਣਿਆ ਕਿ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਕੈਲਗਰੀ ਦੇ ਵਿੱਚ ਆਏ ਹੋਏ ਹਨ ਔਰ ਹਰਜਿੰਦਰ ਸਿੰਘ ਦਿਲਗੀਰ ਹੋਣਾਂ ਬਾਰੇ ਜੇ ਮੈਂ ਗੱਲ ਕਰਾਂ ਤਾਂ ਇਹਨਾਂ ਨੇ ਇਤਿਹਾਸ ਦੇ ਪੰਨਿਆਂ ਨੂੰ ਬਹੁਤ ਫਰੋਲਿਆ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੇ ਜਿਹੜੇ ਇਤਿਹਾਸ ਦੇ ਪੰਨਿਆਂ ਨੂੰ ਫਰੋਲਿਆ ਉਹਨਾਂ ਦੇ ਸੰਦਰਭ ਦੇ ਵਿੱਚ ਅਸੀਂ ਇਹਨਾਂ ਕੋਲੋਂ ਜਾਣਕਾਰੀ ਲਈਏ ਕਿ ਸਿੱਖ ਧਰਮ ਨੇ ਕਿਸ ਤਰ੍ਹਾਂ ਦੀ ਜਿਹੜੀ ਹੈ ਆਪਣਾ ਇਹ ਸਫ਼ਰ ਤੈਅ ਕੀਤਾ ਹੈ ਇਤਿਹਾਸ ਦੇ ਵਿੱਚ। ਸਰਦਾਰ ਰਜਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਸਰ। ਅਤੇ ਜਿਵੇਂ ਮੈਂ ਗੱਲ ਕੀਤੀ ਹੈ ਆਪਣੇ ਦਰਸ਼ਕਾਂ ਦੇ ਨਾਲ ਦੱਸਿਆ ਉਹਨਾਂ ਨੂੰ ਤੁਹਾਡੇ ਬਾਰੇ ਤੁਹਾਡਾ ਅਗਰ ਬਾਇਓਡਾਟਾ ਪੜ੍ਹਨਾ ਹੋਏ ਤਾਂ ਮੈਨੂੰ ਲੱਗਦਾ ਵੀ ਪ੍ਰੋਗਰਾਮ ਉਹਦੇ ਵਿੱਚ ਹੀ ਨਿਕਲ ਜਾਣਾ ਹੈਗਾ। ਮੈਨੂੰ ਪਤਾ ਤੁਸੀਂ 50 ਤੋਂ ਜ਼ਿਆਦੀਆਂ ਜਿਹੜੀਆਂ ਕਿਤਾਬਾਂ ਲਿਖੀਆਂ ਬਹੁਤ ਸਾਰਾ ਇਤਿਹਾਸ ਦੇ ਬਾਰੇ ਜਿਹੜਾ ਹੈ ਪੜ੍ਹਿਆ ਵੀ ਹੈ ਲੋਕਾਂ ਨੂੰ ਉਹਦੇ ਪ੍ਰਤੀ ਜਿਹੜਾ ਦੱਸਿਆ ਵੀ ਹੈ ਔਰ ਮੇਰਾ ਵੀ ਇਹ ਮੰਨਣਾ ਹੁੰਦਾ ਕਿ ਉਹ ਹੀ ਪੜ੍ਹਿਆ ਹੁੰਦਾ ਜਿਹੜਾ ਅਸੀਂ ਦੂਸਰਿਆਂ ਦੇ ਨਾਲ ਸਾਂਝਾ ਕਰਦੇ ਹਾਂ। ਬਿਲਕੁਲ ਠੀਕ। ਅਤੇ ਇਹ ਜਿਹੜਾ ਤੁਸੀਂ ਇਤਿਹਾਸ ਨੂੰ ਘੋਖਿਆ ਸਾਰਾ ਸਿੱਖ ਇਤਿਹਾਸ ਨੂੰ ਤੁਸੀਂ ਵਾਚਿਆ ਵੇਖਿਆ ਪੜ੍ਹਿਆ ਹੈਗਾ ਉਹਦੇ ਸੰਦਰਭ ਦੇ ਵਿੱਚ ਮੈਂ ਕੁਛ ਵਿਸ਼ਿਆਂ ਦੇ ਉੱਤੇ ਜਿਹੜੀ ਹੈ ਥੋੜ੍ਹੀ ਥੋੜ੍ਹੀ ਜਾਣਕਾਰੀ ਲੈਣੀ ਚਾਹਾਂਗਾ ਤੁਹਾਡੇ ਕੋਲੋਂ। ਜ਼ਰੂਰ। ਕਿ ਜਿਵੇਂ ਜੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਅਤੇ ਤੁਸੀਂ 1469 ਤੋਂ ਲੈ ਕੇ ਜਿਹੜਾ ਹੈ ਸਿੱਖ ਇਤਿਹਾਸ ਨੂੰ ਫਰੋਲਿਆ ਅਤੇ ਅੱਜ ਤੱਕ ਦਾ ਜਿਹੜਾ ਹੈ ਸਿੱਖ ਤੁਸੀਂ ਆਪ ਆਪਣੀ ਅੱਖੀਂ ਵੇਖਿਆ ਹੰਢਾਇਆ ਹੈ ਤੁਹਾਨੂੰ ਕੀ ਲੱਗਦਾ ਕਿ ਸਿੱਖੀ ਨੇ ਤਰੱਕੀ ਕੀਤੀ ਹੈ ਕਿ ਜਾਂ ਕਿਤੇ ਕਮੀਆਂ ਪੇਸ਼ੀਆਂ ਵਿੱਚ ਹੋਰ ਐਡ ਹੋ ਗਈਆਂ? ਦੇਖੋ ਦੋ ਤਰ੍ਹਾਂ ਦੇ ਨਾਲ ਆਪਾਂ ਇਸ ਮਸਲੇ ਨੂੰ ਲੈ ਸਕਦੇ ਹਾਂ। ਜੇ ਤਾਂ ਆਪਾਂ ਦੇਖੀਏ ਵੀ ਸਿੱਖਾਂ ਦੀ ਗਿਣਤੀ ਦੇ ਵੱਲੋਂ ਆਬਾਦੀ ਵਧੀ ਹੈ ਸਿੱਖਾਂ ਦੀ, ਸਿੱਖਾਂ 'ਚ ਅਮੀਰੀ ਵਧੀ ਹੈ, ਸਿੱਖ ਐਸਟੈਬਲਿਸ਼ ਹੋਏ ਨੇ, ਹਰ ਖੇਤਰ ਵਿੱਚ ਸਿੱਖ ਛਾ ਗਏ ਨੇ, ਸਿਰਫ ਪੰਜਾਬ ਹੀ ਨਹੀਂ ਭਾਰਤ ਦੇ ਬਾਕੀ ਹਿੱਸਿਆਂ ਵਿੱਚ, ਵਿਦੇਸ਼ਾਂ ਵਿੱਚ ਔਰ ਐਜੂਕੇਸ਼ਨ ਦੇ ਫੀਲਡ ਵਿੱਚ, ਸਿਆਸੀ ਫੀਲਡ ਵਿੱਚ, ਬਿਜ਼ਨਸ ਦੇ ਫੀਲਡ ਵਿੱਚ, ਦੇਖੋ ਸਿੱਖਾਂ ਨੇ ਹਰ ਪਾਸੇ ਮੱਲਾਂ ਮਾਰੀਆਂ ਨੇ। ਤੋ ਇੱਕ ਇਸ ਪੱਖ ਤੋਂ ਤਰੱਕੀ ਕੀਤੀ ਹੈ। ਬਾਕੀ ਜਿੱਥੋਂ ਤੱਕ ਕਦਰਾਂ ਕੀਮਤਾਂ ਨੇ ਸਾਡੀਆਂ ਜਿਹੀਆਂ ਐਥੀਕਲ ਵੈਲਿਊਜ਼ ਨੇ, ਇਖਲਾਕੀ ਕਦਰਾਂ ਕੀਮਤਾਂ ਨੇ, ਜੋ ਸਾਡੀ 'ਚ ਰੂਹਾਨੀਅਤ ਹੈ ਉਹਦੇ 'ਚ ਯਕੀਨਨ ਕਮੀ ਆਈ ਹੈ। ਕੀ ਕਮੀ ਆਈ ਹੈਗੀ? ਮਤਲਬ ਉਦੋਂ ਵੀ ਸਿੱਖ ਧਰਮ ਦੀ ਜੇ ਆਪਾਂ ਗੱਲ ਕਰੀਏ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹੋਏ, ਬਾਣੀ ਦੇ ਨਾਲ ਜੁੜੇ ਹੋਏ ਨੇ, ਉਦੋਂ ਵੀ ਬਾਣੀ ਪੜ੍ਹਨ ਦਾ ਜਿਹੜਾ ਹੈ, ਕਿਰਤ ਕਰਨ ਦਾ, ਵੰਡ ਕੇ ਛਕਣ ਦਾ ਜਿਹੜਾ ਸੰਦੇਸ਼ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਨੇ, ਅੱਜ ਵੀ ਅਸੀਂ ਜਿਹੜਾ ਹੈ ਉਹੀ ਜਿਹੜੇ ਹੈ ਨੇ ਪ੍ਰਿੰਸੀਪਲ ਨੂੰ ਇਹ ਅਡਾਪਟ ਕੀਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਹੜੀਆਂ ਚੀਜ਼ਾਂ ਆ ਗਈਆਂ ਜਿਹਦੇ ਨਾਲ ਆਪਾਂ ਲੱਗਦਾ ਕਿ ਇਖਲਾਕੀ ਤੌਰ 'ਤੇ ਅਸੀਂ ਪਛੜ ਗਏ ਹੈਗੇ ਹਾਂ ਜਾਂ ਕਮੀਆਂ ਆਈਆਂ? ਦੇਖੋ ਜਦੋਂ ਦੁਨੀਆਂ ਵਿੱਚ ਮਾਇਕੀ ਕਦਰਾਂ ਕੀਮਤਾਂ ਵਧਦੀਆਂ ਨੇ, ਲੋਕਾਂ ਵਿੱਚ ਭੱਜ ਦੌੜ ਸ਼ੁਰੂ ਹੋ ਜਾਂਦੀ ਵੀ ਅਮੀਰ ਹੋਣ ਦੀ, ਇੱਕ ਤੋਂ ਅੱਗੇ ਨਿਕਲਣ ਦੀ, ਆਪਣਾ ਸੋਸ਼ਲ ਅਤੇ ਇਕਨੋਮਿਕ ਸਟੇਟਸ ਵੱਡਾ ਕਰਨ ਦੀ, ਅਤੇ ਕਈ ਵਾਰੀ ਹੁੰਦਾ ਵੀ ਜਦੋਂ ਅਸੀਂ ਇਹ ਇਸ ਪਾਸੇ ਤੁਰਨਾ ਚਾਹੁੰਦੇ ਹਾਂ ਤਾਂ ਸਾਨੂੰ ਗੈਰ ਕਾਨੂੰਨੀ ਤਰੀਕੇ ਵਰਤਣੇ ਪੈਂਦੇ ਆ, ਗੈਰ ਇਖਲਾਕੀ ਤਰੀਕੇ ਵਰਤਣੇ ਪੈਂਦੇ ਆ, ਕੋਈ ਬੇਈਮਾਨੀਆਂ ਕਰਨੀਆਂ ਪੈਂਦੀਆਂ ਹੈ। ਸਿੱਖੀ ਦਾ ਬੇਸਿਕ ਸਿਧਾਂਤ ਹੈ ਵੀ ਕਿਰਤ ਕਰਨਾ ਅਤੇ ਵੰਡ ਛਕਣਾ, ਨੇਕ ਕਮਾਈ ਕਰਨੀ, ਇਹ ਸਟਾਰਟ ਹੈ। ਅਸੀਂ ਉਸ ਸਟਾਰਟ ਤੋਂ ਹੀ ਖੁੰਝ ਆਈਏ ਜੇਕਰ ਕਮਾਈ ਕਰਨਗੇ, ਬੇਈਮਾਨੀ ਕਰਨ ਲੱਗ ਪਈਏ, ਕਰਪਸ਼ਨ ਕਰਨ ਲੱਗ ਪਈਏ, ਡਰੱਗਸ ਵੇਚਣ ਲੱਗ ਪਈਏ ਜਾਂ ਹੋਰ ਕਿਸੇ ਗੈਰ ਕਾਨੂੰਨੀ ਤਰੀਕੇ ਨਾਲ ਕਮਾਈ ਕਰਨ ਲੱਗ ਪਈਏ, ਧੋਖਾ ਕਰਨ ਲੱਗ ਪਈਏ, ਡਾਕੇ ਮਾਰਨ ਲੱਗ ਪਈਏ, ਕਿਸੇ ਦਾ ਹੱਕ ਮਾਰਨ ਲੱਗ ਪਈਏ, ਇਸ ਪੱਖ ਨਾਲ ਤੋਂ ਅਸੀਂ ਬਹੁਤ ਪਿੱਛੇ ਜਾ ਰਹੇ ਹਾਂ। ਕੋਈ ਜ਼ਮਾਨਾ ਸੀ ਕਿਹਾ ਜਾਂਦਾ ਸੀ ਵੀ ਸਿੱਖ ਇੱਕ ਸਿੰਬਲ ਹੈ ਸੱਚ ਬੋਲਣ ਦਾ, ਅਦਾਲਤਾਂ ਵਿੱਚ ਇੱਕ ਸਿੱਖ ਦੀ ਗਵਾਹੀ ਹੋ ਜਾਏ ਅਤੇ 10 ਗਵਾਹੀਆਂ ਹੋਰ ਹੋਣ ਅਤੇ ਸਿੱਖ ਦੀ ਗਵਾਹੀ ਮੰਨੀ ਜਾਂਦੀ ਸੀ। ਕਿਸੇ ਨੂੰ ਸਿੱਖ ਦੇ ਕੋਲ ਖੜ੍ਹਾ ਕਰ ਦਿਓ ਵੀ ਇਹ ਬੰਦਾ ਜਿਹੜਾ ਇੱਥੇ ਤੁਹਾਨੂੰ ਸਿਕਿਉਰਿਟੀ ਹੈ, ਹਿਫਾਜ਼ਤ ਹੈ, ਕੋਈ ਖਤਰਾ ਨਹੀਂ ਹੈ। ਇਹ ਮੰਨਿਆ ਜਾਂਦਾ ਸੀ ਵੀ ਜਿੱਥੇ ਸਿੱਖ ਖੜ੍ਹਾ ਹੈ ਨਾ ਉੱਥੇ ਕਿਸੇ ਨੂੰ ਖਤਰਾ ਨਹੀਂ ਹੈ। ਇਹ ਮੰਨਿਆ ਜਾਂਦਾ ਸੀ ਵੀ ਜਿੱਥੇ ਕਿਸੇ ਨੂੰ ਆਪਣੇ ਹੱਕਾਂ ਦੇ ਵਾਸਤੇ ਜੂਝਣ ਦੇ ਵਾਸਤੇ ਕੋਈ ਹਿਮਾਇਤ ਦੀ ਲੋੜ ਪਵੇਗੀ ਤਾਂ ਸਿੱਖ ਸਭ ਤੋਂ ਅੱਗੇ ਖੜ੍ਹਾ ਹੋਏਗਾ। ਗੁਰੂ ਤੇਗ ਬਹਾਦਰ ਸਾਹਿਬ ਦੀ ਐਗਜ਼ੈਂਪਲ ਦੇ ਜਿਸ ਤਰ੍ਹਾਂ ਉਹ ਗੱਲਾਂ ਜਿਹੜੀਆਂ ਨੇ ਉੱਥੋਂ ਸਿੱਖ ਕਾਫ਼ੀ ਪਿੱਛੇ ਹਟੇ ਨੇ। ਇਸ ਕਰਕੇ ਹਟੇ ਨੇ ਕਿ ਜਿਹੜੀ ਸਾਡੀ ਮਾਇਕੀ ਦੌੜ ਹੈ ਨਾ ਉਹ ਬਹੁਤ ਜ਼ਿਆਦਾ ਵੱਧ ਗਈ ਹੈ। ਮਾਇਆ ਨੂੰ ਸਿੱਖ ਫਿਲਾਸਫੀ ਵਿੱਚ ਨਿਖਿਧ ਕਿਹਾ ਗਿਆ, ਨੁਕਸਾਨ ਦੇ ਕਿਹਾ ਗਿਆ, ਇਹ ਮੁਕਤੀ ਦੇ ਰਸਤੇ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਕਿਹਾ ਗਿਆ, ਅਤੇ ਅੱਜ ਉਸ ਦੀ ਅਟਰੈਕਸ਼ਨ ਜਿਹੜੀ ਹੈ, ਉਹਦੀ ਖਿੱਚ ਹੈ, ਉਸ ਨੇ ਬਹੁਤ ਵੱਡਾ ਨੁਕਸਾਨ ਕੀਤਾ। ਠੀਕ ਹੈ।
ਇਹ ਜਿਵੇਂ ਆਪਾਂ ਗੱਲ ਕਰਦੇ ਕਿ ਜਿਵੇਂ ਸਿੱਖ ਨੇਕ ਕਮਾਈ ਦੀ ਆਪਾਂ ਗੱਲ ਕੀਤੀ ਹੈ ਵੀ ਉਹ ਤਾਂ ਕਿਸੇ ਪਰਾਏ ਧਨ ਨੂੰ ਵੀ ਜਿਹੜਾ ਹੈਗਾ ਵੀ ਹਰਾਮ ਹੀ ਸਮਝਦਾ ਸੀ ਜਾਂ ਸਮਝਦਾ ਹੈ ਜਾਂ ਫਿਲੋਸਫੀ ਸਾਨੂੰ ਇਹ ਸਿਖਾਉਂਦੀ ਹੈਗੀ ਪਰ ਤੁਸੀਂ ਦੱਸਿਆ ਕਿ ਜਿਵੇਂ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਵੀ ਬੜਾ ਦੁੱਖ ਹੁੰਦਾ ਜਦੋਂ ਇਹ ਖਬਰਾਂ ਸਾਹਮਣੇ ਆਉਂਦੀਆਂ ਕਿ ਇੰਨੇ ਜਿਹੜੇ ਹਨ ਉਹ ਸਿੱਖਾਂ ਦੇ ਜਿਹੜੇ ਬਿਜ਼ਨਸ ਸੀ ਉਹ ਡਰੱਗ ਵੇਚਦੇ ਜਿਹੜੇ ਆ ਵਿਦੇਸ਼ਾਂ ਦੇ ਵਿੱਚ ਵੀ ਜਦੋਂ ਫੜੇ ਜਾਂਦੇ ਹਨ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆ ਜਾਂਦੀਆਂ ਹੈਗੀਆਂ ਪਰ ਮੈਂ ਇਹ ਦੇਖਿਆ ਹੈਗਾ ਕਿ ਇਹ ਜਿਹੜੇ ਸਿੱਖ ਹੈਗੇ ਨੇ ਇਹਨਾਂ ਦੀ ਜਿਹੜੀ ਸੋਚ ਹੈਗੀ ਹੈ ਇਹ ਤੰਗ ਹੋਈ ਹੈ ਕਿ ਜਾਂ ਖੁੱਲ੍ਹਦਲੇ ਹੋਏ ਨੇ ਜਿਵੇਂ ਆਪਾਂ ਜਿਵੇਂ ਗੱਲ ਕਰੀਏ ਕਿ ਬਹੁਤੀ ਤਾਂ ਆਪਾਂ ਕਈ ਵਾਰ ਕਹਿੰਦੇ ਕਿ ਸਿੱਖ ਯਾਰ ਬੜੇ ਨਾ ਕੱਟੜ ਹੋ ਗਏ ਆ ਸਿੱਖੀ ਜਿਹੜੀ ਕੱਟੜਤਾ ਜਿਹੜੀ ਹੋ ਗਈ ਆ ਪਰ ਮੈਨੂੰ ਤਾਂ ਲੱਗਦਾ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਇਹ ਆਪ ਹੀ ਦਰਵਾਜ਼ੇ ਖੋਲ੍ਹ ਕੇ ਦੇ ਦਿੱਤੇ ਅੱਜ ਜਿਹੜਾ ਹੈਗਾ ਸ਼ਰਾਬ ਜਿਹੜੀ ਹੈ ਉਹ ਮਤਲਬ ਸਿੱਖਾਂ ਦੇ ਨਾਲ ਰਿਲੇਟ ਹੀ ਕੀਤੀ ਜਾਂਦੀ ਹੈ ਵੀ ਜਿਹੜਾ ਸਿੱਖ ਸ਼ਰਾਬ ਨਹੀਂ ਪੀਂਦਾ ਸਿੱਖ ਹੀ ਨਹੀਂ ਸਮਝਿਆ ਜਾਂਦਾ ਹੈਗਾ ਉਹਨੂੰ ਹੈ ਨਾ ਵੀ ਇਸ ਤਰ੍ਹਾਂ ਦੀ ਜਿਹੜੀ ਸੋਚ ਬਣ ਗਈ ਹੈ ਕਿ ਲੋਕ ਇਹ ਉਦਾਹਰਣ ਦੇਣ ਲੱਗ ਪਏ ਜੇ ਪੰਜਾਬੀ ਹੋਏਗਾ ਜਾਂ ਸਿੱਖ ਹੋਏਗਾ ਤਾਂ ਫਿਰ ਦਾਰੂ ਤਾਂ ਪੱਕਾ ਹੀ ਪੀਂਦਾ ਹੋਏਗਾ ਇਹ ਚੀਜ਼ਾਂ ਕਿਸ ਤਰ੍ਹਾਂ ਮਤਲਬ ਕਰ ਗਈਆਂ ਇਹ ਸਿੱਖੀ ਦੇ ਅੰਦਰ ਦੇਖੋ ਕੋਈ ਵੇਲਾ ਸੀ ਸਿੱਖਾਂ ਵਿੱਚ ਰੂਹਾਨੀਅਤ ਜਿਹੜੀ ਹੈ ਉਹ ਮੁੱਖ ਹੋਇਆ ਕਰਦੀ ਸੀ ਸਮਾਜ ਸੇਵਾ ਮੁੱਖ ਹੋਇਆ ਕਰਦੀ ਸੀ ਕਿਉਂਕਿ ਸਿੱਖੀਜ਼ਮ ਜਿਹੜਾ ਨਾ ਮੈਂ ਇਹਨੂੰ ਸੋਸ਼ਲ ਸਪਿਰਚੁਅਲਿਜ਼ਮ ਕਹਿਣਾ ਕਿਉਂਕਿ ਕਿਰਤ ਕਰਨਾ ਤਾਂ ਹੈ ਵੰਡ ਛਕਣਾ ਜਿਹੜਾ ਸਾਨੂੰ ਇੱਕ ਸਭ ਤੋਂ ਵੱਡਾ ਪੋਜ਼ਿਟਿਵ ਬੀਇੰਗ ਬਣਾਉਂਦਾ ਹੈ ਅਸੀਂ ਸੁਸਾਇਟੀ ਨੂੰ ਦਿੰਦੇ ਹਾਂ ਇਸੇ ਤਰ੍ਹਾਂ ਨਾਮ ਜਪਣਾ ਜਿਹੜਾ ਉਹ ਨਿੱਜ ਵਾਸਤੇ ਹੈ ਸਪਿਰਚੁਅਲਿਜ਼ਮ ਜਿਹੜਾ ਉਹ ਨਿੱਜ ਵਾਸਤੇ ਹੈ ਅਤੇ ਸੋਸ਼ਲ ਰੋਲ ਜਿਹੜਾ ਉਹ ਵੰਡ ਛਕਣ ਦੇ ਵਿੱਚ ਅਤੇ ਕਿਰਤ ਕਰਨ ਦੇ ਵਿੱਚ ਸ਼ਾਮਿਲ ਹੈ ਕਿਸੇ ਜ਼ਮਾਨੇ 'ਚ ਇਹ ਭਾਰੂ ਸੀਗਾ ਹੁਣ ਇਹ ਭਾਰੂ ਨਹੀਂ ਰਿਹਾ ਹੁਣ ਸਾਡੇ ਅੰਦਰ ਜਿਹੜੀਆਂ ਭਾਵਨਾਵਾਂ ਆ ਰਹੀਆਂ ਨੇ ਬਿਲਕੁਲ ਇਸ ਦੇ ਉਲਟ ਆ ਰਹੀਆਂ ਨੇ ਇਸ ਕਰਕੇ ਸਾਡਾ ਨੁਕਸਾਨ ਹੋ ਰਿਹਾ ਨਹੀਂ ਇਹ ਕਿਉਂ ਆ ਰਹੀਆਂ ਹੈਗੀਆਂ ਜਿਵੇਂ ਅੱਜ ਆਪਾਂ ਗੁਰਦੁਆਰੇ ਦੀ ਗੱਲ ਕਰੀਏ ਬੜੇ ਵਧੀਆ ਵਧੀਆ ਗੁਰਦੁਆਰੇ ਬਣ ਗਏ ਹਨ ਉਹ ਹਰ ਕੋਰਨਰ ਦੇ ਵਿੱਚ ਈਵਨ ਕਿ ਇੱਕ ਇੱਕ ਪਿੰਡ ਦੇ ਵਿੱਚ ਇੱਕ ਇੱਕ ਮਹੱਲੇ ਦੇ ਵਿੱਚ ਵੀ ਦੋ ਦੋ ਚਾਰ ਚਾਰ ਗੁਰਦੁਆਰਾ ਸਾਹਿਬਾਨ ਹਨ ਵਧੀਆ ਉੱਥੇ ਸਾਊਂਡ ਸਿਸਟਮ ਵੀ ਹੈ ਵਧੀਆ ਬਿਲਡਿੰਗਸ ਵੀ ਬਣੀਆਂ ਹੋਈਆਂ ਬਹੁਤ ਸਾਰੇ ਪ੍ਰਚਾਰਕ ਵੀ ਅੱਗੇ ਕਦੇ ਇੰਨੇ ਪ੍ਰਚਾਰਕ ਵੇਖਣ ਨੂੰ ਮਿਲੇ ਨਹੀਂ ਸੀ ਜਿੰਨੇ ਅੱਜ ਦੇ ਅਜੋਕੇ ਜਿਹੜੇ ਆ ਆਪਾਂ ਪੰਜਾਬ ਦੇ ਵਿੱਚ ਜਾਂ ਸਿੱਖੀ ਦੇ ਵਿੱਚ ਦੇਖੀਏ ਅਤੇ ਫਿਰ ਵੀ ਕਿੱਥੇ ਕਮੀ ਕਿੱਥੇ ਰਹਿ ਗਈ ਥਿੜਕੇ ਕਿੱਥੇ ਗਏ ਆਪਾਂ ਸਵਾਲ ਇਹ ਹੈ ਬਈ ਕੀ ਗੁਰਦੁਆਰੇ ਆਪਣਾ ਰੋਲ ਅਦਾ ਕਰ ਰਹੇ ਨੇ ਗੁਰਦੁਆਰੇ ਜਿੰਨੇ ਵੀ ਹਨ ਤਕਰੀਬਨ ਸਾਰੇ ਗੁਰਦੁਆਰੇ ਇੱਕ ਦੋ ਗੁਰਦੁਆਰੇ ਹਨ ਜਿੱਥੇ ਤੁਹਾਨੂੰ ਇਸ ਤਰ੍ਹਾਂ ਦਾ ਮਾਹੌਲ ਨਹੀਂ ਮਿਲੇਗਾ ਜਿਹੜਾ ਆਮ ਹੋ ਗਿਆ ਉਹ ਹੈਗਾ ਗੁਰਦੁਆਰੇ ਰਿਚੁਅਲਿਜ਼ਮ ਦਾ ਸੈਂਟਰ ਬਣ ਗਏ ਨੇ ਉੱਥੇ ਅਸੀਂ ਕੀ ਕਰਦੇ ਅਖੰਡ ਪਾਠ ਕਰਾਉਂਦੇ ਹਾਂ ਕੜਾਹ ਪ੍ਰਸ਼ਾਦ ਕਰਾਉਂਦੇ ਹਾਂ ਲੰਗਰ ਸੁੱਖ ਲੈਂਦੇ ਹਾਂ ਅਤੇ ਲੰਗਰ 'ਤੇ ਆਉਂਦੇ ਹਾਂ ਜਾਂ ਛਕਾਉਂਦੇ ਹਾਂ ਸਾਡੀ ਸਾਰੀ ਐਕਟੀਵਿਟੀ ਜਿਹੜੀ ਹੈ ਉਹ ਇਸ ਕਰਮ ਕਾਂਡ ਵਿੱਚ ਹੈ ਬਈ ਪਾਠ ਕਰ ਲਿਆ ਨਿਤਨੇਮ ਕਰ ਲਿਆ ਪਰ ਸੋਸ਼ਲ ਰੋਲ ਖਤਮ ਕਰ ਲਿਆ ਔਰ ਇਹਦਾ ਕਾਰਨ ਇਹ ਹੈ ਇਸੇ ਕਰਕੇ ਹੀ ਗੁਰਦੁਆਰੇ ਜਿਹੜੇ ਨੇ ਉਹਦੇ ਵਿੱਚੋਂ ਜਿਹੜਾ ਜੋ ਗੁਰਦੁਆਰੇ ਨੇ ਐਜੂਕੇਟ ਕਰਨਾ ਉਹ ਖਤਮ ਹੁੰਦਾ ਜਾ ਰਿਹਾ ਤੁਸੀਂ ਕਿਹਾ ਵੀ ਪ੍ਰਚਾਰਕ ਬਹੁਤ ਜ਼ਿਆਦਾ ਨੇ ਬਿਲਕੁਲ ਠੀਕ ਹੈ ਗਿਣਤੀ ਪ੍ਰਚਾਰਕਾਂ ਦੀ ਬਹੁਤ ਜ਼ਿਆਦਾ ਹੈ ਪਰ ਪ੍ਰਚਾਰਕ ਜਿਹੜੇ ਨੇ ਉਹ ਸਿੱਖੀ ਦਾ ਪ੍ਰਚਾਰ ਨਹੀਂ ਕਰਦੇ ਕਹਾਣੀਆਂ ਕਥਾ ਸੁਣਾ ਕੇ ਲੋਕਾਂ ਨੂੰ ਵਰਗਲਾ ਕੇ ਇਸ ਪਾਸੇ ਵੱਲੋਂ ਅਸਲ ਜਿਹੜਾ ਕਰਮ ਖੇਤਰ ਹੈ ਨਾ ਸਾਡਾ ਜਿਹੜਾ ਜਿਹਨੂੰ ਅਸੀਂ ਐਕਸ਼ਨ ਕਹਿੰਦੇ ਹਾਂ ਡੀਡਸ ਗੁੱਡ ਡੀਡਸ ਉੱਧਰ ਨਹੀਂ ਤੋਰਦੇ ਕਹਾਣੀਆਂ ਤੋਰ ਕੇ ਕੰਨ ਰਸ ਸੁਣਾ ਕੇ ਗੱਲਾਂ ਔਰ ਰਿਚੁਅਲਿਜ਼ਮ 'ਚ ਫਸਾ ਕੇ ਅਤੇ ਕਾਰਵਾਈ ਕਰਦੇ ਨੇ ਕਿਸੇ ਵੀ ਆਲਮੋਸਟ ਕਿਸੇ ਵੀ ਗੁਰਦੁਆਰੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਜਿਹਦੇ 'ਚ ਸਿੱਖ ਧਰਮ ਦੇ ਸਿਧਾਂਤਾਂ ਦਾ ਪ੍ਰਚਾਰ ਕੀਤਾ ਜਾਂਦਾ ਹੋਵੇ ਨਹੀਂ ਮੈਂ ਕਿਸ ਤਰ੍ਹਾਂ ਦਾ ਪ੍ਰਚਾਰ ਤੁਸੀਂ ਮਤਲਬ ਚਾਹੁੰਦੇ ਜਿਵੇਂ ਉਹਨੂੰ ਮੰਨ ਲਓ ਕੋਈ ਕਥਾ ਕਰ ਰਿਹਾ ਗੁਰਦੁਆਰੇ ਕਥਾ ਕਰ ਰਿਹਾ ਹੈਗਾ ਜਾਂ ਨਿਤਨੇਮ ਤੋਂ ਆਪਾਂ ਸ਼ੁਰੂ ਕਰਦੇ ਹਾਂ ਵੀ ਨਿਤਨੇਮ ਸਵੇਰੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੁੰਦਾ ਪੰਜ ਬਾਣੀਆਂ ਦਾ ਪਾਠ ਹੁੰਦਾ ਅਤੇ ਬਾਣੀ ਤਾਂ ਹੁਣ ਗੁਰੂਆਂ ਦੀ ਉਚਾਰੀ ਹੋਈ ਬਾਣੀ ਹੈਗੀ ਨਾ ਉਹਦਾ ਹੀ ਪਾਠ ਹੋ ਰਿਹਾ ਹੈਗਾ ਉਹਨੂੰ ਸਿੱਖ ਉਹਨੂੰ ਜਿਹੜਾ ਆਪਣੇ ਅਮਲੀ ਜੀਵਨ ਦੇ ਵਿੱਚ ਨਹੀਂ ਢਾਲਦਾ ਤਾਂ ਗੁਰਦੁਆਰੇ ਦਾ ਕੀ ਫਾਲਟ ਹੈਗਾ ਗੁਰਦੁਆਰੇ ਦਾ ਆਪਾਂ ਉਸ ਨੂੰ ਕਿਸ ਤਰ੍ਹਾਂ ਕਹਿ ਸਕਦੇ ਹੈਗੇ ਵੀ ਗੁਰਦੁਆਰਾ ਆਪਣਾ ਜਿਹੜਾ ਰੋਲ ਅਦਾ ਨਹੀਂ ਕਰ ਰਿਹਾ ਹੈਗਾ ਦੇਖੋ ਗੁਰਦੁਆਰੇ ਵਿੱਚ ਪਹਿਲੀ ਗੱਲ ਤਾਂ ਨਿਤਨੇਮ ਨਹੀਂ ਹੋਣਾ ਚਾਹੀਦਾ ਨਿਤਨੇਮ ਤੇ ਹਰ ਇੱਕ ਨੇ ਆਪਣਾ ਕਰਨਾ ਘਰ 'ਚ ਬੈਠ ਕੇ ਕਰਨਾ ਗੁਰਦੁਆਰੇ ਮਤਲਬ ਕਹਿੰਦਾ ਵੀ ਬਾਣੀ ਪੜ੍ਹੀ ਜਾਂਦੀ ਹੈ ਮੇਰਾ ਕਹਿੰਦਾ ਕਿ ਬਾਣੀ ਪੜ੍ਹੀ ਜਾਂ ਕੀਰਤਨ ਵੀ ਹੋ ਰਿਹਾ ਜਾਂ ਕਥਾ ਵੀ ਹੋ ਰਹੀ ਹੈ ਬਾਣੀ ਦੀ ਜਿਹੜੀ ਹੈਗੀ ਹੈ ਹੋ ਰਹੀ ਹੈ ਹੁਣ ਉੱਥੋਂ ਜਿਹੜਾ ਸਿੱਖ ਉੱਥੇ ਮੱਥਾ ਟੇਕ ਰਿਹਾ ਹੈ ਉਹ ਨਹੀਂ ਧਿਆਨ ਕਰ ਰਿਹਾ ਬਾਣੀ ਵੱਲ ਵੀ ਗੁਰੂ ਕੀ ਕਹਿ ਰਿਹਾ ਹੈਗਾ ਪ੍ਰਚਾਰਕ ਕੀ ਕਹਿ ਰਿਹਾ ਹੈਗਾ ਆਪਾਂ ਉਹਦੀ ਗੱਲ 'ਚ ਲੈ ਆਉਂਦੇ ਹਾਂ ਘਰ ਪਰ ਗੁਰੂ ਕੀ ਕਹਿ ਰਿਹਾ ਹੈਗਾ ਉਹਦੀ ਗੱਲ 'ਚ ਆਪਾਂ ਵਿਚਾਰਦੇ ਨਹੀਂ ਜਾਂ ਆਪਣੇ ਅਮਲੀ ਜੀਵਨ ਦੇ ਵਿੱਚ ਨਹੀਂ ਲੈ ਕੇ ਆਉਂਦੇ ਤਾਂ ਉਹਦੇ 'ਚ ਗੁਰਦੁਆਰੇ ਦਾ ਮਤਲਬ ਕੀ ਫਾਲਟ ਹੈਗਾ ਸਿੱਖ ਦਾ ਨਹੀਂ ਫਾਲਟ ਹੈਗਾ ਦੋਵੇਂ ਗੱਲਾਂ ਨੇ ਗੁਰਦੁਆਰੇ ਦਾ ਫਾਲਟ ਇਸ ਕਰਕੇ ਹੈ ਕਿ ਗੁਰਦੁਆਰਾ ਸਿਰਫ ਗੁਰਬਾਣੀ ਦਾ ਕੀਰਤਨ ਸੁਣਾਉਂਦਾ ਗੁਰਬਾਣੀ ਦੀ ਕਥਾ ਨਹੀਂ ਕਰਦਾ ਜਿਹੜੇ ਕਥਾਕਾਰ ਕਥਾ ਕਰਦੇ ਨੇ ਉਹਦੇ 'ਚ ਕਹਾਣੀਆਂ ਦਾ ਰਸ ਲਿਆਉਂਦੇ ਨੇ ਸਿੱਖਿਆ ਨਹੀਂ ਦਿੰਦੇ ਥੋੜ੍ਹੇ ਦਿੰਦੇ ਆ ਪਰ ਸਿੱਖ ਆਪ ਜਿਹੜਾ ਹੈ ਰਿਚੁਅਲਿਜ਼ਮ 'ਚ ਫਸਦਾ ਜਾ ਰਿਹਾ ਸਿੱਖਿਜ਼ਮ ਸਿੱਖ ਨੇ ਧਰਮ ਨੂੰ ਧਰਮ ਦਾ ਹੁਣ ਜੇ ਲਫਜ਼ੀ ਬਾਣਾ ਦੇਖਿਆ ਜਾਵੇ ਇਹ ਤਰੀ ਤੋਂ ਬਣਿਆ ਤਰੀ ਦਾ ਮਤਲਬ ਹੈ ਧਾਰਨ ਕਰਨਾ ਕੋਈ ਚੀਜ਼ ਨੂੰ ਅਖਤਿਆਰ ਕਰਨਾ
ਆਪਣੀ ਜ਼ਿੰਦਗੀ 'ਚ ਵਸਾਉਣਾ। ਰਿਲੀਜਨ ਅਤੇ ਧਰਮ ਵਿੱਚ ਫਰਕ ਹੈ। ਰਿਲੀਜਨ ਹੁੰਦਾ ਵੀ ਕੋਈ ਸੈੱਟ ਆਫ ਰਿਚੁਅਲਿਜ਼ਮ, ਜਿਹੜੇ ਆਪਣੇ ਡੋਗਮਾ ਪ੍ਰਿੰਸੀਪਲਸ ਨੇ ਇੱਕ ਧਰਮ ਦੇ, ਉਹਦੇ ਹਿਸਾਬ ਨਾਲ ਪੂਜਾ ਪਾਠ ਕਿਵੇਂ ਕਰਨਾ, ਦਿਨ ਦਿਹਾੜ ਕਿਵੇਂ ਮਨਾਉਣੇ ਆ, ਵਰਸ਼ਿਪ ਕਿਵੇਂ ਕਰਨੀ, ਇਹ ਹੁੰਦਾ ਰਿਲੀਜਨ। ਧਰਮ ਹੁੰਦਾ ਧਾਰਨ ਕਰਨਾ। ਜੇ ਅਸੀਂ ਚੰਗੀਆਂ ਕੁਆਲਿਟੀਜ਼ ਧਾਰਨ ਨਹੀਂ ਕਰਦੇ ਤਾਂ ਉਹ ਧਰਮ ਨਹੀਂ ਹੈ। ਹੁਣ ਅਸੀਂ ਧਰਮ ਦੀ ਥਾਂ 'ਤੇ ਰਿਲੀਜਨ ਵੱਲ ਪੈ ਗਏ ਹਾਂ। ਸਿੱਖਇਜ਼ਮ ਨੂੰ ਅਸੀਂ ਬਾਕੀ ਡੋਗਮਾਸ ਵਾਂਗੂ, ਬਾਕੀ ਚਰਚਿਸ ਵਾਂਗੂ, ਬਾਕੀ ਕਲਟ ਵਾਂਗੂ ਇੱਕ ਬਣਾਉਣਾ ਸ਼ੁਰੂ ਕਰ ਦਿੱਤਾ, ਔਰ ਇਸ ਤਰ੍ਹਾਂ ਸੋਚਣਾ ਸ਼ੁਰੂ ਕਰਤਾ ਵੀ ਇਹ ਇੱਕ ਮੇਰੀ ਫਾਰਮੈਲਿਟੀ ਹੈ। ਆਮ ਸਿੱਖ ਨੇ ਇਹਨੂੰ ਇੱਕ ਫਾਰਮੈਲਿਟੀ ਕਹਿੰਦੇ ਆ ਵੀ ਜਿਸ ਤਰ੍ਹਾਂ ਖਾਣਾ ਖਾ ਲਿਆ, ਜਿਸ ਤਰ੍ਹਾਂ ਕਲੱਬ ਚਲੇ ਗਏ, ਉਸੇ ਤਰ੍ਹਾਂ ਗੁਰਦੁਆਰੇ ਕਲੱਬ ਦੇ ਤੌਰ 'ਤੇ ਮੰਨ ਲਓ ਆਪਾਂ ਕਿਸੇ ਰਿਸ਼ਤੇਦਾਰ ਨੂੰ ਮਿਲ ਜਾਂਦੇ ਵਿੱਚ ਜਾਂਦੇ ਜਾਂਦੇ ਵੀ ਚਲੋ ਗੁਰਦੁਆਰਾ ਸਾਹਿਬ ਮੱਥਾ ਹੀ ਟੇਕ ਜੇ, ਜਾਂ ਆਪਣੇ ਕੰਮ 'ਤੇ ਜਾਂਦੇ ਵੀ ਜਾਂਦੇ ਜਾਂਦੇ ਗੁਰਦੁਆਰਾ ਸਾਹਿਬ ਮੱਥਾ ਟੇਕ ਜੇ, ਵੀ ਇੱਥੇ ਤੱਕ ਆਪਾਂ ਰੱਖ ਲਿਆ, ਪਰ ਉੱਥੋਂ ਗੁਰੂ ਦੀ ਸਿੱਖਿਆ ਨਹੀਂ ਘਰ ਨੂੰ ਲੈ ਕੇ ਗਏ। ਇੱਕ ਹੋਰ ਗੱਲ ਹੈ, ਐਤਵਾਰ ਸ਼ਨੀਵਾਰ ਗੁਰਪੁਰਬਾਂ 'ਤੇ ਬਹੁਤ ਵੱਡੇ ਇਕੱਠ ਹੁੰਦੇ ਹਨ ਗੁਰਦੁਆਰਿਆਂ ਵਿੱਚ ਜਾ ਕੇ, ਉਦੋਂ ਵੀ ਰੂਟੀਨ ਉਹੀ ਹੁੰਦਾ ਜੋ ਬਾਕੀ ਦਿਨਾਂ 'ਚ ਹੁੰਦਾ, ਪਰ ਸਿੱਖ ਇਸ ਨੂੰ ਇੱਕ ਸੋਸ਼ਲ ਮੀਟਿੰਗ ਸੈਂਟਰ ਦੇ ਤੌਰ 'ਤੇ ਰਹਿਣ ਲੱਗ ਪਏ ਆ। ਜਦਕਿ ਸੋਸ਼ਲ ਮੀਟਿੰਗ ਸੈਂਟਰ ਨਹੀਂ ਹੈ, ਇਹ ਸਕੂਲ ਹੈ। ਦੇਖੋ ਲਫ਼ਜ਼ ਹੈ ਗੁਰਦੁਆਰਾ, ਗੁਰੂ ਦਾ ਦੁਆਰਾ, ਡੋਰ ਗੁਰੂ ਦਾ ਘਰ ਨਹੀਂ ਹੈ। ਕਈ ਲੋਕ ਗਲਤ ਟ੍ਰਾਂਸਲੇਸ਼ਨ ਕਰਦੇ, ਗੁਰੂ ਦਾ ਘਰ ਗੁਰਦੁਆਰਾ, ਗੁਰੂ ਦਾ ਘਰ ਨਹੀਂ ਹੈ, ਗੁਰੂ ਦਾ ਡੋਰ ਹੈ, ਦਰਵਾਜ਼ਾ ਹੈ। ਇਸ ਤੋਂ ਅੱਗੇ ਜਾਣਾ, ਅਸੀਂ ਉਹਨੂੰ ਮੱਥਾ ਟੇਕ ਕੇ ਉਸ ਤੋਂ ਅੱਗੇ ਨਹੀਂ ਜਾਂਦੇ। ਗੁਰਦੁਆਰੇ ਮੱਥਾ ਟੇਕਣਾ, ਪਾਠ ਸੁਣਨਾ, ਲੰਗਰ ਛਕਣਾ, ਇਹ ਗੁਰੂ ਦੇ ਡੋਰ ਤੱਕ ਸੀਮਤ ਆ। ਅੰਦਰ ਜਾਣ ਦਾ ਮਤਲਬ ਹੈ ਜੇ ਗੁਰਬਾਣੀ ਤੁਹਾਡੇ ਅੰਦਰ ਅਸਰ ਕਰਦੀ ਹੈ, ਜੀਵਨ ਦਾ ਹਿੱਸਾ ਬਣਦੀ ਹੈ, ਉਹਦੀ ਸਿੱਖਿਆ ਨੂੰ ਅਸੀਂ ਅਮਲ ਕਰਦੇ ਹਾਂ, ਤਾਂ ਅਸੀਂ ਗੁਰੂ ਦੇ ਦੁਆਰੇ ਤੋਂ ਅੱਗੇ ਨਿਕਲਦੇ ਹਾਂ। ਪਰ ਮਤਲਬ ਗੁਰਦੁਆਰੇ ਦੀ ਅਹਿਮੀਅਤ ਤਾਂ ਹੈ ਸਿੱਖ ਧਰਮ 'ਚ, ਇਹ ਤਾਂ ਨਹੀਂ ਹੈ ਵੀ ਆਪਾਂ ਗੁਰਦੁਆਰੇ ਜੇ ਅੱਜ ਮਤਲਬ ਕਹਿ ਲਏ ਕਿ ਬੰਦ ਹੀ ਕਰ ਦਈਏ, ਵੀ ਇਹਨਾਂ 'ਚ ਲੋੜ ਨਹੀਂ ਹੈਗੀ, ਬੰਦਾ ਆਪਣੇ ਘਰ ਬਹਿ ਕੇ ਪੜ੍ਹ ਸਕਦਾ ਹੈਗਾ ਮੋਬਾਈਲ 'ਤੇ, ਅੱਜ ਕੱਲ੍ਹ ਜਿਹੜੇ ਹੈਗੇ ਹਰ ਤਰ੍ਹਾਂ ਦੀ ਗੁਰਬਾਣੀ ਪੜ੍ਹੀ ਜਾ ਸਕਦੀ ਹੈਗੀ ਹੈ, ਵੀ ਇਹਦੀ ਲੋੜ ਤਾਂ ਹੈ ਵੀ ਜੇ ਉੱਥੋਂ ਬੰਦਾ ਲੈ ਕੇ ਨਹੀਂ ਆਉਂਦਾ ਕੁਛ, ਅਤੇ ਉਹ ਬੰਦੇ ਦਾ ਜਾਂ ਸਿੱਖ ਦਾ ਫਾਲਟ ਹੈਗਾ, ਨਾ ਕਿ ਗੁਰਦੁਆਰੇ ਦਾ ਹੈਗਾ। ਗੁਰਦੁਆਰੇ ਦਾ ਫਾਲਟ ਨਹੀਂ ਹੈ, ਪਰ ਗੁਰਦੁਆਰੇ ਦਾ ਹੈ ਵੀ ਇਹ ਫਾਲਟ। ਇਸ ਤਰ੍ਹਾਂ ਫਾਲਟ ਹੈ ਵੀ ਜੇ ਗੁਰਦੁਆਰੇ ਸਿੱਖ ਜਾਂਦਾ ਉੱਥੋਂ ਸਿੱਖਣਾ ਨਹੀਂ ਚਾਹੁੰਦਾ, ਉਹ ਆਪਣਾ ਉਹਦਾ ਫਾਲਟ ਹੈ। ਜੇ ਗੁਰਦੁਆਰਾ ਦਿੰਦਾ ਨਹੀਂ ਹੈ ਤਾਂ ਗੁਰਦੁਆਰੇ ਦੇ ਪ੍ਰਬੰਧਕਾਂ ਦਾ। ਦੇਣ ਦੀ ਜਿਹੜੀ ਗੱਲ ਹੈਗੀ ਉਹ 'ਤੇ ਮੈਂ ਆਉਣਾ ਹੈਗਾ, ਜਿਵੇਂ ਪ੍ਰਚਾਰਕ ਤੁਸੀਂ ਕਹਿੰਦੇ ਹੈਗੇ ਕਿ ਪ੍ਰਚਾਰਕ ਜਿਹੜੇ ਹੈਗੇ ਨੇ, ਜਦੋਂ ਉੱਥੇ ਮਤਲਬ ਕੋਈ ਕੋਈ ਕਥਾ ਕਰ ਰਿਹਾ ਹੈਗਾ ਵੀ ਉਹ ਕਹਾਣੀਆਂ ਸੁਣਾਉਂਦੇ ਹੈਗੇ ਆ, ਆਮ ਤੌਰ 'ਤੇ ਆਪਾਂ ਜਦੋਂ ਮਤਲਬ ਐਲ ਕੇ ਜੀ 'ਚ ਬੰਦਾ ਸਟਾਰਟ ਕਰਦਾ ਜਾਂ ਪ੍ਰਾਇਮਰੀ ਸਕੂਲੇ ਪੜ੍ਹਦਾ, ਉੱਥੇ ਵੀ ਸਾਨੂੰ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਸੁਣਾਈਆਂ ਜਾਂਦੀਆਂ ਹੈਗੀਆਂ ਵੀ ਇੱਕ ਕਾਂ ਸੀ ਜਾਂ ਇੱਕ ਖਰਗੋਸ਼ ਸੀ, ਇੱਦਾਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ, ਐਂਡ ਦੇ ਵਿੱਚ ਉਹਦਾ ਮੈਸੇਜ ਜਿਹੜਾ ਹੈਗਾ ਦਿੱਤਾ ਜਾਂਦਾ ਹੈਗਾ, ਕੀ ਸਾਨੂੰ ਜਿਹੜਾ ਹੈਗਾ ਮੈਸੇਜ ਦਾ ਜਿਹੜਾ ਮੋਰਲ ਆਫ ਦਾ ਸਟੋਰੀ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਪਿੱਛੇ ਲਿਖਿਆ ਦਾ ਮੋਰਲ ਆਫ ਦਾ ਸਟੋਰੀ, ਵੀ ਉਹਦੇ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈਗਾ ਕਿ ਸਟੋਰੀ ਕਹਿ ਕੀ ਰਹੀ ਹੈਗੀ, ਕਿ ਜਾਂ ਸਟੋਰੀ ਦੇ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈਗਾ। ਬਿਲਕੁਲ, ਤੁਹਾਡੀ ਤੁਸੀਂ ਆਪਣਾ ਜਵਾਬ ਦਿੱਤਾ ਇਹਦੇ ਵਿੱਚ ਕਿ ਉੱਥੇ ਜੋ ਸੁਣਾਇਆ ਜਾਂਦਾ ਹੈ ਉਹਦੇ 'ਚ ਜਿਹੜਾ ਸੈਂਟਰਲ ਆਈਡੀਆ ਉਹਦਾ ਹੈ, ਉਹਦਾ ਜੋ ਲੈਸਨ ਹੈ ਉਹਦੀ ਗੱਲ ਨਹੀਂ ਕੀਤੀ ਜਾਂਦੀ। ਇਸ ਤਰ੍ਹਾਂ ਲੋਕ ਜਿੱਦਾਂ ਕੰਨ ਰਸ ਹੁੰਦਾ ਹੈ ਨਾ, ਕੰਨ ਰਸ ਮਿਊਜ਼ਿਕ, ਮੈਂ ਜਿਵੇਂ ਹੁਣ ਜਿਹੜਾ ਪ੍ਰਚਾਰਕ ਹੈਗਾ ਉਹ ਕੀ ਉਹਦੀ ਕੀ ਇੰਟੈਂਸ਼ਨ ਹੈਗੀ, ਉਹਦੀ ਕਹਾਣੀ ਸੁਣਾਉਣ ਦੇ ਵਿੱਚ ਇੰਟੈਂਸ਼ਨ ਇਹ ਹੁੰਦੀ ਹੈ ਕਿ ਜਾਂ ਉਹਦੀ ਸਿੱਖਿਆ ਕਹਾਣੀ ਦੇ ਵਿੱਚ ਜਿਹੜੀ ਹੁੰਦੀ ਹੈ ਉਹ ਦੱਸਣ ਦੀ ਇੱਛਾ ਹੁੰਦੀ, ਹੁਣ ਗ੍ਰਹਿਣ ਬੰਦਾ ਕੀ ਕਰ ਰਿਹਾ ਹੈਗਾ ਉਹ ਤਾਂ ਆਪਣੇ ਇੰਡੀਵਿਜੁਅਲ 'ਤੇ ਡਿਪੈਂਡ ਕਰਦਾ ਹੈਗਾ ਨਾ। ਨਹੀਂ, ਪਰ ਜੇ ਪ੍ਰਚਾਰਕ ਦੇਵੇਗਾ ਹੀ ਨਾ, ਪ੍ਰਚਾਰਕ ਕਹਾਣੀ ਸੁਣਾਏਗਾ। ਦੇਖੋ ਪ੍ਰਚਾਰਕ ਅੱਧਾ ਘੰਟਾ ਕਥਾ ਕਰਦਾ, ਅੱਧੇ ਘੰਟੇ 'ਚੋਂ 29 ਮਿੰਟ ਜ਼ਿਆਦਾ ਸਿਰਫ ਉਹ ਕਹਾਣੀ ਸੁਣਾਉਂਦਾ ਰਹਿੰਦਾ, ਅਤੇ ਅਖੀਰ 'ਤੇ ਹੌਲੀ ਜੀ ਕਹਿ ਛੱਡਦਾ ਜਿਹਦਾ ਉਹ ਮਨੋ ਨਹੀਂ ਚਾਹੁੰਦਾ ਵੀ ਕਿਤੇ ਇਹ ਲੋਕਾਂ ਦੇ ਮਨ 'ਤੇ ਇਹ ਨਾ ਹੋਵੇ ਵੀ ਦੇਖੋ ਸਾਨੂੰ ਤਾਂ ਨਸੀਹਤਾਂ ਦੇਣ ਡਿਆ। ਸੋ ਮੈਂ ਸਮਝਦਾ ਬਹੁਤਾ ਕਸੂਰ ਜਿਹੜਾ ਨਾ ਉਹ ਪ੍ਰਚਾਰਕਾਂ ਦਾ, ਪ੍ਰਚਾਰਕ ਉਹ ਗੱਲਾਂ ਨਹੀਂ ਦੇ ਰਹੇ। ਅਤੇ ਦੂਸਰੀ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣੀ ਚਾਹਾਂਗਾ ਕਿ ਪ੍ਰਚਾਰਕ ਦਾ ਆਪਣਾ ਜੀਵਨ ਜਿਹੜਾ ਬੜਾ ਅਸਰ ਪਾਉਂਦਾ ਹੈ। ਪ੍ਰਚਾਰਕ ਲੋਕਾਂ ਨੂੰ ਕਹਿੰਦਾ ਵੀ ਮਾਇਆ ਨਾਗਨੀ ਹੈ, ਇਸ ਤੋਂ ਬਚੋ। ਹਾਲਾਂਕਿ ਉਹਦੀ ਕੋਸ਼ਿਸ਼ ਹੁੰਦੀ ਕਿ ਉਹ ਨਿਗਾਹ ਪੈ ਰਹੀ ਹੁੰਦੀ ਵੀ ਲੋਕ ਮੱਥਾ ਕਿੰਨਾ ਟੇਕ ਰਹੇ, ਉਹਨੂੰ ਚੜਾਵਾ ਕਿੰਨਾ ਚੜ ਰਿਹਾ, ਜਾਂ ਕਿਸ ਗੁਰਦੁਆਰੇ 'ਚੋਂ ਕਿੰਨਾ ਚੜਾਵਾ ਚੜ੍ਹਦਾ ਹੈ, ਕਿੰਨਾ ਚਿਰ ਜ਼ਿਆਦਾ ਲੱਗਾ ਰਹਾਂ ਅਤੇ ਹੋਰ $4 ਆ ਜਾਣਗੇ। ਸੋ ਉਹਨਾਂ ਦਾ ਆਪਣਾ ਕਿਰਦਾਰ ਜਿਹੜਾ ਇਸ ਗੱਲ 'ਤੇ ਅਸਰ ਪਾਉਂਦਾ ਹੈ। ਇਸ ਕਰਕੇ ਵੀ ਉਹ ਨਸੀਹਤ ਨਹੀਂ ਦੇਣੀ ਚਾਹੁੰਦੇ ਜਿਹਦੇ 'ਤੇ ਉਹ ਆਪ ਨਹੀਂ ਅਮਲ ਕਰਦੇ, ਅਤੇ ਜੇ ਦਿੰਦੇ ਨੇ ਤਾਂ ਵੀ ਉਹਦੇ 'ਤੇ ਅਮਲ ਨਹੀਂ ਕਰਦੇ, ਇਹ ਉਸਦੀ ਸ਼ਖਸੀਅਤ ਦਾ ਵੀ ਅਸਰ ਪੈਂਦਾ। ਪਰ ਮੇਰਾ ਮੰਨਣਾ ਤਾਂ ਇਹ ਹੈਗਾ ਕਿ ਅਸੀਂ ਲੋਕ ਕੀ ਕਰਦੇ ਹੈਗੇ ਹਾਂ ਕਿ ਜਿਵੇਂ ਪ੍ਰਚਾਰਕ ਦੇ ਨਾਲ ਜ਼ਿਆਦਾ ਜੁੜਦੇ ਹੈਗੇ, ਪ੍ਰਚਾਰਕ ਦੁਆਰਾ ਜਿਹੜੀ ਗੱਲ ਕਹੀ ਜਾਂਦੀ ਹੈਗੀ ਗੁਰਬਾਣੀ ਦੀ ਗੱਲ ਦੀ ਮੈਂ ਗੱਲ ਕਰਦਾ, ਗੁਰਬਾਣੀ ਦੀ ਗੱਲ ਉਹਦੇ ਨਾਲ ਬੰਦਾ ਘੱਟ ਜੁੜਦਾ ਹੈਗਾ। ਜੇ ਮੰਨ ਲਓ ਕੋਈ ਕੀਰਤਨ ਕਰ ਰਿਹਾ ਕੋਈ ਜਥਾ, ਅਸੀਂ ਕਹਿੰਦੇ ਕੀਰਤਨ ਬਹੁਤ ਵਧੀਆ ਕੀਤਾ, ਜਾਂ ਆਪਾਂ ਕਹਾਂਗੇ ਕੀਰਤਨ ਚੰਗਾ ਨਹੀਂ ਕੀਤਾ ਹੈਗਾ, ਅਸੀਂ ਇਹ ਗੱਲ ਕਰਦੇ ਹਾਂ। ਗੁਰੂ ਨੇ ਕੀਰਤਨ ਦੇ ਵਿੱਚ ਕੀ ਕਿਹਾ ਹੈਗਾ, ਬਾਣੀ 'ਚ ਕਿਹਾ ਸੀ, ਉਹਦੀ ਕਦੀ ਵਿਚਾਰ ਨਹੀਂ ਕਰਦੇ ਹੈਗੇ। ਇਹਦੇ 'ਚ ਜਿਹੜੀ ਸਾਡੀ ਇੰਟੈਂਸ਼ਨ ਦਾ ਵੀ ਤਾਂ ਫਾਲਟ ਹੈਗਾ ਨਾ।
ਸਾਡੀ ਸੋਚ ਅਸੀਂ ਲੈ ਕੇ ਕੀ ਚੱਲੇ ਹਾਂ, ਉਹਦੇ ਕੀਰਤਨ ਦੀ ਸ਼ੈਲੀ ਨੂੰ ਘਰ ਨੂੰ ਲੈ ਕੇ ਚੱਲੇ ਹਾਂ, ਗੁਰੂ ਦੇ ਉਪਦੇਸ਼ ਨੂੰ ਘਰ ਨੂੰ ਲੈ ਕੇ ਚੱਲੇ ਹੈਗੇ? ਦੇਖੋ ਕੀਰਤਨ ਜਿਹੜਾ ਪਹਿਲਾਂ ਕੀਰਤਨ ਦਾ ਸਿਸਟਮ ਹੋਰ ਹੁੰਦਾ ਸੀਗਾ, ਅੱਜ ਜੋ ਬਣ ਗਿਆ ਉਹ ਹੋਰ ਹੈ। ਅੱਜ ਬਹੁਤ ਘੱਟ ਕੀਰਤਨ ਕਰਨ ਵਾਲੇ ਜਿਹੜੇ ਵਿੱਚ ਵਿਆਖਿਆ ਕਰਦੇ ਆ, ਸਿਰਫ ਕੀਰਤਨ ਕਰਦੇ, 90% ਲੋਕਾਂ ਨੂੰ ਕੀਰਤਨ ਦਾ ਮੀਨਿੰਗ ਹੀ ਨਹੀਂ ਪਤਾ ਲੱਗਦਾ, ਉਹ ਉਹਦੇ ਮਿਊਜ਼ਿਕ ਦਾ ਸਵਾਦ ਲੈ ਕੇ ਚੱਲ ਜਾਂਦੇ ਵੀ ਆਹ ਰਾਗੀ ਬੜਾ ਵਧੀਆ ਕੀਰਤਨ। ਤੁਸੀਂ ਦੇਖੋ ਕਈ ਇਸ ਤਰ੍ਹਾਂ ਕਿ ਫਲਾਣਾ ਰਾਗੀ ਵਧੀਆ ਕੀਰਤਨ ਕਰਦਾ ਹੈ ਜਾਂ ਗਵਈਆ ਜਿੱਦਾਂ ਵਧੀਆ ਗਾਉਂਦਾ ਹੈ, ਉੱਥੇ ਸੰਗਤ ਜ਼ਿਆਦਾ ਹੋ ਜਾਏਗੀ। ਜੇਕਰ ਆਮ ਕੀਰਤਨ ਵਾਲਾ ਹੈ ਤਾਂ ਉੱਥੇ ਸੰਗਤ ਘੱਟ ਹੋਵੇਗੀ। ਸੋ ਅਸੀਂ ਗੁਰਬਾਣੀ ਤਾਂ ਸੇਮ ਹੀ ਹੈਗੀ ਹੈ, ਉਹ ਜਿਹੜਾ ਨਹੀਂ ਫੇਮਸ ਹੈਗਾ ਉਹਨੇ ਵੀ ਗੁਰਬਾਣੀ ਉਹੀ ਗਾਣੀ, ਜਿਹੜਾ ਫੇਮਸ ਰਾਗੀ ਹੈਗਾ ਗਾਣੀ ਉਹਨੇ ਵੀ ਉਹੀ ਬਾਣੀ ਹੈਗੀ ਹੈ। ਸੋ ਇਸੇ ਕਰਕੇ ਉਹਦੇ 'ਚੋਂ ਕਿਉਂਕਿ ਐਕਸਪਲੇਨ ਉਹਨੇ ਕੋਈ ਨਹੀਂ ਕਰਨਾ, ਕੀਰਤਨ ਕਰਨ ਵਾਲੇ ਨੇ, ਕਥਾ ਕਰਨ ਵਾਲੇ ਨੇ ਐਕਸਪਲੇਨ ਕਰਨਾ। ਹੁਣ ਅਸੀਂ ਡਿਸਟਿੰਕਸ਼ਨ ਕਰ ਦਿੱਤੀ ਨਾ ਦੋ, ਅੱਗੇ ਕਥਾ ਅਤੇ ਕੀਰਤਨ ਇੱਕੋ 'ਚ ਸੀ, ਕੀਰਤਨ ਦੇ ਵਿੱਚ ਕਥਾ ਹੁੰਦੀ ਸੀ, ਹੁਣ ਉਹ ਕਥਾ ਮਿਸਿੰਗ ਹੈ, ਸਿਰਫ ਮਿਊਜ਼ਿਕ ਹੈ, ਔਰ ਉਹ ਵੀ ਮਿਊਜ਼ਿਕ ਪੇਸ਼ ਕਰਨ ਵਾਲੇ ਦੀ ਜਿਹੜੀ ਪ੍ਰੈਜੈਂਟੇਸ਼ਨ ਵਿੱਚ ਕੀ ਹੈ ਜਾਂ ਉਹਦੀ ਪਰਸਨੈਲਿਟੀ ਵਿੱਚ ਕੀ ਹੈ, ਉਹਦੇ ਨਾਚ ਕੀ ਹੈ। ਕਥਾ ਵਿੱਚ ਵੀ ਇੱਕ ਨੁਕਸ ਹੋ ਗਿਆ ਨਾ, ਕਥਾ ਵਿੱਚ ਨੁਕਸ ਇਹ ਹੈ ਵੀ ਕਹਾਣੀਆਂ ਜ਼ਿਆਦਾ ਪੇਸ਼ ਕੀਤੀਆਂ ਜਾਂਦੀਆਂ। ਤੁਸੀਂ ਦੇਖੋ ਵੀ ਇੱਕ ਕਈ ਸਾਲਾਂ ਤੋਂ 20-25 ਸਾਲ ਤੋਂ ਇੱਕ ਨਵਾਂ ਰਿਵਾਜ਼ ਆ ਗਿਆ ਵੀ ਜਿਹੜੀ ਜਿਹਨੇ ਕਥਾ ਕਰਨੀ ਹੈ ਨਾ ਉਹਨੇ ਕੋਈ ਐਸੀ ਗੱਲ ਨਹੀਂ ਕਹਿਣੀ ਜਿਹੜੀ ਕਿ ਕਿਸੇ ਪ੍ਰਚਾਰ ਜਿਹੜੇ ਪ੍ਰਬੰਧਕ ਕਮੇਟੀ ਦੇ ਵਿਰੋਧ 'ਚ ਜਾਂਦੀ ਹੋਵੇ, ਉਹ ਕੋਈ ਗੱਲ ਉਹਨੇ ਕਹਿਣੀ ਨਹੀਂ। ਇਹ ਬਸ ਇਹ ਗੱਲ ਤਾਂ ਠੀਕ ਹੈ, ਬਹੁਤ ਸਾਰੇ ਪ੍ਰਚਾਰਕਾਂ ਨੂੰ ਮੈਂ ਗੱਲ ਕਹਿੰਦੇ ਵੀ ਸੁਣਿਆ, ਬੜੇ ਨਾਮੀ ਜਿਹੜੇ ਪ੍ਰਚਾਰਕ ਹੈਗੇ ਨੇ ਉਹ ਵੀ ਗੱਲ ਕਹਿੰਦੇ ਹੈਗੇ ਨੇ ਕਿ ਜਿਹੜੀ ਅਸੀਂ ਗੱਲ ਗੁਰੂ ਦੀ ਕਹਿਣਾ ਚਾਹੁੰਦੇ ਹੈਗੇ ਹਾਂ ਕਈ ਵਾਰੀ ਅਸੀਂ ਨਹੀਂ ਕਹਿ ਪਾਉਂਦੇ ਹੈਗੇ, ਪ੍ਰਬੰਧਕਾਂ ਦਾ ਸਾਨੂੰ ਜਿਹੜਾ ਖਿਆਲ ਰੱਖਣਾ ਪੈਂਦਾ ਹੈਗਾ। ਪਰ ਦੂਸਰੇ ਪਾਸੇ ਜਿਹੜੇ ਅੱਜ ਕੱਲ੍ਹ ਪ੍ਰਚਾਰਕਾਂ ਦਾ ਵੀ ਜਿਹੜਾ ਰੌਲਾ ਹੈਗਾ ਆਮ ਸਿੱਖਾਂ ਦੇ ਵਿੱਚ, ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਹੈਗਾ, ਕਿਉਂਕਿ ਇੱਥੇ ਨਾਮੀ ਪ੍ਰਚਾਰਕ ਆਉਂਦੇ ਨੇ ਵਿਦੇਸ਼ਾਂ ਦੇ ਵਿੱਚ, ਅਤੇ ਇਸ ਕਰਕੇ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਦੀ ਮਸ਼ਹੂਰੀ ਵੀ ਜ਼ਿਆਦਾ ਹੁੰਦੀ ਹੈ, ਯੂਟਿਊਬ 'ਤੇ ਫੇਸਬੁੱਕ ਵਗੈਰਾ 'ਤੇ ਵੀ ਜ਼ਿਆਦਾ ਹੁੰਦੀ ਹੈ। ਇਹਦੇ 'ਚ ਦੋ ਕੈਟਾਗਰੀਆਂ ਜਿਹੜੀਆਂ ਹਨ ਬਣ ਜਾਂਦੀਆਂ, ਕੁਛ ਜਿਹੜੇ ਮਿਸ਼ਨਰੀ ਪ੍ਰਚਾਰਕ ਆਉਂਦੇ ਆ, ਕੁਛ ਜਿਹੜੇ ਟਕਸਾਲੀ ਜਾਂ ਕੋਈ ਸੰਪਰਦਾਵਾਂ ਤੋਂ ਜਿਹੜੇ ਅੱਗੇ ਸਿੱਖ ਕੇ ਆਉਂਦੇ ਹੈਗੇ ਨੇ, ਉਹਨਾਂ ਦੇ ਆਪਸ 'ਚ ਹੀ ਉਹਨਾਂ ਦੀ ਜਿਹੜੀ ਹੈ ਲੜਾਈ ਰਹਿੰਦੀ ਹੈਗੀ ਹੈ ਵਿਚਾਰਧਾਰਾ ਨੂੰ ਲੈ ਕੇ। ਇਹਨੂੰ ਤੁਸੀਂ ਕਿੰਨਾ ਕੁ ਜਾਇਜ਼ ਮੰਨਦੇ ਹੈਗੇ ਵੀ ਗੁਰਬਾਣੀ ਤਾਂ ਸੇਮ ਹੀ ਹੈਗੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈਗੀ ਹੈ, ਕੋਈ ਵੀ ਸੁਣਾ ਸਕਦਾ, ਕੋਈ ਸੰਪਰਦਾਇ ਤੋਂ ਪੜ੍ਹ ਕੇ ਆ ਸਕਦਾ, ਕੋਈ ਕਾਲਜ ਤੋਂ ਪੜ੍ਹ ਕੇ ਆ ਸਕਦਾ ਹੈਗਾ, ਇਹ ਵੱਖਰੇਵੇਂ ਕਿਉਂ ਪੈਦਾ ਹੋ ਗਏ? ਦੇਖੋ ਬੜਾ ਕਲੀਅਰ ਹੈ ਇਹਦੇ 'ਚ, ਸੰਪਰਦਾ ਸਿੱਖੀ ਵਿੱਚ ਸਿਧਾਂਤ ਨਹੀਂ ਹੈ, ਕੋਈ ਸੰਪਰਦਾ ਨਹੀਂ ਹੈ, ਗੁਰਬਾਣੀ ਹੈ, ਗੁਰਬਾਣੀ ਦੀ ਇੱਕੋ ਇੰਟਰਪ੍ਰੀਟੇਸ਼ਨ ਹੋ ਸਕਦੀ ਹੈ, ਦੋ ਇੰਟਰਪ੍ਰੀਟੇਸ਼ਨ ਹੀ ਉਸਦੀਆਂ, ਜੇ ਦੋ ਇੰਟਰਪ੍ਰੀਟੇਸ਼ਨ ਹੁੰਦੀਆਂ ਤਾਂ ਦੈਟ ਮੀਨਸ ਕਿ ਗੁਰਬਾਣੀ ਜਿਹੜੀ ਹੈ ਸਪਸ਼ਟ ਨਹੀਂ ਹੈ। ਜੇ ਇੱਕ ਜਿਹਦੀ ਗੱਲ ਕਲੀਅਰ ਹੈ, ਮੀਨਿੰਗ ਕਲੀਅਰ ਹੈ, ਉਹਦੀਆਂ ਦੋ ਡੈਫੀਨੇਸ਼ਨਾਂ ਨਹੀਂ ਹੋ ਸਕਦੀਆਂ, ਅਤੇ ਜੇ ਦੋ ਡੈਫੀਨੇਸ਼ਨਾਂ ਹੁੰਦੀਆਂ ਨੇ ਤਾਂ ਉਹ ਜਿਹੜੀ ਸਿੱਖ ਉਹਦਾ ਅਸਰ ਨਹੀਂ ਹੋ ਸਕਦਾ, ਜਿਸ ਤਰੀਕੇ ਨਾਲ ਮਰਜ਼ੀ ਪੇਸ਼ ਕੀਤਾ ਜਾਂਦਾ। ਬਾਕੀ ਜਿੱਥੋਂ ਤੱਕ ਮਿਸ਼ਨਰੀ ਅਤੇ ਸੰਪਰਦਾ ਦੀ ਗੱਲ ਹੈ ਜਾਂ ਟਕਸਾਲ ਦੀ ਗੱਲ ਹੈ, ਸਿੱਖ ਸਿਧਾਂਤਾਂ ਮੁਤਾਬਕਤਾ ਇੱਕੋ ਹੀ ਨਹੀਂ ਹਨ। ਇਹ ਸਾਰਾ ਪ੍ਰਚਾਰ ਜਿਹੜਾ ਹੈ, ਜਿਹੜੀਆਂ ਇਹਦੇ 'ਚ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ, ਉਹ ਬਹੁਤੀਆਂ ਗੈਰ ਸਿੱਖ ਗ੍ਰੰਥਾਂ ਵਿੱਚੋਂ ਨੇ, ਮੈਂ ਨਾਂ ਨਹੀਂ ਲੈਂਦਾ ਕਿਸੇ ਧਰਮ ਦਾ, ਪਰ ਗੈਰ ਸਿੱਖ ਗ੍ਰੰਥਾਂ ਵਿੱਚੋਂ ਨੇ, ਜਿਹੜੀਆਂ ਮਿਥਾਸ ਨੇ, ਜਿਹੜੀਆਂ ਕਲਪਨਿਕ ਕਹਾਣੀਆਂ ਨੇ। ਉਹ ਕਲਪਨਿਕ ਕਹਾਣੀਆਂ ਜਦੋਂ ਸੁਣਾਈਆਂ ਜਾਂਦੀਆਂ ਨੇ, ਲੋਕ ਕੰਨ ਰਸ ਨਾਲ ਸਵਾਦ ਤਾਂ ਲੈ ਜਾਂਦੇ ਨੇ, ਪਰ ਉਹਦਾ ਅਸਰ ਕੋਈ ਨਹੀਂ ਹੁੰਦਾ। ਇਹ ਫਰਕ ਹੈ ਮਿਸ਼ਨਰੀਆਂ ਦਾ। ਮਿਸ਼ਨਰੀ ਵੀ ਜਿਹੜੇ ਨੇ, ਉੱਥੇ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1927 ਵਿੱਚ ਪਹਿਲਾ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ 'ਚ ਪੁਤਲੀ ਘਰ 'ਚ ਖੋਲ੍ਹਿਆ ਸੀਗਾ, ਉਹ ਸ਼੍ਰੋਮਣੀ ਕਮੇਟੀ ਦਾ ਸੀਗਾ। ਅਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿੰਨੇ ਮਿਸ਼ਨਰੀ ਕਾਲਜ ਖੁੱਲ੍ਹੇ ਆ। ਹੁਣ ਸਵਾਲ ਇਹ ਵੀ ਕੀ ਉਹ ਸਿੱਖ ਮਿਸ਼ਨਰੀ ਕਾਲਜ ਦੇ ਉਲਟ ਸਿੱਖਿਆ ਦੇ ਰਹੇ ਨੇ, ਕਿ ਸ਼੍ਰੋਮਣੀ ਕਮੇਟੀ ਨੇ ਜਿਹੜੀਆਂ ਚੀਜ਼ਾਂ ਐਸਟੈਬਲਿਸ਼ ਕੀਤੀਆਂ ਉਹਦੇ ਉਲਟ ਦੇ ਰਹੇ ਆ? ਨਹੀਂ, ਕੋਈ ਨਹੀਂ ਦੇ ਰਿਹਾ, ਕਿਉਂਕਿ ਉਹ ਸਿੱਖ ਰਹਿਤ ਮਰਿਆਦਾ ਜਿਹੜੀ ਅਕਾਲ ਤਖ਼ਤ ਤੋਂ 1945 ਵਿੱਚ ਲਾਗੂ ਹੋਈ ਹੈ, ਉਹਦੇ ਮੁਤਾਬਕ ਸਾਰਾ ਸਿਲੇਬਸ ਨੇ, ਉਹਦੇ ਮੁਤਾਬਕ ਟੀਚਿੰਗ ਕਰਦੇ ਨੇ। ਜਦਕਿ ਇਹਦੇ ਉਲਟ ਜਿਹੜੇ ਸੰਪਰਦਾਵਾਂ ਨੇ ਉਹ ਡੇਰਿਆਂ ਨਾਲ ਸੰਬੰਧਿਤ ਨੇ, ਅਤੇ ਡੇਰਿਆਂ ਦੀ ਆਪੋ ਆਪਣੀ ਮਰਿਆਦਾ ਹੈ। ਇੱਥੇ ਜਿਹੜੀ ਹੈ, ਮੈਂ ਕਿਉਂਕਿ ਮੈਂ ਚਾਹੁੰਦਾ ਹੈਗਾ ਤੁਹਾਡੇ ਕੋਲ ਜ਼ਿਆਦਾ ਤੋਂ ਜ਼ਿਆਦਾ ਅਲੱਗ ਅਲੱਗ ਵਿਸ਼ਿਆਂ ਉੱਤੇ ਜਿਹੜੀ ਜਾਣਕਾਰੀ ਲਈ ਜਾਵੇ, ਅਤੇ ਇਸ ਕਰਕੇ ਮੈਂ ਬਹੁਤਾ ਲੰਬਾ ਨਹੀਂ ਇੱਕ ਵਿਸ਼ੇ ਨੂੰ ਖਿੱਚਣਾ ਚਾਹਾਂਗਾ। ਪਰ ਇਹ ਜਿਹੜੀ ਗੱਲ ਹੈਗੀ ਕਿ ਵਖਰੇਵਾਂ ਹੈਗਾ ਉਹ 'ਤੇ ਮੈਂ ਵੀ, ਜੇ ਆਪਾਂ ਰਹਿਤ ਮਰਿਆਦਾ ਦੀ ਜਿਵੇਂ ਗੱਲ ਕੀਤੀ ਹੈਗੀ ਹੈ, ਤੁਹਾਨੂੰ ਨਹੀਂ ਲੱਗਦਾ ਕਿ 90% ਸਾਰੇ ਸਿੱਖ ਮੰਨਦੇ ਨੇ, ਭਾਵੇਂ ਸੰਪਰਦਾ ਵਾਲੇ ਹੋਣ ਜਾਂ ਮਿਸ਼ਨਰੀ ਹੋਣ ਜਾਂ ਕੋਈ ਵੀ ਆਮ ਗੁਰਦੁਆਰੇ ਸਾਹਿਬ ਦੀਆਂ ਕਮੇਟੀਆਂ ਹੈਗੀਆਂ, 90% ਦੇ ਆਪਾਂ ਸਾਰੇ ਮੰਨਦੇ ਹੀ ਹੈਗੇ, 10% ਦੇ ਵਖਰੇਵੇਂ ਨੇ ਕਿ ਜੇ ਜ਼ਿਆਦਾ ਵਖਰੇਵੇਂ ਹੈਗੇ? 90% ਵਖਰੇਵੇਂ ਆ। ਕਿਸ ਤਰ੍ਹਾਂ? ਮਤਲਬ ਮਿਸਾਲ ਵਜੋਂ ਜੋ ਰਿਚੁਅਲਿਜ਼ਮ ਹੈ, ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਤਾ ਜਾਣਾ ਹੈ, ਜੋ ਗੁਰੂ ਗ੍ਰੰਥ ਸਾਹਿਬ ਦੇ ਪਾਠ ਪੂਜਾ ਵੇਲੇ ਕੀਤਾ ਜਾਣਾ ਹੈ, ਉਹ ਜੋ ਮਰਿਆਦਾ 'ਚ ਅਕਾਲ ਤਖ਼ਤ ਦੇ ਲਿਖਿਆ ਹੈ, ਕਿਸੇ ਡੇਰੇ 'ਤੇ ਨਹੀਂ ਕੀਤਾ ਜਾਂਦਾ। ਇੱਕ ਦੂਸਰੀ ਗੱਲ ਇਹ ਹੈ ਵੀ ਅਕਾਲ ਤਖ਼ਤ ਦੀ ਮਰਿਆਦਾ ਮੁਤਾਬਕ ਕਿਸੇ
ਵਿਅਕਤੀ ਦੀ ਵਰਸ਼ਿਪ ਨਹੀਂ ਹੋ ਸਕਦੀ, ਪੂਜਾ ਨਹੀਂ ਹੋ ਸਕਦੀ, ਉਹਦੇ ਦਿਨ ਨਹੀਂ ਮਨਾਏ ਜਾ ਸਕਦੇ। ਗੁਰੂਆਂ ਦੇ ਦਿਨ ਤਾਂ ਮਨਾਏ ਜਾ ਸਕਦੇ ਹਨ, ਡੇਰਿਆਂ ਵਿੱਚ ਕਿਸੇ ਗੁਰੂ ਦਾ ਦਿਨ ਨਹੀਂ ਮਨਾਇਆ ਜਾਂਦਾ। ਤੁਸੀਂ ਦੇਖੋ ਮਸਤੂਆਣਾ ਹੈ, ਰਾੜਾ ਹੈ, ਕਲੇਰਾਂ ਹੈ, ਜਿੰਨੇ ਵੀ ਮੁੱਖ ਡੇਰੇ ਨੇ, ਇਹਨਾਂ ਵਿੱਚ ਪਿਓਵਾ ਡੇਰਾ ਹੈ, ਕਿਸੇ ਵੀ ਡੇਰੇ ਵਿੱਚ ਗੁਰੂਆਂ ਦੇ ਦਿਨ ਨਹੀਂ ਮਨਾਏ ਜਾਂਦੇ, ਉਹਨਾਂ ਦੇ ਮੋਢੀਆਂ ਦੇ ਦਿਨ ਮਨਾਏ ਜਾਂਦੇ ਆ। ਤੋ ਇਹ ਸਿੱਧਾ ਹੀ ਜਿਹੜੀ ਹੈ ਪਰਸਨੈਲਿਟੀ ਵਰਸ਼ਿਪ ਹੈ, ਸਿੱਖਇਜ਼ਮ ਪਰਸਨੈਲਿਟੀ ਵਰਸ਼ਿਪ ਦੀ ਇਜਾਜ਼ਤ ਨਹੀਂ ਦਿੰਦਾ। ਫਿਰ ਉਸ ਤੋਂ ਬਾਅਦ ਜੋ ਉੱਥੇ ਜਿੱਦਾਂ ਨਾਮ ਮਾਨੀ ਨਾਮ ਬਾਣੀ ਨਾਮ ਦਾ ਜਿਹੜਾ ਸ਼ੁਰੂ ਕੀਤਾ ਗਿਆ ਵੀ ਨਾਮ ਜਪੋ ਨਾਮ ਜਪੋ, ਇਹ ਗੁਰੂ ਰਹਿਤ ਮਰਿਆਦਾ ਦੇ ਮੁਤਾਬਕ ਬਿਲਕੁਲ ਗਲਤ ਹੈ। ਰਹਿਤ ਮਰਿਆਦਾ ਕਹਿੰਦੇ ਵੀ ਬਾਣੀ ਪੜ੍ਹੋ, ਸਮਝੋ ਅਤੇ ਉਹਨੂੰ ਉਹਦੇ 'ਤੇ ਅਮਲ ਕਰੋ। ਸੁਣਿਆ ਮੰਨਿਆ ਮਨ ਕੀਤਾ ਪਾਓ, ਸੁਣਨੀ ਹੈ, ਸੁਣਦਾ ਮਤਲਬ ਪੜ੍ਹਨਾ ਜਾਂ ਸੁਣਨਾ, ਮੰਨਣਾ ਉਹਦੇ 'ਤੇ ਅਕੀਦਾ ਰੱਖਣਾ, ਯਕੀਨ ਰੱਖਣਾ, ਭਰੋਸਾ ਰੱਖਣਾ, ਫਿਰ ਉਹਨੂੰ ਭਾਓ ਕਰਨਾ, ਪਿਆਰ ਕਰਨਾ, ਮਨ ਵਿੱਚ ਵਸਾਉਣਾ, ਉਹਦੇ 'ਤੇ ਅਮਲ ਕਰਨਾ। ਜਦਕਿ ਡੇਰਿਆਂ ਵਿੱਚ ਇਹ ਨਹੀਂ ਸਿਖਾਇਆ। ਡੇਰਿਆਂ ਵਿੱਚ ਕੀ ਸਿਖਾਇਆ ਜਾਂਦਾ, ਬਈ ਪਾਠ ਰੱਖੋ, ਇੱਕ ਕੋਤਰੀਆਂ ਰੱਖੋ, 100-100 ਪਾਠ ਕਰੋ, 1,00,000 ਪਾਠ ਜਪਜੀ ਸਾਹਿਬ ਦਾ ਕਰ ਲਓ, ਲੰਗਰ ਕਰਾਓ। ਜਿਹੜੇ ਚੁੱਪ ਪਾਠ ਵੀ ਹੋਣ ਲੱਗ ਪਏ ਨੇ, 200-200 ਇਕੱਠੇ ਪਾਠ ਵੀ ਹੁੰਦੇ ਨੇ, ਇਹ ਸਿੱਖ ਮਰਿਆਦਾ ਦੇ ਟੋਟਲੀ ਉਲਟ ਹੈ ਔਰ ਅਸੰਪਟ ਪਾਠ ਹੈ। ਇਹ ਹਰ ਡੇਰੇ ਵਿੱਚ ਇਹ ਕੁਛ ਹੁੰਦਾ। ਇਹ ਕਿਉਂ ਚੱਲ ਪਿਆ, ਤੁਸੀਂ ਕੀ ਕਰਨ ਸਕਦੇ ਅੱਗੇ ਕਿਉਂ ਚੱਲ ਪਿਆ? ਜੇ ਆਪਾਂ ਗੁਰਬਾਣੀ ਦੇ ਵਿੱਚ ਵੀ ਇਹ ਗੱਲ ਵਾਰ ਵਾਰ ਕਹੀ ਜਾਂਦੀ ਹੈਗੀ ਕਿ ਜਿੰਨੇ ਚਿਰ ਤੁਸੀਂ ਭਾਵੇਂ ਗਾਏ ਸੁਣੇ ਅੰਖੇ ਮੀਚੇ, ਜਿਵੇਂ ਭਾਈ ਗੁਰਦਾਸ ਜੀ ਤਾਂ ਹੈਗਾ ਵੀ ਇਹਦੇ ਨਾਲ ਤੁਸੀਂ ਪਰਮ ਪਦ ਨਹੀਂ ਪਾ ਸਕਦੇ ਜਿੰਨੇ ਚਿਰ ਉਹਨੂੰ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਨਹੀਂ ਲੈਂਦੇ ਹੈਗੇ, ਹੈ ਨਾ। ਪਰ ਇਹ ਡੇਰਿਆਂ ਵਾਲੇ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਕਿ ਉਹ ਇਹ ਗੁਰਬਾਣੀ ਨੂੰ ਸਮਝਦੇ ਨਹੀਂ ਹੈਗੇ, ਉਹਨਾਂ ਦੀ ਕੀ ਮਜਬੂਰੀ ਹੈਗੀ ਕਿ ਕੋਤਰੀਆਂ ਜਾਂ ਮਤਲਬ 150 ਕੋਤਰੀਆਂ ਇੱਦਾਂ ਦੇ ਜਿਹੜੇ ਪਾਠ ਚਲਾਉਣੇ ਜਾਂ ਸੰਪਰਕ ਪਾਠ ਚਲਾਉਣੇ, ਉਹਨਾਂ ਦੀ ਕੀ ਮਜਬੂਰੀ ਹੈਗੀ ਹੈ? ਬੜੀ ਸਪਸ਼ਟ ਗੱਲ ਹੈ ਵੀ ਜੇ ਤਾਂ ਉਹ ਲੋਕਾਂ ਨੂੰ ਗੁਰਬਾਣੀ ਦੇ ਅਰਥ ਦੱਸਣੇ ਸ਼ੁਰੂ ਕਰਨ, ਉਹ ਜੇ ਅਰਥ ਦੱਸ ਦੇਣ ਤਾਂ ਫਿਰ ਲੋਕ ਡੇਰੇ 'ਤੇ ਨਹੀਂ ਆਉਣਗੇ, ਲੋਕ ਸਿੱਖ ਰਹਿਤ ਮਰਿਆਦਾ ਵੱਲ ਮੁੜਨਗੇ, ਸਿੱਖ ਜੀਵਨ ਜਾਂਚ ਸਿੱਖਣਗੇ, ਆਪਣਾ ਇਖਲਾਕ ਜਿਹੜਾ ਹੈ, ਆਪਣਾ ਜੀਵਨ ਪੱਧਰ ਹੈ, ਸਮਾਜਿਕ ਜੀਵਨ ਹੈ, ਉਸ ਨੂੰ ਸੁਧਾਰਨਗੇ। ਪਰ ਜੇ ਡੇਰੇ ਵਿੱਚ ਇਹ ਚੀਜ਼ ਨਹੀਂ ਦੱਸੀ ਜਾਂਦੀ ਤਾਂ ਜੋ ਲੋਕਾਂ ਨੂੰ ਇਸ ਪਾਸੇ ਵੱਲ ਧਿਆਨ ਨਾ ਜਾਏ, ਬਸ ਵਾਹਿਗੁਰੂ 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 ਕਰਦੇ ਚੱਲੋ, ਜਾਂ ਪਾਠ ਸੁਣ ਲਓ, ਸੁਣਦਾ ਵੀ ਕੋਈ ਨਹੀਂ ਗਾ, ਜੇ ਸੁਣ ਵੀ ਲੈਣ 'ਤੇ ਅਰਥ ਨਹੀਂ ਸਮਝ ਆਉਂਦਾ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਜਿਹੜੀ ਹੈ ਗੁਰੂ ਦੀ ਸਿੱਖਿਆ ਕਦੇ ਨਹੀਂ ਆਉਂਦੀ। 99% ਮੈਂ ਡੱਬੇ ਨਹੀਂ ਕਹਿੰਦਾ, 99% ਡੇਰੇ ਐਸੇ ਹਨ ਜਿੱਥੇ ਗੁਰਬਾਣੀ ਦੀ ਕਦੇ ਕਥਾ ਨਹੀਂ ਕੀਤੀ ਜਾਂਦੀ ਔਰ ਤਕਰੀਬਨ ਸਾਰੇ ਦਾ ਸਾਰਾ ਸਮਾਂ ਜਿਹੜਾ ਉੱਥੇ ਜਾਂ ਕੀਰਤਨ ਅਤੇ ਪਾਠ 'ਤੇ ਲਾਇਆ ਜਾਂਦਾ, ਕੀਰਤਨ 'ਤੇ ਵੀ ਨਹੀਂ, ਬਹੁਤਾ ਪਾਠ 'ਤੇ ਹੀ ਲਾਇਆ ਜਾਂਦਾ, ਜਿਹਦਾ ਮਤਲਬ ਇਹ ਹੁੰਦਾ ਬਈ ਸਿੱਖ ਦੇ ਕੰਨ ਵਿੱਚ ਐਸੀ ਗੱਲ ਨਾ ਪੈ ਜਾਏ ਜਿਹੜੀ ਗੁਰਬਾਣੀ ਦੀ ਸਿੱਖਿਆ ਹੈ। ਇੱਕ ਜਿਵੇਂ ਤੁਸੀਂ ਡੇਰਿਆਂ ਦੀ ਗੱਲ ਕੀਤੀ ਹੈਗੀ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਹਨ, ਮਤਲਬ ਕਿ ਇੰਨੇ ਪੰਜਾਬ 'ਚ ਪਿੰਡ ਨਹੀਂ ਹੋਣੇ ਜਿੰਨੇ ਪੰਜਾਬ 'ਚ ਡੇਰੇ ਹੋ ਗਏ, ਇਹਦੇ 'ਚ ਮਾੜੀ ਵੀ ਕਿਹੜੀ ਗੱਲ ਹੈਗੀ ਹੈ? ਧਾਰਮਿਕ ਸਥਾਨ ਹੈ, ਗੁਰਬਾਣੀ ਦੇ ਨਾਲ ਜੋੜਦੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈਗਾ, ਅਤੇ ਇਹਦੇ 'ਚ ਕੀ ਮਤਲਬ ਤੁਸੀਂ ਸਮਝਦੇ ਹੈਗੇ ਵੀ ਸਿੱਖੀ ਨੂੰ ਢਾਲ ਲਾਉਣ ਵਾਲੀ ਕਿਹੜੀ ਗੱਲ ਹੋ ਗਈ ਵੀ ਸਿੱਖੀ ਦੇ ਪ੍ਰਚਾਰ ਕਰਦੇ ਹੈਗੇ? ਦੇਖੋ, ਬੇਸ਼ੱਕ ਗੁਰੂ ਗ੍ਰੰਥ ਸਾਹਿਬ ਪਏ ਆ ਉਹਨਾਂ 'ਤੇ, ਮੱਥਾ ਟੇਕਦੇ ਆ, ਜਿਸ ਤਰ੍ਹਾਂ ਮੈਂ ਕਿਹਾ ਵੀ ਵਰਸ਼ਿਪ ਹੈ ਉੱਥੇ, ਉੱਥੇ ਕਰਮ ਕਾਂਡ ਹੈ, ਕਰਮ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟਿਕਾ ਕੇ ਉਹਦੇ 'ਤੇ ਚੜਾਵਾ ਚੜਾ ਕੇ ਪੂਜਾ ਆਪਣੀ ਕਰਾਈ ਜਾਂਦੀ ਹੈ, ਸਿੱਖੀ ਨਹੀਂ ਦੱਸੀ ਜਾਂਦੀ, ਪੂਜਾ ਆਪਣੀ ਕਰਾਈ ਜਾਂਦੀ, ਕਰਮਕਾਂਡ ਵੱਲ ਤੋਰਿਆ ਜਾਂਦਾ। ਗੁਰੂ ਸਾਹਿਬ ਨੇ ਤਾਂ ਸਿੱਧਾ ਕਿਹਾ ਹੈ ਵੀ ਇੱਕ ਨਹੀਂ ਬਹੁਤ ਸਾਰੇ ਸ਼ਬਦ ਨੇ ਵੀ ਇਹ ਸਾਰਾ ਕਰਮਕਾਂਡ ਹੈ, ਛੋਟੀ ਦਾ ਪਖੰਡਾ ਜਦੋਂ ਗੁਰੂ ਨਾਨਕ ਸਾਹਿਬ ਆਸਾ ਦੀ ਵਾਰ ਵਿੱਚ ਕਹਿੰਦੇ ਆ ਵੀ ਇਹਨੂੰ ਪਖੰਡ ਕਹਿੰਦੇ ਆ, ਮਾਲਾ ਪਾ ਲਈ ਗਲ 'ਚ ਅਤੇ ਮੱਥੇ ਟੇਕ ਲੈ ਅਤੇ ਕੋਤਰੀਆਂ ਕਰ ਲਈਆਂ, ਇਹ ਸਾਰੇ ਦਾ ਸਾਰਾ ਸਿੱਖਇਜ਼ਮ ਨਹੀਂ ਹੈ, ਇਹ ਬਿਲਕੁਲ ਸਿੱਖ ਨਹੀਂ ਹੈ। ਸਿੱਖੀ ਤਾਂ ਜੀਵਨ ਜਾਂਚ ਹੈ, ਉੱਥੇ ਜੀਵਨ ਜਾਂਚ ਨਹੀਂ ਸਿਖਾਈ ਜਾਂਦੀ, ਉੱਥੇ ਪੂਜਾ ਪਾਠ ਸਿਖਾਇਆ ਜਾਂਦਾ, ਅਤੇ ਪੂਜਾ ਪਾਠ ਭਾਵੇਂ ਬ੍ਰਾਹਮਣ ਕਰਦਾ, ਭਾਵੇਂ ਯੋਗੀ ਕਰਦਾ, ਭਾਵੇਂ ਮੁਸਲਮਾਨ ਕਰਦਾ, ਭਾਵੇਂ ਈਸਾਈ ਕਰਦਾ, ਜੇ ਇਸ ਨੂੰ ਸਿਰਫ ਉਹ ਰਸਮ ਦੇ ਤੌਰ 'ਤੇ ਕਰਦਾ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ। ਤੁਹਾਨੂੰ ਇਹ ਲੱਗਦਾ ਕਿ ਜਿਹੜੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹਿੰਦੂ ਧਰਮ ਦੇ ਵਿੱਚ ਗ੍ਰਾਫਟਾਂ ਸੀ ਜਿਵੇਂ ਮੂਰਤੀ ਪੂਜਾ ਦੀ ਜਾਂ ਵੀ ਪੂਜਾ ਪਾਠ ਵਾਲੇ ਕਰਮਕਾਂਡਾਂ ਵਾਲੇ ਜਿਹੜੇ ਸੀ ਉਹਨਾਂ 'ਤੇ ਜਿਹੜੀ ਹੈ ਚੋਟ ਕੀਤੀ ਸੀ ਅਤੇ ਉਹਨਾਂ ਚੱਕਰਾਂ ਦੇ ਵਿੱਚ ਸਿੱਖੀ ਫਸ ਗਈ? ਬਿਲਕੁਲ, ਸਿੱਖਇਜ਼ਮ ਸਾਰੇ ਦਾ ਸਾਰਾ ਜਿਹੜਾ ਨਾ ਇਸ ਵੇਲੇ ਉਹੀ ਹੋ ਗਿਆ ਜੋ ਗੁਰੂ ਨਾਨਕ ਸਾਹਿਬ ਨੇ ਰੱਦ ਕੀਤਾ ਸੀ, ਜਿਸ ਕਰਮ ਕਾਂਡ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਇਹ ਤੀਰਥ ਇਸ਼ਨਾਨ ਅਤੇ ਸਾਰੀਆਂ ਚੀਜ਼ਾਂ, ਗੁਰੂ ਸਾਹਿਬ ਅਸੀਂ ਗੁਰਦੁਆਰਿਆਂ ਨੂੰ ਵੀ ਤੀਰਥ ਬਣਾ ਲਿਆ, ਦਰਬਾਰ ਸਾਹਿਬ ਨੂੰ ਵੀ ਤੀਰਥ ਬਣਾ ਲਿਆ, ਉਹ ਦਰਬਾਰ ਸਾਹਿਬ ਦਾ ਸਰੋਵਰ ਜਿਹੜਾ ਅਸੀਂ ਇਸ਼ਨਾਨ ਕਰਨ ਵਾਸਤੇ ਲੋਕ ਬਹੁਤ ਆਉਣ ਲੱਗ ਪਏ ਸਨ ਅਤੇ ਪਾਣੀ ਨਹੀਂ ਸੀ ਹੁੰਦਾ ਅਤੇ ਉਹ ਪਾਣੀ ਇਕੱਠਾ ਕੀਤਾ ਸੀ ਇਸ਼ਨਾਨ ਕਰਨ ਵਾਸਤੇ, ਅਸੀਂ ਉਸ ਨੂੰ ਵੀ ਸਰੋਵਰ ਨੂੰ ਅੰਮ੍ਰਿਤ ਸਰੋਵਰ ਬਣਾਏ ਵੀ ਉਹਦੇ ਚੂੜੇ ਲਓ। ਇਸੇ ਤਰ੍ਹਾਂ ਜਿੱਦਾਂ ਵੀ ਗੁਰੂ ਗ੍ਰੰਥ ਸਾਹਿਬ ਸੀ ਸਿੱਖਿਆ ਵਾਸਤੇ ਸੀ, ਅਸੀਂ ਗੁਰੂ ਗ੍ਰੰਥ
ਤਰ੍ਹਾਂ ਸਾਨੂੰ ਇੱਕ ਸਟੈਚੂ ਦੇ ਤੌਰ 'ਤੇ 15-15 ਰੁਮਾਲੇ ਰੱਖ ਕੇ ਉਹਦੇ ਆਲੇ ਦੁਆਲੇ ਫੁੱਲ ਰੱਖ ਕੇ 15-15 ਲੱਖ ਰੁਪਏ ਦਾ ਚੰਦੋਆ ਲਾ ਕੇ ਉਸਨੂੰ ਅਸੀਂ ਪੂਜਾ ਵਾਸਤੇ ਬਣਾ ਰਹੇ ਹਾਂ। ਸੋ ਜੋ ਸਿੱਖਿਆ ਗੁਰੂ ਬਾਣੀ ਵਿੱਚ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਦੇ ਬਿਲਕੁਲ ਉਲਟ ਜਿਹੜਾ ਗੁਰਦੁਆਰਿਆਂ ਵਿੱਚ ਕੀਤਾ ਜਾ ਰਿਹਾ, ਡੇਰਿਆਂ 'ਚ ਉਸ ਤੋਂ ਵੀ ਜ਼ਿਆਦਾ ਕੀਤਾ ਜਾ ਰਿਹਾ। ਕਰਮਕਾਂਡ ਦੇ ਤੌਰ 'ਤੇ ਜਿਹੜਾ ਹੈਗਾ ਪਿਓਰ ਵਧਾਵਾ ਦੇਣਾ ਇਹ ਅਲੱਗ ਗੱਲ ਹੈਗੀ, ਪਰ ਜਿਵੇਂ ਆਪਾਂ ਜੇ ਕਹਿ ਲਏ ਤਾਂ ਜਿਹੜੇ ਬੰਦੇ ਦੀ ਰਿਸਪੈਕਟ ਹੋਵੇਗੀ ਉਹਦਾ ਹੀ ਬੰਦਾ ਕਹਿਣਾ ਵੀ ਮੰਨਦਾ ਹੈਗਾ। ਅਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਂ ਰਿਸਪੈਕਟ ਕਰਦੇ ਹੈਗੇ ਹਾਂ, ਆਦਰ ਮਾਨ ਕਰਦੇ ਹੈਗੇ ਹਾਂ ਉਹਨਾਂ ਦੇ, ਜਿਵੇਂ ਮਤਲਬ ਵਧੀਆ ਵਧੀਆ ਜਿਹੜੇ ਚੰਦੋਏ ਜਾਂ ਚੌਰਾਂ ਕਰਦੇ ਹੈਗੇ ਹਾਂ, ਅਤੇ ਤਾਂ ਹੀ ਸਾਡੇ ਮਨ 'ਚ ਵੀ ਭਾਵਨਾ ਆਉਂਦੀ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੀ ਹੈਗੇ ਨੇ ਅਤੇ ਇਹਨਾਂ ਦੀ ਗੱਲ ਵੀ ਤਾਂ ਸੁਣੀਏ ਅਤੇ ਵਿਚਾਰੀਏ, ਇਹ ਅਗਲਾ ਸਟੈਪ ਨਹੀਂ ਆ ਜਾਂਦਾ ਹੈਗਾ। ਬਿਲਕੁਲ ਨਹੀਂ ਆਉਂਦਾ, ਉਹਦਾ ਕਾਰਨ ਹੈ ਬਈ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਅਤੇ ਸਾਡੀ ਨਿਗਾਹ ਪੈਂਦੀ ਚੰਦੋਆ ਕਿੱਡਾ ਸ਼ਾਨਦਾਰ ਹੈ, ਕਿੰਨੇ ਸੋਹਣੇ ਫੁੱਲ ਰੱਖੇ ਹੋਏ ਆ, ਕਿੰਨੇ ਸੋਹਣੇ ਸ਼ਸਤਰ ਰੱਖੇ ਹੋਏ ਆ, ਕਿੰਨੇ ਸੋਹਣੇ ਰੁਮਾਲਿਆਂ ਨਾਲ ਸਜਾਇਆ ਹੋਇਆ ਹੈ, ਕਿਸ ਤਰ੍ਹਾਂ ਅੰਦਰ ਡੈਕੋਰੇਟ ਕੀਤਾ ਹੋਇਆ, ਦਰਬਾਰ ਸਾਹਿਬ ਨੂੰ ਕਿਵੇਂ ਸੋਨਾ ਚਾੜ ਕੇ, ਦਰਬਾਰ ਸਾਹਿਬ ਕੋਈ ਨਹੀਂ ਕਹਿੰਦਾ ਗੋਲਡਨ ਟੈਂਪਲ, ਕਹਿੰਦਾ ਵੀ ਸੁਨਹਿਰੀ ਮੰਦਰ ਹੈ, ਸੋਨਾ ਹੈ ਉੱਥੇ। ਉਸ ਗੁਰਦੁਆਰੇ ਦੀ ਪਰਿਕਰਮਾ ਬੜੀ ਸ਼ਾਨਦਾਰ ਬਣੀ ਹੈ, ਉੱਥੇ ਲੰਗਰ 36 ਪਦਾਰਥਾਂ ਦਾ ਮਿਲਦਾ ਹੈ, ਸਾਰਾ ਧਿਆਨ ਉੱਧਰ ਜਾਂਦਾ ਹੈ, ਕੋਈ ਜ਼ਰਾ ਵੀ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ ਵੀ ਉਹ ਜਿਹੜੀ ਰੁਮਾਲਿਆਂ ਦੇ ਵਿੱਚ ਢੱਕ ਕੇ ਰੱਖੀ ਹੋਈ ਹੈ ਉਸ ਸ਼ਬਦ ਵਿੱਚ ਕੀ ਕਿਹਾ ਜਾਏ, ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। 90% ਧਿਆਨ ਤਾਂ ਸਾਡਾ ਡੈਕੋਰੇਸ਼ਨ ਵੱਲ ਚੱਲ ਜਾਂਦਾ, 10% ਜੋ ਹੈ ਇਸ ਨੂੰ ਆਪਾਂ ਸੋਸ਼ਲ ਗੈਦਰਿੰਗ ਮੰਨਦੇ ਹਾਂ, ਅਤੇ ਗੁਰਬਾਣੀ ਜਿਹੜੀ ਹੈ ਉਹ ਸਾਡੇ ਕੋਲ 0% ਆਉਂਦੀ। ਇੱਕ ਜਿਹੜੀ ਹੋਰ ਆਉਂਦੀ ਹੈ, ਜਿਵੇਂ ਤੁਹਾਡੇ ਵਰਗੇ ਵਿਚਾਰਵਾਨ ਜਿਹੜੇ ਹੈਗੇ ਨੇ ਉਹਨਾਂ 'ਤੇ ਕਈ ਲੋਕ ਇਹ ਲਾਉਂਦੇ ਹੈਗੇ ਇਲਜ਼ਾਮ ਕਿ ਤੁਸੀਂ ਜਿਹੜਾ ਹੈਗਾ ਜ਼ਿਆਦਾ ਕਰਕੇ ਟਾਰਗੇਟ ਕਰਦੇ ਹੈਗੇ ਵੀ ਜੇ ਸਿੱਖੀ ਦੇ ਪ੍ਰਚਾਰ ਕਰਨ ਵਾਲੇ ਡੇਰੇ ਹੈਗੇ ਨੇ ਉਹਨਾਂ 'ਤੇ ਟਾਰਗੇਟ ਕਰਦੇ ਹੈਗੇ, ਜਦਕਿ ਹੋਰ ਪੰਜਾਬ ਦੇ ਵਿੱਚ ਜਿਵੇਂ ਮੰਨ ਲਓ ਕਿ ਆਪਣੇ ਆਸ਼ੂਤੋਸ਼ ਦਾ ਡੇਰਾ ਹੋ ਗਿਆ ਜਾਂ ਰਾਧਾ ਸਵਾਮੀਆਂ ਦਾ ਡੇਰਾ ਜਾਂ ਸੱਚੇ ਸੌਦੇ ਵਾਲਾ ਸਿਰਸੇ ਵਾਲਾ ਹੈਗਾ, ਵੀ ਜੇ ਜਾਂ ਹੁਣ ਹੋਰ ਇੱਕ ਨਵੀਂ ਜਿਹੜੀ ਹੈਗੀ ਹੈ ਪਿਰਤ ਚੱਲ ਗਈ, ਪਹਿਲਾਂ ਹੌਲੀ ਹੌਲੀ ਚੱਲਦੀ, ਹੁਣ ਵੱਡੇ ਪੱਧਰ 'ਤੇ ਚੱਲ ਗਈ ਹੈਗੀ ਕਿ ਜਿਹੜੇ ਪੀਰਾਂ ਦੀਆਂ ਜਗ੍ਹਾ ਦੇ ਉੱਤੇ ਮੇਲੇ ਲੱਗਦੇ ਨੇ, ਵੱਡੇ ਵੱਡੇ ਸਿੰਗਰ ਆਉਂਦੇ ਨੇ ਉੱਥੇ, ਲੋਕ ਜਿਹੜੇ ਹੈਗੇ ਨੇ ਜੁੜੀ ਜਾ ਰਹੇ ਹੈਗੇ ਨੇ, ਵੀ ਉਹਨਾਂ ਬਾਰੇ ਤੁਸੀਂ ਜਿਹੜਾ ਹੈਗਾ ਕੁਛ ਨਹੀਂ ਕਹਿੰਦੇ ਵੀ ਜੇ ਇਹ ਪੰਜਾਬ ਦੇ 'ਚ ਇਹ ਡੇਰੇ ਵੀ ਨਾ ਹੋਣ, ਸਿੱਖੀ ਵਾਲੇ ਜਿਹੜੇ ਡੇਰੇ ਹਨ ਜੇ ਉਹ ਵੀ ਨਾ ਹੋਣ ਅਤੇ ਜਿਹੜੇ ਰਹਿੰਦੇ ਖੁੰਹਦੇ ਸਿੱਖ ਹੈਗੇ ਨੇ ਇਹਨਾਂ ਡੇਰੇ ਨਾਲ ਜੁੜੇ ਵੀ ਉੱਧਰ ਹੀ ਚਲੇ ਜਾਣੇ ਹੈਗੇ ਨੇ, ਇਹਦੇ 'ਚ ਮਾੜੀ ਕਿਹੜੀ ਗੱਲ ਹੈਗੀ ਹੈ, ਤੁਸੀਂ ਕਿੰਨਾ ਕੁ ਸਹਿਮਤ ਰੱਖੋ? ਮੈਂ ਸਮਝਦਾ ਵੀ ਜਿਹੜਾ ਸਾਡਾ ਸੈਕਸ਼ਨ ਹੈ, ਬੁੱਧੀਜੀਵੀਆਂ ਦਾ ਸੈਕਸ਼ਨ ਕਹਿ ਲਓ ਜਾਂ ਲੇਖਕਾਂ ਦਾ ਸੈਕਸ਼ਨ ਕਹਿ ਲਓ, ਅਸੀਂ ਡੇਰਿਆਂ ਦੇ ਖਿਲਾਫ ਨਹੀਂ ਹਾਂ, ਅਸੀਂ ਹਰ ਗੱਲ ਜਿਹੜੀ ਕਰਮਕਾਂਡ ਦੀ ਹੈ, ਜਿਹੜੀ ਗੁਰਮਤ ਦੇ ਉਲਟ ਹੈ, ਜਿਹੜੀ ਸਿੱਖ ਧਰਮ ਦੇ ਪ੍ਰਚਾਰ ਦੇ ਉਲਟ ਹੈ, ਅਸੀਂ ਉਸ ਚੀਜ਼ ਦੇ ਉੱਤੇ ਆਲੋਚਨਾ ਕਰਦੇ ਹਾਂ। ਮੇਰੇ ਖਿਆਲ 'ਤੇ ਅਸੀਂ ਸਭ ਤੋਂ ਜ਼ਿਆਦਾ ਜਿਹੜੇ ਆ ਪੀਰਾਂ ਦੀਆਂ ਜਿਹੜੀਆਂ ਕਬਰਾਂ ਨੇ ਉਹਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਹ ਇਸ ਵੇਲੇ ਮਿਸ਼ਨਰੀ ਮੂਵਮੈਂਟ ਵਾਲਿਆਂ ਨੇ ਹੀ ਚਲਾਈ ਹੋਈ ਹੈ, ਭਾਵੇਂ ਇਹਦੇ ਵਿੱਚ ਜਿੱਦਾਂ ਬਲਵੰਤ ਸਿੰਘ ਆਨੰਦਗੜ੍ਹ ਹੈ, ਦਮਦਮਾ ਸਾਹਿਬ ਵਾਲਾ ਜਾਂ ਹੋਰ ਕਈ ਜਿਹੜੇ ਨੇ ਉਹ ਵੀ ਇਹਦੇ 'ਚ ਹਿੱਸਾ ਪਾਉਂਦੇ ਨੇ, ਪਰ ਬਹੁਤਾ ਜਿਹੜਾ ਇਸ ਲਹਿਰ ਨੂੰ ਮਿਸ਼ਨਰੀ ਮੂਵਮੈਂਟ 'ਚ ਲੈ। ਨੰਬਰ 2, ਜਿੱਥੋਂ ਤੱਕ ਨੂਰ ਮਹਿਲਾ ਜਾਂ ਹੋਰ ਡੇਰੇ ਹੈ ਜਿਹੜੇ, ਦੇਖੋ ਦੋ ਤਰ੍ਹਾਂ ਦੇ ਡੇਰੇ ਨੇ, ਇੱਕ ਉਹ ਡੇਰੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਰੱਖ ਕੇ ਅਤੇ ਪੂਜਾ ਆਪਣੀ ਕਰਾਉਂਦੇ ਆ, ਮਰਿਆਦਾ ਆਪਣੀ ਚਲਾਉਂਦੇ ਆ ਅਤੇ ਸਿਰਫ ਇਸ ਨੂੰ ਕਰਮਕਾਂਡ ਕਰਦੇ ਆ। ਇੱਕ ਉਹ ਹੈ ਜਿਹੜੇ ਸਿੱਖ ਡੇਰੇ ਨਹੀਂ ਹਨ, ਆਸ਼ੂਤੋਸ਼ ਦਾ ਸਿੱਖਾਂ ਦੇ ਨਾਲ ਕੋਈ ਸੰਬੰਧ ਨਹੀਂ, ਰਾਧਾ ਸਵਾਮੀ ਸਰਸਾ ਵਾਲਾ ਹੈ ਉਹਦਾ ਸਿੱਖਾਂ ਦੇ ਡੇਰਿਆਂ ਦੇ ਨਾਲ ਕੋਈ ਸੰਬੰਧ ਨਹੀਂ, ਉਹ ਆਪਣੀ ਵੱਖਰੀ ਮਰਿਆਦਾ ਚਲਾਉਣ 'ਤੇ ਉਹਨਾਂ ਨੂੰ ਅਸੀਂ ਕੁਝ ਨਹੀਂ ਕਹਿ ਸਕਦੇ। ਜੇ ਹਿੰਦੂ ਧਰਮ ਵਾਲੇ ਆਪਣਾ ਪ੍ਰਚਾਰ ਕਰਦੇ ਉਹਨਾਂ ਦਾ ਹੱਕ ਬਣਦਾ ਹੈ, ਮੁਸਲਮਾਨ ਦਾ ਹੱਕ ਬਣਦਾ ਹੈ, ਡੇਰਿਆਂ ਦਾ ਹੱਕ ਬਣਦਾ ਹੈ। ਮੈਂ ਸਮਝਦਾ ਵੀ ਕਈ ਲੋਕ ਕਹਿੰਦੇ ਵੀ ਸਰਸਾ ਵਾਲੇ ਡੇਰੇ ਦਾ ਫਲਾਣੀ ਥਾਂ ਨਹੀਂ ਬਣ ਦੇਣਾ ਚਾਹੀਦਾ, ਮੈਂ ਇਸ ਨੂੰ ਗਲਤ ਸਮਝਦਾ। ਜੇ ਤੁਸੀਂ ਇਹਨਾਂ ਨੂੰ ਕੱਟਣਾ ਹੈ ਇਹਦੇ ਆਪਣਾ ਪ੍ਰਚਾਰ ਕਰੋ, ਆਪਣੀ ਲਕੀਰ ਵੱਡੀ ਕਰੋ, ਦੂਜੇ ਦੀ ਲਕੀਰ ਛੋਟੀ ਕਰਨ ਦੀ ਕੋਸ਼ਿਸ਼ ਨਾ ਕਰੋ। ਜੇਕਰ ਡੇਰੇ ਇਹਨਾਂ ਦੇ ਸਰਸਾ ਵਾਲੇ ਜਾਂ ਰਾਧਾ ਸਵਾਮੀ ਜਾਂ ਕਿਸੇ ਹੋਰ ਦੀ ਪ੍ਰਚਾਰ ਦੀ ਫੋਲੋਇੰਗ ਵਧੀ ਹੈ, ਉਹਨਾਂ ਦੇ ਚੇਲੇ ਵਧੇ ਨੇ, ਤਾਂ ਇਹਦੇ 'ਚ ਕੁਝ ਕਸੂਰ ਸਾਡਾ ਵੀ ਹੈ, ਅਸੀਂ ਲੋਕਾਂ ਨੂੰ ਉਹ ਦਿੱਤਾ ਨਹੀਂ ਹੈ। ਦੇਖੋ ਖਾਸ ਕਰਕੇ ਹੁਣ ਤੁਸੀਂ ਪਿੰਡਾਂ ਵਿੱਚ ਦੇਖੋ, ਕਈ ਪਿੰਡਾਂ ਵਿੱਚ ਅਖੌਤੀ ਦਲਿਤ ਜਿਹੜੇ ਸਿੱਖੀ 'ਚ ਸਿੱਖੀ ਜਾਤ ਪਾਤ ਤਾਂ ਆਉਂਦੀ ਨਹੀਂ ਹੈ, ਪਰ ਦਲਿਤਾਂ ਵਾਸਤੇ ਵੱਖਰੇ ਗੁਰਦੁਆਰੇ ਅਤੇ ਵੱਖਰੇ ਸ਼ਮਸ਼ਾਨ ਘਾਟ ਤੱਕ ਬਣ ਗਏ ਨੇ। ਇਹ ਗੁਰੂ ਦੀ ਸਿੱਖਿਆ ਦੇ ਉਲਟ ਹੈ, ਅਸੀਂ ਗੁਰੂ ਦੀ ਸਿੱਖਿਆ ਦਾ ਪ੍ਰਚਾਰ ਹੋਣ ਨਹੀਂ ਦਿੱਤਾ, ਔਰ ਇਹ ਸਾਰਾ ਕਸੂਰ ਜਿਹੜਾ ਹੈ, ਤਕਰੀਬਨ ਸਾਰਾ ਕਸੂਰ ਇਹਨਾਂ ਡੇਰਿਆਂ ਦਾ ਹੈ। ਤੁਹਾਨੂੰ ਦੇਖੋ ਘੱਟ ਤੋਂ ਘੱਟ 20 ਡੇਰੇ ਮੈਂ ਐਸੇ ਜਾਣਦਾ ਜਿੱਥੇ ਅਖੌਤੀ ਅਛੂਤ ਨੂੰ ਲੰਗਰ ਵਿੱਚ ਵੱਖਰੇ ਬਿਠਾਇਆ ਜਾਂਦਾ ਹੈ, ਜਿਹਨਾਂ ਨੂੰ ਖੰਡੇ ਦੀ ਪੌ ਅਮ੍ਰਿਤ ਜਿਹੜਾ ਛਕਾਉਣਾ ਹੋਵੇ ਉਹਨਾਂ ਨੂੰ ਵੱਖਰਾ ਛਕਾਇਆ ਜਾਂਦਾ ਚੌਥੇ ਪੌੜੇ 'ਤੇ ਕਹਿ ਕੇ। ਇਹਨਾਂ ਲੋਕਾਂ ਨੇ ਸਿੱਖੀ ਦਾ ਬੇੜਾ ਗਰਕ ਕੀਤਾ, ਇਹ 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 ਸਿੱਖੀ ਦੀ ਸੇਵਾ ਕਰ ਰਹੇ ਨੇ ਕਿ ਸਿੱਖੀ ਦਾ ਨੁਕਸਾਨ ਕਰ ਰਹੇ ਨੇ? ਸਿੱਖਾਂ ਨੂੰ ਜੋ ਜ਼ਾਤ ਪਾਤ ਤੋਂ ਗੁਰੂ ਨੇ ਕੱਢਿਆ ਸੀ ਅਸੀਂ ਉਸੇ ਪਾਸੇ ਵੜ ਰਹੇ ਹਾਂ, ਅਤੇ ਜਿਹੜੇ ਇਹ ਕਰਦੇ ਨੇ ਉਹ ਸਿੱਖੀ ਦੇ ਇਹਨਾਂ ਡੇਰਿਆਂ ਨਾਲ
ਨੂੰ ਵੱਡੇ ਦੁਸ਼ਮਣ ਨੇ ਜਿਹੜੇ ਆਸ਼ੂਤੋਸ਼ ਜਾਂ ਰਾਧਾ ਸਵਾਮੀ ਨੇ। ਤੁਹਾਡਾ ਕਹਿਣ ਦਾ ਮਤਲਬ ਇਹ ਕਿ ਆਪਣੇ ਘਰ ਨੂੰ ਆਪਾਂ ਠੀਕ ਕਰੀਏ ਅਤੇ ਉਹਦੇ 'ਚ ਬਿਹਤਰ ਹੈਗੀ ਕਿ ਦੂਸਰੇ ਦੇ ਆਪਾਂ ਉਂਗਲ ਬਾਅਦ 'ਚ ਉਠਾਵਾਂਗੇ ਕਿ ਪਹਿਲਾਂ ਆਪਣੇ ਜਿਹੜੇ ਘਰ ਹੈਗਾ ਵੀ ਉਹਨੂੰ ਠੀਕ ਕਰੀਏ, ਵੀ ਜਿੱਥੋਂ ਸਿੱਖੀ ਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਅਤੇ ਉਹਦੇ ਕੋਲੋਂ ਆਪਾਂ ਪ੍ਰਕਾਸ਼ ਲਈਏ ਵੀ। ਹਾਂਜੀ ਬਿਲਕੁਲ, ਸਾਨੂੰ ਪੋਜ਼ਿਟਿਵ ਰੋਲ ਪਲੇ ਕਰਨਾ ਚਾਹੀਦਾ, ਨੈਗੇਟਿਵ ਨਹੀਂ। ਅਸੀਂ ਕਿਸੇ ਦੇ ਧਰਮ ਦੇ ਖਿਲਾਫ ਜੇ ਬੋਲੀਏ ਤਾਂ ਉਹ ਨੈਗੇਟਿਵ ਰੋਲ ਹੈ, ਅਸੀਂ ਆਪਣੇ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰੀਏ ਉਹ ਪੋਜ਼ਿਟਿਵ ਰੋਲ ਹੈ, ਪਰ ਆਪਣੇ ਧਰਮ ਵਿੱਚ ਜਿਹੜੀਆਂ ਗਲਤ ਮਰਿਆਦਾਵਾਂ ਜਿਹੜੀਆਂ ਪਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਰੁਕਣਾ ਜਿਹੜਾ ਉਹ ਪਹਿਲੀ ਗੱਲ ਹੈ, ਉਸ ਤੋਂ ਬਾਅਦ ਅਸੀਂ ਪੋਜ਼ਿਟਿਵ ਪ੍ਰਚਾਰ ਕਰ ਸਕਾਂਗੇ। ਇੱਕ ਤੁਸੀਂ ਬੜੀ ਖੋਜ ਕੀਤੀ ਹੈ ਅਕਾਲ ਤਖਤ ਸਾਹਿਬ ਦੇ ਕੰਸੈਪਟ ਦੇ ਉੱਤੇ, ਇਹ ਅਕਾਲ ਤਖਤ ਦਾ ਕੰਸੈਪਟ ਜਿਹੜਾ ਹੈ ਵੀ ਅਕਾਲ ਤਖਤ ਦਾ ਕੰਸੈਪਟ ਹੋ ਗਿਆ ਜਾਂ ਅਕਾਲ ਤਖਤ ਦਾ ਜਿਹੜੇ ਜਥੇਦਾਰ ਦਾ ਜਿਹੜੇ ਫੈਸਲੇ ਆਉਂਦੇ ਹੈਗੇ ਨੇ ਪੰਥ ਨਾਲ, ਜਿਹੜੇ ਵੱਡੇ ਪੱਧਰ 'ਤੇ ਪੰਥ ਨੂੰ ਜਿਹੜੇ ਪੇਸ਼ ਆਉਂਦੇ ਨੇ ਮਸਲੇ, ਉਹਨਾਂ ਦੇ ਫੈਸਲੇ ਲੈਂਦੇ ਹੈਗੇ, ਇਸ ਨੂੰ ਤੁਸੀਂ ਕਿੰਨਾ ਇੱਕ ਹੱਦ ਤੱਕ ਸਹੀ ਸਮਝਦੇ ਹੈਗੇ ਇਤਿਹਾਸਕ ਜੇ ਆਪਾਂ ਨਜ਼ਰੀਏ ਤੋਂ ਦੇਖੀਏ ਤਾਂ? ਦੇਖੋ, ਅਕਾਲ ਤਖਤ ਦਾ ਮਤਲਬ ਹੈ ਅਕਾਲ ਪੁਰਖ ਦਾ ਤਖਤ, ਉਹ ਤਖਤ ਜਿਹੜਾ ਅਕਾਲ ਹੈ ਜਿਹਦੀ ਲਿਮਿਟ ਕੋਈ ਨਹੀਂ ਹੈ, ਜਿਹਦਾ ਕਦੇ ਖਤਮ ਨਹੀਂ ਹੋ ਸਕਦਾ। ਆਮ ਤਖਤ ਤਾਂ ਜਿਹੜੇ ਨੇ ਰਾਜਿਆਂ ਦੇ, ਰਾਜੇ ਦੀ ਮੌਤ ਤੋਂ ਬਾਅਦ ਖਤਮ ਹੈ, ਜਿੱਦਾਂ ਅੱਜ ਕੱਲ੍ਹ ਵੱਖਰੀ ਕਿਸਮ ਦੇ ਰਾਜੇ ਆ ਗਏ ਨੇ, ਰਾਸ਼ਟਰਪਤੀ, ਪ੍ਰੈਜ਼ੀਡੈਂਟ, ਚਾਂਸਲਰ, ਉਹਨਾਂ ਦੀ ਮਿਆਦ 4 ਹੈ, ਕਿਸੇ ਦੀ 8 ਸਾਲ ਹੈ, ਪਰ ਅਕਾਲ ਪੁਰਖ ਦੇ ਤਖਤ ਦੀ ਕੋਈ ਮਿਆਦ ਨਹੀਂ, ਸਦੀਵੀ ਤਖਤ ਹੈ ਅਤੇ ਅਕਾਲ ਪੁਰਖ ਹੀ ਸਦੀਵੀ ਹੈ, ਇੱਕ ਉਹੀ ਸੱਚ ਹੈ, ਉਹੀ ਸੱਤ ਨਾਮ ਹੈ। ਤੋ ਉਸ ਸਿੱਖ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਇਹ ਗੱਲ ਕਹੀ ਸੀ ਅਕਾਲ ਤਖਤ ਦੀ, ਇਹ ਵੀ ਸਿੱਖ ਜਿਹੜਾ ਹੈ ਉਹਦੀ ਵਫਾਦਾਰੀ ਅਕਾਲ ਪੁਰਖ ਨਾਲ ਹੈ, ਉਹਦੇ ਤਖਤ ਨਾਲ ਹੈ, ਯਾਨੀ ਇਹਦਾ ਮਤਲਬ ਵੀ ਸਿੱਧਾ ਹੀ ਸੀ ਵੀ ਅਕਾਲ ਪੁਰਖ ਹੀ ਹੈ ਜਿਹਦੇ ਨਾਲ ਸਾਡੀ ਵਫਾਦਾਰੀ ਹੋਣੀ ਚਾਹੀਦੀ, ਇੱਕ ਸਿਧਾਰਥ ਸੀਗਾ। ਪਰ ਇਹ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਅਕਾਲ ਤਖਤ ਦੀ ਜਿਹੜੀ ਸਥਾਪਨਾ ਕਰ ਦਿੱਤੀ ਹੈਗੀ? ਨਹੀਂ, ਅਕਾਲ ਤਖਤ ਦੀ ਖੁਦ ਦੇਖੋ ਗੱਲ, ਜੇ ਅਕਾਲ ਪੁਰਖ ਦਾ ਤਖਤ ਹੈ ਤਾਂ ਸਿੱਖਾਂ ਦਾ ਤਖਤ ਥੋੜ੍ਹਾ ਹੋਏਗਾ, ਅਕਾਲ ਪੁਰਖ ਤਾਂ ਸਾਰਿਆਂ ਦਾ ਸਾਂਝਾ ਹੈ। ਸੋ ਅਕਾਲ ਪੁਰਖ ਦਾ ਤਖਤ ਜਿਹੜਾ ਉਹ ਸਾਰਿਆਂ ਦਾ ਸਾਂਝਾ ਤਖਤ ਹੈ, ਉੱਥੇ ਸਿੱਖ ਸਿਧਾਂਤਾਂ ਦੀ ਗੱਲ ਨਹੀਂ ਹੈ, ਉੱਥੇ ਅਕਾਲ ਪੁਰਖ ਦੀ ਪੂਜਾ ਦੀ ਗੱਲ ਹੈ, ਅਤੇ ਸਿੱਖਾਂ ਨੂੰ ਇਹ ਮਾਣ ਹੈ ਵੀ ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਉਸ ਪਾਸੇ ਨਾਲ ਜੋੜਿਆ। ਅੱਛਾ, ਅਕਾਲ ਤਖਤ ਦੇ ਬਾਰੇ ਦੋ ਗੱਲਾਂ ਹੋਰ ਕਰਨ ਵਾਲੀਆਂ ਨੇ ਕਿ ਕਈ ਲੋਕ ਅਕਾਲ ਤਖਤ ਨੂੰ ਅਤੇ ਅਕਾਲ ਤਖਤ ਦੀ ਬਿਲਡਿੰਗ ਅਤੇ ਤੀਸਰਾ ਅਕਾਲ ਬੁੰਗਾ ਨੂੰ ਇੱਕੋ ਸਮਝ ਲੈਂਦੇ ਨੇ, ਇਹ ਅਲੱਗ ਅਲੱਗ ਚੀਜ਼ਾਂ ਨੇ। ਅਕਾਲ ਬੁੰਗਾ ਜਿਹੜਾ ਅੰਮ੍ਰਿਤਸਰ 'ਚ ਬਹੁਤ ਸਾਰੇ ਬੁੰਗੇ ਹੁੰਦੇ ਸਨ, ਹੁਣ ਉਹ ਸਰਾਵਾਂ ਕਹਿ ਦਾ ਹੋਸਟਲ ਬਣ ਗਏ, ਅਤੇ ਇਹ ਬੁੰਗੇ ਜਿਹੜੇ ਸੀ 68 ਬੁੰਗੇ ਹੁੰਦੇ ਸਨ ਕਿਸ ਜ਼ਮਾਨੇ 'ਚ, ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਵੀ ਇੱਕ ਬੁੰਗਾ ਹੁੰਦਾ ਸੀਗਾ ਅਤੇ ਉਹਨੂੰ ਅਕਾਲ ਬੁੰਗਾ ਕਹਿੰਦੇ ਆ, ਉਹਦਾ ਅਕਾਲ ਤਖਤ ਨਾਲ ਕੋਈ ਸੰਬੰਧ ਨਹੀਂ। ਉਹ ਅੱਜ ਵੀ ਹੈਗਾ ਅਕਾਲ ਬੁੰਗਾ? ਹੁਣ ਉਹ ਖਤਮ ਹੋ ਚੁੱਕਾ ਹੈ, 1962 ਤੱਕ ਤਾਂ ਇੱਥੇ ਸੀਗਾ ਜਦੋਂ ਸੰਤ ਫਤਿਹ ਸਿੰਘ ਨੇ ਮਰਨਵਰਤ ਰੱਖਿਆ ਅਤੇ ਇੱਥੇ ਰਿਹਾ ਕਰਦੇ ਸਨ, ਚੰਦ ਸਿੰਘ ਉਡਿਆਰਾ ਰਿਹਾ ਕਰਦਾ ਸੀ, ਜਿਹੜੇ ਅਕਾਲ ਤਖਤ ਦੇ ਗ੍ਰੰਥੀ ਅਤੇ ਸੇਵਾਦਾਰ ਇੱਥੇ ਰਿਹਾ ਕਰਦੇ ਸਨ, ਹੁਣ ਉਹਨਾਂ ਨੂੰ ਕੁਆਟਰ ਦੇ ਦਿੱਤੇ ਗਏ ਨੇ। ਇਹ ਸੀ ਅਕਾਲ ਬੁੰਗਾ। ਅਕਾਲ ਤਖਤ ਦੀ ਬਿਲਡਿੰਗ ਜਿਹੜੀ ਹੈ, ਇਹ ਜਿਹੜੀ ਤੁਹਾਨੂੰ ਪ੍ਰੈਜ਼ੈਂਟ ਬਿਲਡਿੰਗ ਨਜ਼ਰ ਆਉਂਦੀ, 6 ਮੰਜ਼ਲੀ ਜਿਹੜੀ ਇਹ ਹਰੀ ਸਿੰਘ ਨਲਵਾ ਦੇ ਵੇਲੇ 'ਚ ਬਣੀ ਹੈ। ਪਹਿਲਾਂ ਇੱਥੇ ਸਿਰਫ ਇੱਕ ਥੜਾ ਹੁੰਦਾ ਸੀ ਜਿਹੜਾ ਹੇਠਾਂ ਹੁਣ ਵੀ ਉਹ ਮੌਜੂਦ ਹੈ, ਉਹਨੂੰ ਕਵਰ ਕੀਤਾ ਹੋਇਆ ਸ਼ੀਸ਼ੇ 'ਚ ਅਤੇ ਰੱਖਿਆ ਵੀ ਉਹ ਪੁਰਾਣੇ ਜ਼ਮਾਨੇ ਦਾ 17ਵੀਂ 18ਵੀਂ ਸਦੀ ਦਾ, ਹੋ ਸਕਦਾ ਗੁਰੂ ਸਾਹਿਬ ਨੇ ਉਹੀ ਥੜਾ ਬਣਾਇਆ ਹੋਵੇ ਜਾਂ ਸਿੱਖ ਮਿਸਲਾਂ ਨੇ ਬਣਾਇਆ ਹੋਵੇ। ਇਹ ਉਹ ਥੜਾ ਸੀ ਜਿੱਥੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਦਰਬਾਰ ਲਾਇਆ ਕਰਦੇ ਸਨ, ਅਤੇ ਇਹ ਕਿਉਂਕਿ ਖੁੱਲ੍ਹੀ ਥਾਂ ਸੀ ਅਤੇ ਦਰਬਾਰ ਸਾਹਿਬ ਦੇ ਅੰਦਰ ਤਾਂ ਬੰਦਾ 100-200 ਤੋਂ ਬਾਅਦ ਬੈਠ ਨਹੀਂ ਸਕਦਾ, ਇੱਥੇ ਦਰਬਾਰ ਲਾਇਆ ਕਰਦੇ ਸਨ। ਜਿੱਥੇ ਗੁਰੂ ਦਾ ਦਰਬਾਰ ਹੈ ਉਹ ਤਖਤ ਹੈ। ਜਦੋਂ ਗੁਰੂ ਸਾਹਿਬ ਇੱਥੋਂ ਚਲੇ ਗਏ ਕੀਰਤਪੁਰ ਅਤੇ ਕੀਰਤਪੁਰ ਤਖਤ ਬਣ ਗਿਆ, ਉੱਥੇ ਵੀ ਗੁਰਦੁਆਰਾ ਹੈ ਜਿਹਨੂੰ ਤਖਤ ਕੋਟ ਸਾਹਿਬ ਕਹਿੰਦੇ ਆ, ਉਹ ਤਖਤ ਸੀਗਾ। ਫਿਰ ਜਦੋਂ 9ਵੇਂ ਪਾਤਸ਼ਾਹ ਨੇ ਅਨੰਦਪੁਰ ਚੱਕ ਨਾਨਕੀ ਵਸਾਇਆ, ਜਿਹਨੂੰ ਹੁਣ ਅਨੰਦਪੁਰ ਸਾਹਿਬ ਦਾ ਹਿੱਸਾ ਹੈ, ਉੱਥੇ ਦਮਦਮਾ ਸਾਹਿਬ ਇੱਕ ਤਖਤ ਹੈ ਜਿਹੜਾ ਗੁਰੂ ਦੇ ਮਹਿਲ ਦੇ ਵਿਚਕਾਰ, ਉਹਦਾ ਨਾਮ ਹੀ ਤਖਤ, ਜਿੱਥੇ ਗੁਰੂ ਮਤਲਬ ਇੱਕ ਪਲੇਟਫਾਰਮ ਹੋ ਗਿਆ, ਤਖਤ ਹੋ ਗਿਆ ਜਿੱਥੇ ਬਹਿ ਕੇ ਗੁਰੂ ਸਾਹਿਬ ਪ੍ਰਚਾਰ ਕਰਦੇ ਸਨ ਜਾਂ ਸੰਗਤ ਦੇ ਨਾਲ ਜਿਹੜਾ ਰੂਬਰੂ ਹੋਇਆ ਕਰਦੇ ਸਨ। ਜਿੱਥੇ ਗੁਰੂ ਸਾਹਿਬ ਬੈਠਦੇ ਹੈ ਉਹੀ ਤਖਤ ਹੈ। ਜੇ ਗੁਰੂ ਸਾਹਿਬ ਪਾਉਂਟਾ ਸਾਹਿਬ ਚਲੇ ਗਏ, ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਪਾਉਂਟਾ ਸਾਹਿਬ, ਉਹਨਾਂ ਦਾ ਤਖਤ ਹੈ। ਜੇ ਨੰਦੇੜ 'ਚ ਗਏ ਆ, ਨੰਦੇੜ ਤਖਤ ਹੈ। ਤਲਵੰਡੀ ਸਾਬੋ ਗਏ ਅਤੇ ਤਲਵੰਡੀ ਸਾਬੋ ਤਖਤ ਹੈ। ਬਕਾਲੇ 'ਚ ਗੁਰੂ ਤੇਗ ਬਹਾਦਰ ਸਾਹਿਬ ਜਦ ਰਹੇ, ਬਕਾਲਾ ਤਖਤ ਹੈ। ਅਨੰਦਪੁਰ ਸਾਹਿਬ 'ਚ ਦੋ ਤਖਤ ਸੀਗੇ, ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਦਮਦਮਾ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੇਸਗੜ੍ਹ ਸਾਹਿਬ। ਸੋ ਇਹ ਤਖਤ ਜਿਹੜਾ ਕੋਈ ਬਿਲਡਿੰਗ ਨਹੀਂ ਹੈ, ਜਿੱਥੇ ਗੁਰੂ ਬੈਠਾ ਉਹ ਤਖਤ ਹੈ, ਜੇ ਗੁਰੂ ਜ਼ਮੀਨ 'ਤੇ ਬੈਠਾ ਤਾਂ ਉਹ ਵੀ ਤਖਤ ਹੈ। ਤਖਤ ਦਾ ਮਤਲਬ ਜਿੱਥੋਂ ਦਰਬਾਰ ਦੀ ਕਾਰਵਾਈ ਚਲਾਈ ਜਾਂਦੀ ਹੈ, ਕੋਈ ਬਿਲਡਿੰਗ ਜਿਹੜੀ ਇਹ ਹੁਣ ਤਾਂ ਇਹ ਤਾਂ 1920 ਦਾ ਕਾਨਸੈਪਟ ਹੈ, ਅਕਾਲ ਤਖਤ ਦੇ ਅਖੌਤੀ ਜਥੇਦਾਰ ਜਿਹੜਾ ਜਥੇਦਾਰ ਦਾ ਕਾਨਸੈਪਟ ਤਾਂ ਹੈ ਹੀ ਨਹੀਂ, ਔਰ ਉਦੋਂ ਵੀ ਜਿਹੜਾ 12 ਅਕਤੂਬਰ 1920 ਦੇ ਦਿਨ ਇਹ ਲਫ਼ਜ਼ ਚੱਲਿਆ। ਉਹ ਕਿਵੇਂ ਚੱਲਿਆ? ਜਿਹੜੇ ਜਲ੍ਹਿਆਂਵਾਲਾ ਬਾਗ ਹੈ, ਇੱਥੇ ਇੱਕ
ਖਾਲਸਾ ਬਰਾਦਰੀ ਕਾਰਜ ਸਾਧਕ ਦਲ ਸੀ ਮਹਤਾਬ ਸਿੰਘ ਵੀਰ ਦਾ, ਜਿਹੜੇ ਮੁਸਲਮਾਨ ਤੋਂ ਸਿੱਖ ਬਣੇ ਸਨ, ਉਹ ਕਿਉਂਕਿ ਅਛੂਤ ਕੈਟੇਗਰੀ ਸਨ, ਦਲਿਤ ਕੈਟੇਗਰੀ ਸਨ, ਅਤੇ ਉਹਨਾਂ ਨਾਲ ਵੀ ਵਿਤਕਰਾ ਕੀਤਾ ਜਾਂਦਾ ਸੀ ਸਿੱਖ ਬਣਨ ਦੇ ਬਾਵਜੂਦ। ਇਹ ਉਦੋਂ ਵੀ ਵਿਤਕਰਾ ਕੀਤਾ ਜਾਂਦਾ ਸੀ, ਅਤੇ ਉਹਨਾਂ ਨੇ ਇੱਕ ਇਕੱਠ ਕੀਤਾ ਜਲਿਆਂਵਾਲਾ ਬਾਗ ਵਿੱਚ 10-12 ਅਕਤੂਬਰ 1920 ਦੇ ਦਿਨ, ਜਿਹੜਾ ਜਲਿਆਂਵਾਲੇ ਬਾਗ ਦੇ ਕਤਲੇਆਮ ਤੋਂ 1.5 ਸਾਲ ਬਾਅਦ ਦੀ ਗੱਲ ਹੈ। ਤੋ ਉਸ ਇਕੱਠ ਵਿੱਚ ਬਹੁਤ ਸਾਰੇ ਲੋਕਾਂ ਨੇ ਪਖੰਡੇ ਦੀ ਭੌਲ ਲਈ, ਕਿਉਂਕਿ ਉਹ ਦਲਿਤ ਸਨ, ਅਤੇ ਦਰਬਾਰ ਸਾਹਿਬ ਵਿੱਚ ਉਸਦੇ ਫੱਟੇ ਲੱਗੇ ਹੋਏ ਸਨ ਵੀ ਇੱਥੇ 11 ਵਜੇ ਤੋਂ ਪਹਿਲਾਂ ਕੋਈ ਅਛੂਤ ਦਾਖਲ ਨਹੀਂ ਹੋ ਸਕਦਾ। ਹਰ ਗੇਟ ਦੇ ਉੱਤੇ ਫੱਟਾ ਲੱਗਾ ਸੀਗਾ, ਦੇਖਿਆ ਸੀ ਵੀ ਅਛੂਤ ਦਾਖਲ ਨਹੀਂ ਹੋ ਸਕਦਾ। ਔਰ ਅਛੂਤ ਦਾ ਪ੍ਰਸ਼ਾਦ ਨਹੀਂ ਸੀ ਲੈਂਦੇ, ਜਿਹੜਾ ਕਿ ਗੁਰੂ ਦੀ ਸਿੱਖਿਆ ਦੇ ਬਿਲਕੁਲ ਉਲਟ ਹੈ। ਜਿਹੜੀ ਗੁਰੂ ਨੇ ਗੱਲ ਕਹੀ ਹੈ ਉਹਦੇ ਦੁਆਰੇ ਦੇ ਉੱਤੇ ਹੀ ਜੇਕਰ ਤੁਸੀਂ ਇਹ ਜਾਤ ਪਾਤ ਕਰੋਗੇ ਤਾਂ ਗੁਰੂ ਦੀ ਸਿੱਖਿਆ ਦੇ ਬਿਲਕੁਲ ਉਲਟ ਕਰ ਰਹੇ ਹੋ, ਗੁਰੂ ਦੀ ਬੇਅਦਬੀ ਕਰ ਰਹੇ ਹੋ। ਤੋ ਖੈਰ ਜਦੋਂ ਉਹ ਆਏ ਨੇ ਪਹਿਲਾਂ ਹਰਿਮੰਦਰ ਸਾਹਿਬ ਅਤੇ ਫਿਰ ਅਕਾਲ ਤਖ਼ਤ 'ਤੇ ਆਏ ਆ, ਜਦੋਂ ਅਕਾਲ ਤਖ਼ਤ 'ਤੇ ਆਏ ਤਾਂ ਪੁਜਾਰੀਆਂ ਨੇ ਵੇਖਿਆ ਬਈ ਦਲਿਤ ਆ ਰਹੇ ਨੇ, ਪ੍ਰਸ਼ਾਦ ਨਹੀਂ ਲੈਣਾ, ਉੱਥੋਂ ਭੱਜ ਗਏ, ਖਾਲੀ ਛੱਡ ਗਿਆ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਉਦੋਂ ਆਇਆ ਵੀ ਨਾ ਮਨਾ ਕਰ ਸਕਦੇ ਨਾ ਲੈ ਸਕਦੇ ਹੈਗੇ ਵੀ ਉੱਥੋਂ ਚਲੇ ਹੀ ਜਾਂਦੇ ਹੈਗੇ। ਹਾਂ, ਤੋ ਕਰਤਾਰ ਸਿੰਘ ਝੱਬਰ ਜਥੇਦਾਰ ਅਤੇ ਤੇਜਾ ਸਿੰਘ ਪੁੱਛਰ ਜਿਹੜੇ ਨੇ ਉਹ 500 ਦਾ ਇਕੱਠ ਹੋ ਚੁੱਕਾ ਸੀਗਾ, ਲੋਕਾਂ ਨੂੰ ਪਤਾ ਲੱਗਾ ਨਾ ਵੀ ਦਲਤਾਂ ਦਾ ਪ੍ਰਸ਼ਾਦ ਨਹੀਂ ਲੈ ਰਹੇ, ਅਤੇ ਸ਼ਹਿਰ ਦੇ ਲੋਕ ਇਕੱਠੇ ਹੋ ਕੇ ਆ ਗਏ, ਖਾਲਸਾ ਕਾਲਜ ਦੇ ਪ੍ਰੋਫੈਸਰ ਕਿੰਨੇ ਆ ਗਏ ਅੰਮ੍ਰਿਤਸਰ ਦੇ। ਤੋ ਉਹਨਾਂ ਨੇ ਆ ਕੇ ਦੇਖਿਆ ਵੀ ਝੱਬਰ ਨੇ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ, ਕੋਈ ਵੀ ਨਹੀਂ ਬੈਠਾ। ਤੋ ਉਹਨਾਂ ਨੇ ਕਿਹਾ ਵੀ ਕੁਛ ਸਿੰਘ ਆਪਣੇ ਆਪ ਨੂੰ ਆਫਰ ਕਰੋ ਅਤੇ ਜਿਹੜੇ ਇਹ ਸੇਵਾ ਸੰਭਾਲ ਲੈਣ, ਕੋਈ ਤਾਬਿਆ ਬੈਠ ਜਾਵੇ, ਕੋਈ ਵੇਟਿੰਗ ਵਾਸਤੇ ਹੋਵੇ ਵੀ ਉਹ ਉੱਠੇਗਾ ਅਤੇ ਮੈਂ ਉਸਦੀ ਸੇਵਾ ਦੇਵਾਂਗਾ, ਕੋਈ ਪ੍ਰਸ਼ਾਦ 'ਤੇ ਬੈਠ ਜਾਵੇ, ਕੋਈ ਗੇਟ 'ਤੇ ਖੜਾ ਆ ਜਾਵੇ, ਕੋਈ ਦਰੀਆਂ ਵਿਛਾ, ਸੇਵਾ ਸੰਭਾਲ ਲਈ ਪੂਰੀ। ਉਹਨਾਂ ਨੇ ਇੱਕ ਕਿਹਾ ਵੀ ਆਪਣੇ ਆਪ ਨੂੰ ਆਫਰ ਕਰੋ, ਜੇ ਤਾਂ ਪ੍ਰਧਾਨਗੀ ਦੀ ਗੱਲ ਹੁੰਦੀ ਤਾਂ ਸਾਰੇ ਪ੍ਰਧਾਨਗੀ ਲਈ ਆਫਰ ਕਰ ਦਿੰਦੇ, ਸਿਰਫ 17 ਬੰਦਿਆਂ ਨੇ ਆਫਰ ਕੀਤਾ, ਉਹ 21 ਚਾਹੁੰਦੇ ਸਨ। ਤੋ ਜਿਹੜਾ 17 ਦਾ ਜਥਾ ਬਣਿਆ ਉਸ ਜਥੇ ਦਾ ਜਥੇਦਾਰ ਤੇਜਾ ਸਿੰਘ ਭੁੱਚਰ ਨੂੰ ਬਣਾ ਦਿੱਤਾ, ਇੱਥੋਂ ਗੱਲ ਬਣ ਗਈ ਅਕਾਲ ਤਖ਼ਤ ਦਾ ਜਥੇਦਾਰ। ਕੋਈ ਸਿਧਾਂਤ 'ਚ ਨਹੀਂ, ਕੋਈ ਹਿਸਟਰੀ ਵਿੱਚ ਨਹੀਂ, ਸਿੱਖ ਰਹਿਤ ਮਰਿਆਦਾ ਹੈ ਉਹਦੇ 'ਚ ਕਿਤੇ ਅਕਾਲ ਤਖ਼ਤ ਦਾ ਜਥੇਦਾਰ ਉਹਦਾ ਨਹੀਂ, ਗੁਰਦੁਆਰਾ ਐਕਟ 1925 ਦਾ ਉਹਦੇ 'ਚ ਅਕਾਲ ਤਖ਼ਤ ਦੇ ਜਥੇਦਾਰ ਦਾ ਉਹਦਾ ਨਹੀਂ, ਕਿਤੇ ਹਿਸਟਰੀ ਵਿੱਚ ਨਹੀਂ। ਭਾਈ ਮਨੀ ਸਿੰਘ ਅਤੇ ਅਕਾਲੀ ਫੂਲਾ ਸਿੰਘ ਦੀ ਜਿਹੜੀ ਗੱਲ ਕਰਦੇ ਨਾ, ਕਿਤੇ ਉਹਨਾਂ ਨੂੰ ਜਥੇਦਾਰ ਨਹੀਂ ਲਿਖਿਆ, ਇਹ ਕੋਲੋਂ ਲੋਕਾਂ ਨੇ ਆਪਣੇ ਵੱਲੋਂ ਬਣਾਉਣਾ ਸ਼ੁਰੂ ਕਰਤਾ ਵੀ ਉਹ ਇੱਥੇ ਸੇਵਾ ਕਰਦੇ ਸਨ, ਮੁੱਖ ਸੇਵਾਦਾਰ ਹੋਣਗੇ ਉੱਥੇ, ਉਹਦੇ ਕਰਕੇ ਵੀ ਉਹਨਾਂ ਨੂੰ ਅਕਾਲ ਤਖ਼ਤ ਦਾ ਜਥੇਦਾਰ ਫਿਰ ਬਾਅਦ 'ਚ ਕਹਿਣ ਲੱਗ ਪਏ ਹੋਣਗੇ। ਨਹੀਂ, ਇਸ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ, ਸਾਰੇ ਜਿਹੜੇ ਇੱਕੋ ਸੇਵਾ ਕਰਦੇ ਸਨ। ਭਾਈ ਮਨੀ ਸਿੰਘ ਗ੍ਰੰਥੀ ਨਹੀਂ ਸਨ, ਇਹ ਸਾਡੇ ਲੋਕਾਂ ਨੇ ਗਲਤ ਫੈਲਾਤਾ ਹੈ। ਭਾਈ ਮਨੀ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭੇਜਿਆ ਸੀਗਾ ਅਪ੍ਰੈਲ ਦੇ ਅਖੀਰ ਵਿੱਚ 1698 ਦੇ ਦਿਨ ਕਿ ਤੁਸੀਂ ਜਾ ਕੇ ਅੰਮ੍ਰਿਤਸਰ ਖਾਲੀ ਹੋ ਗਿਆ, ਮੀਨੇ ਇੱਥੋਂ ਭੱਜ ਗਏ ਨੇ, ਮਿਹਰਬਾਨ ਦੇ ਪੋਤੇ ਉਹ ਖਾਲੀ ਛੱਡ ਗਏ ਨੇ, ਤੁਸੀਂ ਜਾ ਕੇ ਸ਼ਹਿਰ ਦੀ ਸੇਵਾ ਸੰਭਾਲੋ। ਛੋਟਾ ਜਿਹਾ ਸ਼ਹਿਰ ਸੀਗਾ ਉਦੋਂ ਜਿਹੜਾ ਗੁਰੂ ਸਾਹਿਬ ਨੇ ਵਸਾਇਆ ਸੀਗਾ। ਭਾਈ ਮਨੀ ਸਿੰਘ ਜੀ ਐਡਮਿਨਿਸਟ੍ਰੇਟਰ ਸਨ ਸ਼ਹਿਰ ਦੇ, ਉਹ ਗ੍ਰੰਥੀ ਨਹੀਂ ਸਨ। ਠੀਕ ਹੈ, ਤੋ ਇਸ ਕਰਕੇ ਜਥੇਦਾਰ ਦਾ ਉਹਦੇ ਦੀ ਗੱਲ ਹੀ ਨਹੀਂ ਸੀ। ਅੱਛਾ, ਜਿਵੇਂ ਤੁਸੀਂ ਇਤਿਹਾਸ ਨੂੰ ਜਾਣਿਆ, ਸਾਰੇ ਤੁਸੀਂ ਜਾਣਕਾਰੀ ਲਈ ਹੈ ਤਾਂ ਹੀ ਇਹ ਗੱਲ ਤੁਸੀਂ ਕਹਿ ਰਹੇ ਹੈਗੇ ਆ, ਪਰ ਜੇ ਮੰਨ ਲਓ ਅੱਜ ਦੇ ਆਪਾਂ ਪ੍ਰੈਜੈਂਟ ਦੇ ਵਿੱਚ ਦੇਖੀਏ ਵੀ ਜੇ ਇੱਕ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਜੇ ਬਣ ਵੀ ਗਿਆ ਹੈਗਾ ਜਾਂ ਕਿਸੇ ਵੀ ਤਰੀਕੇ ਨਾਲ ਬਣਿਆ, ਵੀ ਭਾਵੇਂ ਕਿ ਫਾਰਮਲੀ ਨਹੀਂ ਵੀ ਬਣਾਇਆ ਪਰ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਬਣਾਇਆ ਗਿਆ, ਔਰ ਹਰ ਸਿੱਖ ਜਿਹੜਾ ਹੈਗਾ ਅਕਾਲ ਤਖ਼ਤ ਵੱਲ ਜ਼ਰੂਰ ਵੇਖਦਾ ਹੈਗਾ ਵੀ ਕੋਈ ਵੀ ਮਸਲਾ ਆਉਂਦਾ ਵੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਸੰਦੇਸ਼ ਆਏਗਾ, ਇਹਦੇ 'ਚ ਮਾੜੀ ਵੀ ਕੀ ਗੱਲ ਹੈਗੀ ਵੀ ਇੱਕ ਭਾਵੇਂ ਕਿਸੇ ਵੀ ਤਰੀਕੇ ਨਾਲ ਬਣਿਆ, ਫਾਰਮਲੀ ਬਣਿਆ ਜਾਂ ਇਨਫਾਰਮਲੀ ਬਣ ਗਿਆ, ਅਤੇ ਇੱਕ ਅਹੁਦਾ ਤਾਂ ਬਣ ਹੀ ਗਿਆ ਹੈਗਾ ਨਾ, ਜਿਹੜੇ ਕਿ ਸਾਰੇ ਸਿੱਖ ਅੱਜ ਦੀ ਡੇਟ 'ਚ ਰਿਸਪੈਕਟ ਕਰਦੇ। ਜੇ ਤੁਸੀਂ ਅੱਜ ਕਹਾਂਗੇ ਵੀ ਇਹਦੀ ਕੋਈ ਲੋੜ ਨਹੀਂ ਸੀ ਹੈਗੀ ਜਾਂ ਕਿ ਐਵੇਂ ਬਣ ਗਿਆ ਜਾਂ ਗਲਤ ਬਣ ਗਿਆ, ਮੈਨੂੰ ਲੱਗਦਾ ਨਹੀਂ ਕਿ ਕਿਤੇ ਸਿਰੇ ਚੜ੍ਹੇਗੀ ਗੱਲ। ਪਰ ਜੇ ਬਣ ਗਿਆ ਤਾਂ ਇਹ ਨਹੀਂ ਹੈਗਾ ਕਿ ਅਸੀਂ ਉਹਨੂੰ ਪੋਜ਼ੀਟਿਵਲੀ ਯੂਜ਼ ਕਿਸ ਤਰ੍ਹਾਂ ਕਰ ਪਈਏ ਸਿੱਖੀ ਦੇ ਪ੍ਰਚਾਰ ਵਾਸਤੇ, ਸਿੱਖੇ ਦੇ ਜਿਹੜੇ ਮਸਲੇ ਹੈਗੇ ਉਹਨਾਂ ਨੂੰ ਹੱਲ ਕਰਨ ਵਾਸਤੇ। ਦੇਖੋ, 1986 ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਦਾ ਕੋਈ ਅਹੁਦਾ ਨਹੀਂ ਸੀ। ਇਹ ਸਾਰੀ ਦੀ ਸਾਰੀ ਖੇਡ ਜਿਹੜੀ ਹੈ ਇਹ 26 ਸਾਲ ਦੀ ਹੈ, 28 ਵੀ ਨਹੀਂ, 86 ਵੀ ਨਹੀਂ, 88 ਤੋਂ ਬਣਿਆ। 26 ਸਾਲ ਦੇ ਵਿੱਚ ਇੱਕ ਨਾਜਾਇਜ਼ ਅਹੁਦਾ ਬਣ ਜਾਵੇ ਤਾਂ ਮੈਂ ਨਹੀਂ ਸਮਝਦਾ ਕਿ ਉਹਨੂੰ ਕਬੂਲ ਕਰ ਲੈਣਾ ਚਾਹੀਦਾ। ਇਹ ਸਾਰਾ ਪ੍ਰਚਾਰ ਜਿਹੜਾ ਹੈ ਇਹ ਮੀਡੀਆ ਦਾ ਪ੍ਰਚਾਰ ਹੈ, ਮੀਡੀਆ ਵਿੱਚ ਲਿਆ ਕੇ ਵੀ ਜਥੇਦਾਰ ਜਥੇਦਾਰ ਹੋਊਗਾ ਇੱਕ ਕ੍ਰੀਏਟ ਕਰ ਦਿੱਤਾ ਗਿਆ। ਸਿੱਖੀ ਸਿਧਾਂਤਾਂ ਮੁਤਾਬਕ ਹੀ ਗਲਤ ਹੈ, ਕੋਈ ਇੱਕ ਬੰਦਾ ਸਿੱਖ ਕੌਮ ਦਾ ਫੈਸਲਾ ਨਹੀਂ ਕਰ ਸਕਦਾ। ਗੁਰੂ ਸਾਹਿਬ ਨੇ ਕਿਹਾ ਵੀ ਜੇ ਤੁਸੀਂ ਫੈਸਲੇ ਕਰਨੇ ਤਾਂ ਸਰਬੱਤ ਖਾਲਸਾ ਫੈਸਲਾ ਕਰੇਗਾ, ਇਹ ਗੁਰੂ ਦਾ ਹੁਕਮ ਹੈ ਔਰ ਕਰਦੇ ਵੀ ਰਹੇ ਹਾਂ। ਸਾਰੀ ਹਿਸਟਰੀ ਵਿੱਚ ਸਰਬੱਤ ਖਾਲਸਾ ਦੇ ਫੈਸਲੇ, ਸਰਬੱਤ ਖਾਲਸਾ ਦਾ ਮਤਲਬ ਇਹ ਨਹੀਂਗਾ ਵੀ 5-10-20,000-1,00,000 ਸਿੱਖ ਇਕੱਠੇ ਹੋ ਜਾਣ, ਸਾਰੇ ਸਿੱਖ ਜਥੇਬੰਦੀਆਂ, ਸਾਰੀਆਂ ਸਿੱਖ ਧਾਰਾਵਾਂ ਦੇ, ਸਿੱਖ ਸੈਕਸ਼ਨਾਂ ਦੇ ਜਿਹੜੇ ਨੁਮਾਇੰਦੇ ਆ ਉਹਦਾ ਇਕੱਠ ਹੈ ਸਰਬੱਤ ਖਾਲਸਾ।
ਮਿਸਲਾਂ ਵੇਲੇ ਵੀ ਹੁੰਦਾ ਰਿਹਾ। ਤੋ ਸਿਰ ਬੱਤ ਖਾਲਸੇ ਦਾ ਕਾਨਸੈਪਟ ਤਾਂ ਹੈ, ਉਹ ਤਾਂ ਬੰਦਾ ਵੀ ਹੈ ਵੀ ਸਭੇ ਸਾਂਝੀ ਵਾਲ ਸਦਾਇਨ ਦੀ ਜਿਹੜੀ ਗੱਲ ਹੈ ਤੇ ਉਹ ਸਾਰੇ ਬੈਠ ਕੇ ਆਪਸ ਵਿੱਚ ਕੌਮ ਦੇ ਮਸਲਿਆਂ ਦੇ ਬਾਰੇ ਗੁਰਮਤਾ ਕਰਨ। ਔਰ ਜਦੋਂ ਅਕਾਲ ਤਖ਼ਤ ਤੇ ਜਾਂ ਸਿੱਖਾਂ ਨੂੰ ਕੋਈ ਹੁਕਮ ਜਾਰੀ ਕੀਤਾ ਜਾਂਦਾ ਸੀ ਪੰਥ ਵੱਲੋਂ, ਉਹ ਇਸੇ ਤਰ੍ਹਾਂ ਹੀ ਜਾਰੀ ਕੀਤਾ ਜਾਂਦਾ ਸੀ। ਇਹ ਤਾਂ 1986 ਦੀ 26 ਜਨਵਰੀ ਨੂੰ ਇੱਥੇ ਇੱਕ ਬੜਾ ਵੱਡਾ ਇਕੱਠ ਹੋਇਆ ਪਿੰਡਰਾ ਮਹਿਤਾ ਜਥੇ ਦਾ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜਸਵੀਰ ਸਿੰਘ ਰੋਡੇ ਜਿਹੜਾ ਉਸ ਨੂੰ ਫੌਜ ਨੇ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਅਤੇ ਉਹਨੂੰ ਜੇਲ੍ਹ 'ਚ ਰਿਹਾਅ ਕਰਾਉਣ ਲਈ ਜਥੇਦਾਰ ਬਣਾ ਦਿਓ ਅਤੇ ਇਹਦੇ ਬਹਾਨੇ ਅਸੀਂ ਕਹਾਂਗੇ ਵੀ ਸਾਡਾ ਜਥੇਦਾਰ ਹੈ, ਇਹਨੂੰ ਰਿਹਾਅ ਕੀਤਾ ਜਾਵੇ। ਉਹਨਾਂ ਨੇ ਰਿਹਾਅ ਨਹੀਂ ਕੀਤਾ, 88 ਜਾ ਕੇ ਰਿਹਾਅ ਕੀਤਾ। ਇਹ ਸਾਰੀ ਦੀ ਸਾਰੀ ਖੇਡ ਜਿਹੜੀ ਹੈ ਇਹ ਪਿਛਲੇ 26 ਸਾਲ ਦੀ ਹੈ। 26 ਸਾਲ ਵਿੱਚ ਇੱਕ ਗਲਤ ਰਿਵਾਇਤ ਪੈਦਾ ਹੋ ਗਈ ਹੈ ਜਿਹੜੀ ਨਾ ਸਿਧਾਂਤਕ ਤੌਰ 'ਤੇ ਠੀਕ ਹੈ ਅਤੇ ਨਾ ਇਤਿਹਾਸਿਕ ਤੌਰ 'ਤੇ। ਉਸ ਨੂੰ ਕੰਟੀ ਨੂੰ ਰੱਖਣਾ ਇਹਦਾ ਮਤਲਬ ਕੱਲ੍ਹ ਨੂੰ ਸਿੱਖਾਂ ਵਿੱਚ ਕੋਈ ਹੋਰ ਟਰੈਡੀਸ਼ਨ ਵੀ ਖੜੀ ਕਰ। ਪਰ ਕਈ ਵਾਰੀ ਕੀ ਹੁੰਦਾ ਕਿ ਇਤਿਹਾਸ 'ਚ ਆਪਾਂ ਵੇਖਦੇ ਹਾਂ ਵੀ ਬਾਕੀ ਕੰਟਰੀਆਂ ਦਾ ਵੀ ਇਤਿਹਾਸ ਦੇਖੀਏ ਕਿ ਕਈ ਵਾਰੀ ਕੀ ਹੁੰਦਾ ਕਿ ਕੋਈ ਇੱਕ ਚੀਜ਼ ਆਪੇ ਉਹ ਕ੍ਰੀਏਟ ਕਰਦੇ ਹੈਗੇ ਨੇ, ਮੁੜ ਕੇ ਉਹਦੀ ਅਹਿਮੀਅਤ ਜਿਹੜੀ ਹੈਗੀ ਵੱਧ ਜਾਂਦੀ ਹੈਗੀ। ਜੇ ਮੰਨ ਲਓ ਆਪਾਂ ਕਹੀਏ ਵੀ ਕਿਸੇ ਵੀ ਬੰਦੇ ਨੇ ਜਾਂ ਕਿਸੇ ਸਿਸਟਮ ਨੇ ਅਕਾਲ ਤਖ਼ਤ ਦੇ ਜਿਹੜੇ ਅਹੁਦਾ ਹੈਗਾ ਉਹਨੂੰ ਬਹੁਤ ਜਿਹੜੀ ਹੈ ਇੱਕ ਮਤਲਬ ਹਾਈ ਲੈਵਲ 'ਤੇ ਪਹੁੰਚਾ ਦਿੱਤਾ ਕਿ ਹਰ ਫੈਸਲਾ ਜਿਹੜਾ ਹੈਗਾ ਅਕਾਲ ਤਖ਼ਤ ਦੇ ਜਥੇਦਾਰ ਵੱਲ ਨੂੰ ਜਿਹੜਾ ਆਪਾਂ ਵੇਖਦੇ ਹੈਗੇ ਹਾਂ, ਉਹਨੂੰ ਆਪਾਂ ਪੋਜ਼ੀਟਿਵ ਤਰੀਕੇ ਨਾਲ ਵੀ ਤਾਂ ਅੱਜ ਡੇਟ 'ਚ ਯੂਜ਼ ਕਰ ਹੀ ਸਕਦੇ ਹੈਗੇ। ਜਿਹੜੀ ਤੁਸੀਂ ਗੱਲ ਕੀਤੀ ਹੈਗੀ ਸਰਬੱਤ ਖਾਲਸੇ ਦਾ ਵੀ ਸਾਰਿਆਂ ਨੂੰ ਬੁਲਾਉਣਾ, ਸਾਰਿਆਂ ਨੂੰ ਕਰਨਾ ਹੈ, ਅੱਜ ਜਿਹੜਾ ਹੈਗਾ ਪੂਰੇ ਵਰਲਡ ਵਾਈਡ ਜਿਹੜਾ ਹੈਗਾ ਡੈਮੋਕਰੈਟਿਕ ਸਿਸਟਮ ਨੂੰ ਜਿਹੜਾ ਹੈਗਾ ਕਿ ਬੈਸਟ ਮੰਨਿਆ ਜਾਂਦਾ ਹੈਗਾ ਵੀ ਕਿਸੇ ਵੀ ਦੇਸ਼ ਦੀ ਜਿਹੜੀ ਰਾਜਨੀਤੀ ਵਾਸਤੇ। ਹੁਣ ਅਕਾਲ ਤਖ਼ਤ ਦਾ ਜਥੇਦਾਰ ਜਿਹੜਾ ਅੱਜ ਅਪੁਆਇੰਟ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਉਹਨੂੰ ਅਪੁਆਇੰਟ ਕਰਦੀ ਹੈਗੀ ਆ ਜਾਂ ਨੂੰ ਲਾਂਦੀ ਹੈਗੀ ਜਾਂ ਰੱਖਦੀ ਹੈਗੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆਮ ਸਿੱਖਾਂ ਦੁਆਰਾ ਜਿਹੜੀ ਹੈਗੀ ਚੁਣੀ ਜਾਂਦੀ, ਮੈਜੋਰਿਟੀ ਆਫ ਸਿੱਖ ਜਿਹੜੇ ਹੈਗੇ ਨੇ ਵੀ ਉਹਨੂੰ ਚੁਣਦੇ ਹੈਗੇ ਨੇ ਵੋਟਾਂ ਪਾ ਕੇ। ਅਤੇ ਇਹਦੇ 'ਚ ਖਰਾਬੀ ਕੀ ਲੱਗਦੀ ਹੈਗੀ ਕਿ ਡੈਮੋਕਰੈਟਿਕ ਤਰੀਕੇ ਦੇ ਨਾਲ ਇੱਕ ਬੋਡੀ ਬਣੀ, ਉਹਨੇ ਇੱਕ ਬੰਦੇ ਨੂੰ ਨੋਮੀਨੇਟ ਕੀਤਾ ਹੈਗਾ ਵੀ ਹਾਂ ਵੀ ਉਹ ਰਿਸਪੋਂਸੀਬਲ ਹੈਗਾ ਕਿਸੇ ਵੀ ਜੇ ਕੰਟਰੋਵਰਸੀ ਇਸ਼ੂ ਨੂੰ ਲੈਣ ਵਿੱਚ, ਅਤੇ ਕੀ ਖਰਾਬੀ ਲੱਗਦੀ ਹੈ? ਬਹੁਤ ਸੋਹਣਾ ਸਵਾਲ ਹੈ ਤੁਹਾਡਾ। ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਪੰਥ ਦੀ ਨੁਮਾਇੰਦਾ ਕਮੇਟੀ ਨਹੀਂ ਹੈ, ਕਿਉਂਕਿ ਇਹਦਾ ਤੁਸੀਂ ਨਾ ਹੀ ਪੜੋ ਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਦਾ ਕੰਮ ਹੈ ਇਹਨਾਂ ਦੀ ਡਿਊਟੀ ਪ੍ਰਬੰਧ ਨੂੰ ਕਰਨਾ, ਪ੍ਰਬੰਧ ਕਰਨਾ, ਹੋਰ ਕੁਛ ਨਹੀਂ ਹੈ। ਇੱਕ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਪੰਜਾਬ ਅਤੇ ਹਰਿਆਣਾ, ਹੁਣ ਹਰਿਆਣਾ ਅਲੱਗ ਹੋ ਚੁੱਕਾ ਹੈ, ਉਹਦੇ ਸਿੱਖਾਂ ਵੱਲੋਂ ਚੁਣੀ ਜਾਂਦੀ ਹੈ ਔਰ ਉਹਨਾਂ ਵੱਲੋਂ ਜਿਹੜੇ ਜਿਹਨਾਂ ਦੀ ਵੋਟਾਂ ਬਣਦੀਆਂ ਨੇ, ਸਿਰਫ 20% ਸਿੱਖਾਂ ਦੀ ਵੋਟ ਬਣਦੀ, 80% ਸਿੱਖਾਂ ਦੀ ਨੁਮਾਇੰਦਗੀ ਇਹਦੇ ਉਂਝੀ ਹੈ ਨੀਗੀ। ਨੰਬਰ 2, ਨੰਬਰ 3 ਜਿਹੜੇ ਜਿੱਤ ਜਾਂਦੇ ਨੇ ਉਹਨਾਂ ਦੀ ਨੁਮਾਇੰਦਗੀ ਹੈ, ਆਮ ਜਿਹੜਾ ਹਾਰ ਗਿਆ ਉਹਦੀ ਨੁਮਾਇੰਦਗੀ, ਮੈਨੂੰ ਉਹਨਾਂ ਦੀ ਨੁਮਾਇੰਦਗੀ ਕੋਈ ਨਹੀਂ ਹੈ। ਪੰਜਾਬ ਤੋਂ ਬਾਹਰ ਜਿੰਨੇ ਸਿੱਖ ਰਹਿੰਦੇ ਆ 40 ਲੱਖ ਸਿੱਖ ਪੰਜਾਬੋਂ ਬਾਹਰ ਹੈ, ਉਹਦੀ ਕੋਈ ਨੁਮਾਇੰਦਗੀ ਨਹੀਂ ਹੈ। ਵਿਦੇਸ਼ਾਂ 'ਚ 30 ਲੱਖ ਸਿੱਖ ਬੈਠਾ, ਉਹਦੀ ਕੋਈ ਨੁਮਾਇੰਦਗੀ ਨਹੀਂ ਹੈ। ਇਹ ਤਾਂ ਸਿਰਫ 5% ਸਿੱਖਾਂ ਦੀ ਨੁਮਾਇੰਦਗੀ, ਇੱਕ ਔਰ ਉਹਨਾਂ ਦੀ ਸਿਰਫ ਆਪਣੀ ਮਰਜ਼ੀ ਨਾਲ, ਜਿਹਨੂੰ ਮਰਜ਼ੀ ਨੌਕਰੀ ਤੋਂ ਹਟਾ ਦਿਓ ਅਤੇ ਜਦੋਂ ਮਰਜ਼ੀ ਨੌਕਰੀ 'ਤੇ ਰੱਖ ਲਓ। ਜਥੇਦਾਰ ਜਿਹੜਾ ਗ੍ਰੰਥੀ ਹੈ ਨਾ, ਪੁਜਾਰੀ ਹੈ, ਜਦੋਂ ਮਰਜ਼ੀ ਢਾ ਲਓ, ਜਦੋਂ ਮਰਜ਼ੀ ਰੱਖ ਲਓ। ਇਹ ਨਾ ਤਾਂ ਲੋਕਰਾਜੀ ਸਿਸਟਮ ਹੈ, ਇਹ ਡੈਮੋਕ੍ਰੇਸੀ ਨਹੀਂ ਹੈ, ਇਹ ਤਾਂ ਸਿਲੈਕਟਡ ਬੰਦਿਆਂ ਦੀ ਪਾਵਰ ਹੈ। ਫਿਰ ਤੁਸੀਂ ਇੱਕ ਹੋਰ ਦੇਖੋ, ਤੁਸੀਂ ਜੇਕਰ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਵੇਖੀਆਂ ਹੋਣ, ਮੈਂ ਆਪ ਵੇਖਿਆ, ਤੁਸੀਂ ਵੀ ਉੱਥੋਂ ਆਏ ਹੋ, ਵੇਖੀਆਂ ਹੋਣਗੀਆਂ, ਇਹ ਜਿਹੜੀਆਂ 2011 ਦੀ ਇਲੈਕਸ਼ਨ ਹੈ, 70% ਵੋਟ ਪਾਉਣ ਵਾਲੇ ਜਿਹੜੇ ਸਨ ਉਹ ਸਿੱਖ ਨਹੀਂ ਸਨ। ਤੋ ਇਹਨੂੰ ਤੁਸੀਂ ਕਿਹਦੀ ਲੋਕਰਾਜ ਦੀ ਨੁਮਾਇੰਦਗੀ ਕਿਹਨੂੰ? ਇਹ ਲੋਕਰਾਜ ਦੀ ਨੁਮਾਇੰਦਗੀ ਨਹੀਂ ਹੈ। ਸਿਧਾਂਤਕ ਤੌਰ 'ਤੇ ਵੀ ਇਹ ਗਲਤ ਹੈ ਉਹਦਾ, ਅਤੇ ਲੋਕਰਾਜੀ ਤੌਰ 'ਤੇ ਵੀ ਇਹ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦਾ। ਪਰ ਜਿਹੜਾ ਤੁਸੀਂ ਸਰਬੱਤ ਖਾਲਸਾ ਦੇ ਗੱਲ ਕਰਦੇ ਹੈਗੇ, ਤੁਹਾਨੂੰ ਲੱਗਦਾ ਕਿ ਪ੍ਰੈਕਟੀਕਲੀ ਹੈਗਾ ਵਾਇਬਲ ਸਿਸਟਮ ਹੈ ਵੀ ਸਰਬੱਤ ਖਾਲਸਾ ਸਾਰੀਆਂ ਜਿਹੜੇ ਕਿਸੇ ਹਰ ਮਸਲੇ 'ਤੇ ਸਾਰਿਆਂ ਨੂੰ ਜਿਹੜੇ ਹੈਗਾ ਵੀ ਸਰਬੱਤ ਖਾਲਸਾ ਬੁਲਾਇਆ ਜਾਵੇ ਅਤੇ ਮਸਲੇ ਦਾ ਹੱਲ ਕੀਤਾ ਜਾਵੇ? ਬਿਲਕੁਲ ਪ੍ਰੈਕਟੀਕਲ ਹੈ, ਇਸ ਕਰਕੇ ਕਿ ਤੁਸੀਂ ਸਿਰਫ ਨੁਮਾਇੰਦੇ ਲੈਣੇ ਆ ਔਰ ਉਹਨਾਂ ਨੁਮਾਇੰਦਾਂ ਦਾ ਇੱਕ ਕਾਲਜ ਬਣਾਉਣਾ ਹੈ। ਅੱਜ ਉਹ ਜ਼ਮਾਨਾ ਨਹੀਂ ਰਿਹਾ ਵੀ ਚਿੱਠੀਆਂ ਪਾਵਾਂਗੇ ਅਤੇ ਉਹ ਆਉਣਗੇ ਅਤੇ ਮੀਟਿੰਗ ਹੋਏਗੀ। ਅੱਜ ਕੱਲ੍ਹ ਤਾਂ ਵੀਡੀਓ ਕਾਨਫਰੰਸਿੰਗ ਹੈ ਵਰਲਡ ਸਾਰੇ ਵਿੱਚ, ਜਦੋਂ ਮਰਜ਼ੀ ਤੁਸੀਂ ਬੈਠ ਕੇ 5 ਸਕਿੰਟ ਦੇ ਵਿੱਚ ਸਾਰੇ ਵਰਲਡ ਨੂੰ ਇੱਕ ਟੇਬਲ 'ਤੇ ਲਿਆ ਕੇ ਰੱਖ ਸਕਦੇ ਹੋ। ਹੁਣ ਮਸਲਾ ਨਹੀਂ ਰਿਹਾ ਅਤੇ ਮੈਂ ਸਮਝਦਾ ਵੀ ਇਹਦੇ ਬਿਨਾਂ ਇਲਾਜ ਵੀ ਕੋਈ ਨਹੀਂ। ਕਦੇ ਵੀ ਨਹੀਂ ਹੋ ਸਕਦਾ ਕਿ ਸ਼੍ਰੋਮਣੀ ਕਮੇਟੀ ਜਿਹੜਾ ਕਿਸੇ ਐਸੇ ਬੰਦੇ ਨੂੰ ਨਾਮਜ਼ਦ ਕਰ ਦੇਵੇ ਜਿਹੜਾ ਉਹਨਾਂ ਦੀ ਗਲਤ ਗੱਲ ਨੂੰ ਗਲਤ ਕਹਿ ਸਕੇ। ਇਹ ਸਿਧਾਂਤਕ ਤੌਰ 'ਤੇ ਨਹੀਂ, ਪ੍ਰੈਕਟੀਕਲੀ ਵੀ ਕਦੇ ਨਹੀਂ ਹੋ ਸਕੇਗਾ। ਜਿਹੜਾ ਆਏਗਾ ਸ਼੍ਰੋਮਣੀ ਕਮੇਟੀ ਦੇ ਜੋ ਕਾਬਜ਼ ਹੈ ਉਸ ਦਾ ਉਹ ਨੌਕਰ ਦੇ ਤੌਰ 'ਤੇ ਕੰਮ ਕਰੇਗਾ। ਜਿਵੇਂ ਆਪਾਂ ਇਹ ਦੇਖਿਆ ਹੈਗਾ ਕਿ ਮੈਂ ਜ਼ਿਆਦਾ ਕਰਕੇ ਸਿੱਖਾਂ ਦੇ ਵਿੱਚ ਜਾਂ ਪੰਜਾਬੀਆਂ ਦੀ ਇਹ ਨੇਚਰ ਹੀ ਬਣ ਗਈ ਹੈ ਕਿ 2 ਪੰਜਾਬੀਆਂ ਦੇ ਵਿਚਾਰ ਨਹੀਂ ਮਿਲਦੇ ਹੈਗੇ, ਅਤੇ ਜੇ ਆਪਾਂ 400 ਔਰਗਨਾਈਜੇਸ਼ਨ ਦੇ ਬੰਦੇ 400 ਇਕੱਠੇ ਕਰ ਲਾਂਗੇ ਤਾਂ ਉਹਨਾਂ ਦੇ ਵਿਚਾਰ ਕਿੱਦਾਂ ਮਿਲ ਜਾਣਗੇ ਸਰਬੱਤ ਖਾਲਸਾ 'ਚ? ਦੇਖੋ, ਬੜੀ ਕਲੀਅਰ ਗੱਲ ਹੈ ਬਈ, ਜਦ ਅਸੀਂ ਗੁਰਮਤਾ ਕਰਨਾ ਹੈ, ਜੇ ਤੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਮੁਤਾਬਿਕ ਅਸੀਂ ਮਤਾ ਕਰ ਰਹੇ ਹਾਂ, ਫਿਰ ਤਾਂ ਇਹਦੇ 'ਚ 2 ਵਿਚਾਰ ਨਹੀਂ ਹੋ ਸਕਦੇ। ਜੇ ਗੁਰੂ ਗ੍ਰੰਥ ਸਾਹਿਬ ਤੋਂ ਕੰਟਰਾਡਿਕਟ ਕਰਦੇ ਹਾਂ ਫਿਰ 2 ਵਿਚਾਰ ਹੋਣਗੇ। ਨੰਬਰ 1, ਕੋਈ ਐਸਾ ਇਸ਼ੂ ਸਿੱਖਾਂ ਦਾ ਨਹੀਂ ਹੁੰਦਾ
ਜਿਹੜੇ ਜਿਹਦੇ ਉੱਤੇ ਅਸੀਂ ਪੰਥ ਦੀ ਭਲਾ ਹੋਵੇ ਤੇ ਉਹਦੇ ਬਾਰੇ ਦੋ ਰਾਵਾਂ ਹੁਣ ਕੋਈ ਨਹੀਂ ਹੁੰਦਾ ਇਸ ਤਰ੍ਹਾਂ ਦਾ ਇਸ਼ੂ ਸਾਰੇ। ਫਿਰ ਅਕਾਲ ਤਖ਼ਤ ਦੀ ਜਿਹੜੀ ਗੱਲ ਹੈ ਉੱਥੋਂ ਤਾਂ ਅਸੀਂ ਉਹ ਫੈਸਲੇ ਕਰਨੇ ਹਨ ਜਿਹੜੇ ਸਾਡੇ ਧਾਰਮਿਕ ਇਸ਼ੂਜ਼ ਨੇ। ਧਾਰਮਿਕ ਇਸ਼ੂ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਮੁਤਾਬਕ ਡੀਲ ਕਰਨਾ। ਸਿਆਸੀ ਇਸ਼ੂਜ਼ ਨੇ, ਸਿਆਸੀ ਇਸ਼ੂ ਦਾ ਅਕਾਲ ਤਖ਼ਤ ਨਾਲ ਸੰਬੰਧ ਨਹੀਂ ਹੋਣਾ ਚਾਹੀਦਾ, ਹਰਗਿਜ਼ ਨਹੀਂ ਹੋਣਾ ਚਾਹੀਦਾ। ਬਈ ਹਰਿਆਣੇ 'ਚ ਕਮੇਟੀ ਬਣਨੀ ਹੈ ਕਿ ਨਹੀਂ, ਅਕਾਲੀ ਦਲ ਦੋ ਬਣਨੇ ਨੇ ਕਿ ਨਹੀਂ, ਇਹਦਾ ਕੋਈ ਸੰਬੰਧ ਨਹੀਂ। ਉਹ ਪੋਲੀਟੀਕਲ ਗੱਲਾਂ ਨੇ, ਪੋਲੀਟੀਕਲ ਗੱਲਾਂ ਨੂੰ ਅਕਾਲ ਤਖ਼ਤ 'ਤੇ ਨਹੀਂ ਲਿਆਉਣਾ ਚਾਹੀਦਾ। ਅਕਾਲ ਤਖ਼ਤ ਸਿੱਖਾਂ ਦੇ ਸਿਧਾਂਤਕ ਮਸਲਿਆਂ, ਧਾਰਮਿਕ ਮਸਲਿਆਂ ਔਰ ਜੋ ਧਾਰਮਿਕ ਭਵਿੱਖ ਹੈ ਉਹਦੇ ਬਾਰੇ ਹੈ। ਤੁਹਾਡੀ ਦਸਤਾਰ ਦਾ ਇਸ਼ੂ ਹੋ ਸਕਦਾ ਵਿਦੇਸ਼ਾਂ 'ਚ, ਕੋਈ ਕਕਾਰਾਂ ਦਾ ਇਸ਼ੂ ਹੋ ਸਕਦਾ, ਕੋਈ ਗੁਰਬਾਣੀ ਦੀ ਸਿੱਖਿਆ ਦਾ ਹੋ ਸਕਦਾ, ਕੋਈ ਕੋਈ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਦਾ ਵੀ ਉੱਥੇ ਕਿਸ ਤਰ੍ਹਾਂ ਮਰਿਆਦਾ ਹੋਣੀ ਚਾਹੀਦੀ, ਇਹ ਮਸਲੇ ਜਿਹੜੇ ਅਕਾਲ ਤਖ਼ਤ 'ਤੇ ਵਿਚਾਰੇ ਜਾਣੇ ਚਾਹੀਦੇ, ਸਿਆਸੀ ਨਹੀਂ। ਤੁਸੀਂ ਇਹ ਗੱਲ ਕਰਦੇ ਹੈਗੇ ਕਿ ਅਕਾਲ ਤਖ਼ਤ ਸਾਹਿਬ ਦੇ ਜਿਹੜਾ ਤੁਸੀਂ ਖੋਜ ਕੀਤੀ ਹੈਗੀ ਹੈ ਵੀ ਕੰਸੈਪਟ ਕਿੱਥੋਂ ਚੱਲਿਆ, ਕੀ ਇਹਦਾ, ਇਹ ਜਦੋਂ ਤੁਸੀਂ ਸਾਹਮਣੇ ਲੈ ਕੇ ਆਉਂਦਾ ਵਿਸ਼ਾ, ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੋਂਸ ਮਿਲਿਆ ਵੀ ਸਿੱਖਾਂ ਦੇ ਵੱਲੋਂ ਜਾਂ ਵਿਦਵਾਨਾਂ ਵੱਲੋਂ ਵੀ ਹਾਂ ਵੀ ਇਹ ਠੀਕ ਹੈ ਵਿਸ਼ਾ ਜਾਂ ਨਹੀਂ? ਬੜੀ ਇੰਟਰਸਟਿੰਗ ਗੱਲ ਹੈ। ਮੈਂ 1988 ਵਿੱਚ, ਵੈਸੇ ਤਾਂ ਅਕਾਲ ਤਖ਼ਤ 'ਤੇ ਮੇਰੀ ਪਹਿਲੀ ਕਿਤਾਬ 1980 ਵਿੱਚ ਆਈ ਹੈ, ਜਿਹੜੀ ਕਿ ਹਾਈ ਕੋਰਟ ਵਿੱਚ ਕੇਸਿਸ ਵਿੱਚ ਕੋਰਟ ਹੁੰਦੀ ਰਹੀ ਵੀ ਅਕਾਲ ਤਖ਼ਤ ਦਾ ਕੌਨਸੈਪਟ ਕੀ ਹੈ। ਫਿਰ 86 'ਚ ਪੰਜਾਬੀ 'ਚ ਆਈ, ਫਿਰ 1988 'ਚ ਮੈਂ ਇੱਥੇ ਹੀ ਬੈਠਾ ਸੀ ਕੈਨੇਡਾ ਵਿੱਚ, ਟੋਰਾਂਟੋ 'ਚ ਹੁੰਦਾ ਸੀ, ਅਤੇ ਮੈਂ ਇੱਕ ਆਰਟੀਕਲ ਲਿਖਿਆ ਵੀ ਅਕਾਲ ਤਖ਼ਤ ਦੇ ਜਥੇਦਾਰ ਸਿਧਾਂਤ ਕੀ ਹੈ, ਚੜ੍ਹਦੀ ਕਲਾ ਅਖਬਾਰ ਜਾਂ ਇੰਡੋ ਕੈਨੇਡੀਅਨ, ਸ਼ਾਇਦ ਦੋਨਾਂ ਨੇ ਛਾਪਿਆ ਸੀਗਾ ਉਦੋਂ, ਹਰ ਆਰਟੀਕਲ ਦੋਨੇ ਮੇਰਾ ਛਾਪ ਦਿੰਦੇ ਸਨ। ਉਹਦੇ 'ਚ ਮੈਂ ਇਸ਼ੂ ਉਠਾਇਆ ਸੀਗਾ ਵੀ ਇਹ ਜਥੇਦਾਰ ਦਾ ਕਾਨਸੈਪਟ ਕਿੱਥੋਂ ਆਇਆ ਹੈ ਨੀਗਾ। ਸਿੱਖਾਂ ਦੇ ਤਖ਼ਤ ਕਿੰਨੇ ਨੇ? ਇੱਕੋ ਤਖ਼ਤ ਹੈ ਅਕਾਲ ਪੁਰਖ ਦਾ ਤਖ਼ਤ, ਕਿਸੇ ਕੌਮ ਦੇ ਪੰਜ ਤਖ਼ਤ ਵੀ ਕਦੇ ਹੋਇਆ ਕਰਦੇ ਜਾਂ ਚਾਰ ਤਖ਼ਤ, ਇਹ ਵੀ ਆਪਣੇ ਆਪ 'ਚ ਕੰਟਰਾਡਿਕਸ਼ਨ ਹੈ, ਜਿੱਥੇ ਗੁਰੂ ਸੀ ਉੱਥੇ ਤਖ਼ਤ ਹੈ। ਤੋ ਜਦੋਂ ਮੈਂ ਪਹਿਲੀ ਵਾਰੀ ਆਰਟੀਕਲ ਲਿਖਿਆ ਤਾਂ ਮੇਰੇ 3-4 ਬੰਦਿਆਂ ਤੋਂ ਸਿਵਾ ਕਿਸੇ ਨੇ ਸਪੋਰਟ ਨਹੀਂ ਕੀਤੀ, ਕਹਿੰਦੇ ਲੈ ਜਥੇਦਾਰ ਬਣ ਗਿਆ ਹੁਣ ਤਾਂ ਕਾਇਮ ਹੋ ਚੁੱਕਾ, ਹੁਣ ਕਿਉਂ ਇਹਦੇ ਬਾਰੇ ਗੱਲ ਕਰਨੀ। ਖੈਰ ਹੌਲੀ ਹੌਲੀ ਐਸੇ ਦਿਨ ਆਇਆ, 1998 ਵਿੱਚ ਮੈਂ ਡਾਇਰੈਕਟਰ ਬਣਿਆ ਸਿੱਖ ਹਿਸਟਰੀ ਰਿਸਰਚ ਬੋਰਡ ਦਾ। ਉਦੋਂ ਤੱਕ ਮੇਰੀ ਇੱਕ ਹੋਰ ਕਿਤਾਬ ਆ ਚੁੱਕੀ ਸੀ ਅਕਾਲ ਤਖ਼ਤ 'ਤੇ, ਬੜੀ ਲੰਬੀ ਚੌੜੀ ਕਿਤਾਬ ਸੀ, ਕਾਫੀ ਵੱਡੀ ਕਿਤਾਬ ਸੀ। ਉਹਦੇ 'ਚ ਮੈਂ ਇਸ ਨੂੰ ਹੋਰ ਐਕਸਪਲੇਨ ਕੀਤਾ ਬਈ ਜਥੇਦਾਰ ਦਾ ਅਹੁਦਾ ਕੀ ਹੁੰਦਾ, ਮੀਨਿੰਗ ਕੀ ਹੈ, ਤਨਖਾਹ ਕੀ ਹੈ, ਗੁਰਮਤਾ ਕੀ ਹੈ, ਹੁਕਮਨਾਮਾ ਕੀ ਹੈ, ਪੰਜ ਪਿਆਰੇ ਦਾ ਕਾਨਸੈਪਟ ਕੀ ਹੈ, ਸਰਬੱਤ ਖਾਲਸਾ ਦਾ ਕਾਨਸੈਪਟ ਕੀ ਹੈ, ਇਹ ਮੁੱਢ ਦੇ ਜਿਹੜੇ ਬੇਸਿਕ 8 ਇੰਸਟੀਟਿਊਸ਼ਨਸ ਨੇ ਸਿੱਖਿਜ਼ਮ ਦੀਆਂ, ਮੈਂ ਇਹ ਐਕਸਪਲੇਨ ਕੀਤੀਆਂ ਸੀ। ਫਿਰ ਵੀ ਮੇਰੀ ਸਪੋਰਟ ਸਿਰਫ 50 ਕੁ ਬੰਦੇ ਕਰਦੇ ਸਨ, ਔਰ ਐਸਾ ਆਇਆ ਵੀ ਅੱਜ ਸਿੱਖ ਪੰਥ ਦਾ ਇੰਟੈਲੈਕਚੁਅਲ ਵਿੱਚੋਂ 90% ਲੋਕ ਜਿਹੜੇ ਨੇ ਉਹ ਮੇਰੇ ਨਾਲ ਖੜੇ ਨੇ। ਮੇਰਾ ਜੋ 26 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਉਹ ਇਸ ਵੇਲੇ ਕੌਮ ਦੇ ਵਿੱਚ ਮੇਜਰ ਇਸ਼ੂ। ਕਈ ਵਾਰੀ ਇਹ ਵੀ ਹੁੰਦਾ ਕਿ ਜਿਵੇਂ ਉਹਨਾਂ ਨੇ ਡਿਸੀਜਨ, ਕਈ ਵਾਰੀ ਅਕਾਲ ਤਖ਼ਤ ਸਾਹਿਬ ਤੋਂ ਇਹੋ ਜਿਹੇ ਆਏ ਕੰਟਰੋਵਰਸੀ ਡਿਸੀਜਨ ਹੋ ਜਾਂਦੇ ਨੇ ਕਿ ਉਹਦੇ ਕਰਕੇ ਵੀ ਲੋਕ ਸੋਚਦੇ ਵੀ ਨਹੀਂ ਯਾਰ ਇਹਦੇ 'ਚ ਕੋਈ ਸੁਧਾਰ ਚਾਹੀਦਾ ਜਾਂ ਕੋਈ ਹੋਰ ਅਲਟਰਨੇਟਿਵ ਦਾ ਕੋਈ ਸਿਸਟਮ ਹੋਣਾ ਚਾਹੀਦਾ, ਉਹ ਵੀ ਤੁਹਾਨੂੰ ਅੱਛੇ ਰਿਸਪੋਂਸ ਦਾ ਕਾਰਨ ਹੋ ਸਕਦਾ ਹੈ। ਬਿਲਕੁਲ ਠੀਕ ਹੈ, ਇੱਕ ਇਹ ਕਾਰਨ ਹੈ ਜਿਹੜੀ ਆ ਪਿਛਲੇ 5 ਸਾਲਾਂ ਵਿੱਚ ਜੋ ਐਕਟੀਵਿਟੀ 10 ਸਾਲਾਂ ਰਾਧਰ 1999 'ਚ ਪ੍ਰਕਾਸ਼ ਸਿੰਘ ਬਾਦਲ ਦੀ ਸ਼੍ਰੋਮਣੀ ਕਮੇਟੀ 'ਤੇ ਪਕੜ ਮਜ਼ਬੂਤ ਹੋਈ ਹੈ, ਗੁਰਚਰਨ ਸਿੰਘ ਚੌੜਾ ਹਟ ਗਿਆ, ਤਾਂ ਉਸ ਤੋਂ ਬਾਅਦ ਜਿੰਨਾ ਕੁਛ ਹੁੰਦਾ ਰਿਹਾ ਬਾਦਲ ਦੀ ਆਪਣੀ ਮਰਜ਼ੀ ਨਾਲ ਹੁੰਦਾ ਰਿਹਾ, ਜਿਹੜੇ ਬਾਦਲ ਵਿਰੋਧੀ ਨੇ ਉਹਨਾਂ ਦੇ ਖਿਲਾਫ਼ ਹੁਕਮਨਾਮੇ ਜਾਰੀ ਹੁੰਦੇ ਰਹੇ, ਅਤੇ ਜੇ ਬਾਦਲ ਹਿਮਾਇਤੀਆਂ ਦੇ ਖਿਲਾਫ਼ ਕੋਈ ਕੇਸ ਜਾਂਦਾ ਉਹ ਕੇਸ ਦੱਬ ਦਿੱਤਾ ਜਾਂਦਾ, ਇਸ ਗੱਲ ਨੇ ਬੜਾ ਅਸਰ ਪਾਇਆ। ਪਰ ਆਹ ਜਿਹੜਾ ਹੁਣ ਹਰਿਆਣੇ ਵਾਲਿਆਂ ਨੂੰ ਬਿਨਾਂ ਕਾਰਨ ਤੋਂ ਪੰਥ 'ਚੋਂ ਖਾਰਜ ਕੀਤਾ ਜਾ ਰਿਹਾ, ਬਿਨਾਂ ਤਲਬ ਕੀਤਾ ਜਾ ਰਿਹਾ, ਪ੍ਰੋਫੈਸਰ ਦਰਸ਼ਨ ਸਿੰਘ ਦਾ ਜਿਹੜਾ ਇਸ਼ੂ ਆਇਆ ਵੀ ਉਸਨੇ ਕੀਤਾ ਕੁਛ ਨਹੀਂ ਗਾ ਅਤੇ ਉਹਦੇ ਖਿਲਾਫ਼ ਇੱਕ ਮੁਹਿੰਮ ਖੜੀ ਕਰ ਦਿੱਤੀ ਗਈ। ਇਸੇ ਤਰ੍ਹਾਂ ਕੁਝ ਭਾਵੇਂ ਸਹੀ ਕੇਸਿਸ ਹਨ, ਪਰ ਆਹ ਦੋ ਕੇਸਿਸ ਜਿਹੜੇ ਨੇ ਇਹਨਾਂ ਨੇ ਪੰਥ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ, ਇੱਕ ਪ੍ਰੋ ਬਾਦਲ, ਇੱਕ ਬਾਦਲ ਵਿਰੋਧੀ। ਅਤੇ ਜਿਹੜਾ ਬਾਦਲ ਵਿਰੋਧੀ ਸੀ ਉਹਨਾਂ ਨੇ ਉਹਨੇ ਕਹਿਣਾ ਸ਼ੁਰੂ ਕਰਤਾ ਵੀ ਇਹ ਅਹੁਦਾ ਜਿਹੜਾ ਇਹ ਮੀਨਿੰਗਲੈਸ ਹੈ, ਇਸ ਨੂੰ ਖਤਮ ਕੀਤਾ ਜਾਣਾ ਚਾਹੀਦਾ। ਜਿਵੇਂ ਤੁਸੀਂ ਬਾਦਲ ਸਾਹਿਬ ਦੀ ਗੱਲ ਕੀਤੀ, ਥੋੜ੍ਹੀ ਜਿਹੀ ਜਾਣਕਾਰੀ ਤੁਹਾਨੂੰ ਇਸ 'ਤੇ ਵੀ ਲੈਣਾ ਚਾਹਾਂਗਾ ਆਪਣੇ ਦਰਸ਼ਕਾਂ ਵਾਸਤੇ ਕਿ ਤੁਸੀਂ ਅਕਾਲੀ ਦਲ ਦੇ ਇਤਿਹਾਸ ਵੀ ਲਿਖਿਆ ਹੈਗਾ, ਇੱਕ ਕਿਤਾਬ ਲਿਖੀ ਹੈ ਅਕਾਲੀ ਦਲ ਦਾ ਇਤਿਹਾਸ। ਅਕਾਲੀ ਦਲ ਨੂੰ ਪਹਿਲਾਂ ਇਹ ਮੰਨਿਆ ਜਾਂਦਾ ਸੀ ਵੀ ਇਹ ਸਿੱਖ ਸਿਆਸੀ ਜਮਾਤ ਹੈਗੀ ਹੈ, ਵੀ ਸਿਆਸੀ ਪਾਰਟੀ ਹੈਗੀ ਹੈ, ਸਿੱਖਾਂ ਦੇ ਮਸਲਿਆਂ ਨੂੰ ਜਿਹੜੀ ਹੈ ਇਹ ਉਠਾਉਂਦੀ ਹੈ ਜਾਂ ਉਹਨਾਂ ਨਾਲ ਜਿਹੜਾ ਸਰੋਕਾਰ ਰੱਖਦੀ ਹੈਗੀ ਹੈ। ਪਰ ਇਹਨਾਂ ਸਾਲਾਂ ਦੇ ਵਿੱਚ ਜਿਹੜਾ ਹੈਗਾ ਵੀ ਅਕਾਲੀ ਦਲ ਦਾ ਜਿਹੜਾ ਰੂਪਰੇਖਾ ਥੋੜ੍ਹੀ ਬਦਲੀ ਹੈਗੀ ਹੈ, ਇਹਦਾ ਚਿਹਰਾ ਮੋਹਰਾ ਜਿਹੜਾ ਬਦਲਿਆ ਹੈਗਾ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਪਹਿਲਾਂ ਕੁਛ ਸਾਲ ਬਿਆਨ ਦਿੱਤਾ ਸੀ ਕਿ ਹੁਣ ਅਕਾਲੀ ਦਲ ਜਿਹੜਾ ਕਿ ਪੰਜਾਬੀ ਪਾਰਟੀ ਬਣ ਗਈ ਕਿ ਨਾ ਕਿ ਸਿੱਖਾਂ ਦੀ ਇਕੱਲੀ ਪਾਰਟੀ ਨਹੀਂ ਰਹੀ ਹੈਗੀ। ਮਹੀਨਾ ਕੁ ਪਹਿਲਾਂ ਦੀ ਗੱਲ ਹੈ ਕਿ ਹੁਣ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨ, ਉਹਨਾਂ ਨੇ ਵੀ ਕਿਹਾ ਕਿ ਪੰਜਾਬੀ ਜਿਹੜੀ ਹੈ ਅਕਾਲੀ ਦਲ ਜਿਹੜੀ ਹੈ ਪੰਜਾਬੀ ਪਾਰਟੀ ਹੈਗੀ ਹੈ, ਕਿਉਂਕਿ ਇਹ 'ਚ ਤਾਂ ਮਤਲਬ ਬਹੁਤ ਸਾਰੇ ਹਿੰਦੂਆਂ ਨੂੰ ਜਾਂ ਹੋਰ ਕਾਸਟ ਦੇ ਜਿਹੜੇ ਲੋਕ ਹੈਗੇ ਨੇ
ਹੋਰ ਧਰਮਾਂ ਨੂੰ ਮੰਨਣ ਵਾਲੇ ਜਿਹੜੇ ਲੋਕ ਹੈਗੇ ਉਹਨਾਂ ਨੇ ਜਿਹੜੀ ਮਿਹਨਤ ਕੀ ਬਹੁਤ ਜ਼ਿਆਦਾ ਉਹਨਾਂ ਨੇ ਜਥੇਦਾਰ ਵੀ ਜਿਹੜੇ ਹੈਗੇ ਨੇ ਕਈ ਕਲੀਨ ਸ਼ੇਵਨ ਜਿਹੜੇ ਹੈਗੇ ਜਥੇਦਾਰ ਜਿਹੜੇ ਥਾਪੇ ਹੈਗੇ ਨੇ ਦੈਟ ਮੀਨਸ ਉਹਨਾਂ ਨੇ ਤਾਂ ਆਪਣੀ ਜਿਹੜੀ ਹੈਗੀ ਆ ਚੇਂਜ ਕਰ ਲਿਆ। ਤੁਹਾਨੂੰ ਕੀ ਲੱਗਦਾ ਕਿ ਕੀ ਲੋੜ ਪਈ ਹੈਗੀ ਇੱਕ ਸਿੱਖ ਸਿਆਸੀ ਪਾਰਟੀ ਜਿਹੜੀ ਪੈਦਾ ਹੋਈ ਔਰ ਅੱਜ ਉਹ ਪੰਜਾਬੀ ਪਾਰਟੀ ਹੈ ਸਿੱਖਾਂ ਤੋਂ ਮਤਲਬ ਮੁਨੱਕਰ ਆਪਾਂ ਕਹਿ ਸਕਦੇ ਹਾਂ ਵੀ ਡਰੋਲ ਸਿੱਖਾਂ ਦੀ ਪਾਰਟੀ ਨਹੀਂ ਰਹੀ ਹੈਗੀ? ਬਿਲਕੁਲ ਠੀਕ ਹੈ। ਅਕਾਲੀ ਦਲ ਜਿਹੜਾ 14 ਦਸੰਬਰ 1920 ਨੂੰ ਬਣਿਆ ਸੀਗਾ ਉਸ ਅਕਾਲੀ ਦਲ ਦਾ ਨਿਸ਼ਾਨਾ ਜਿਹੜਾ ਸੀ ਉਹਦੇ 'ਚ ਪਹਿਲਾ ਜਿਹੜਾ ਸੀਗਾ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ। ਸ਼੍ਰੋਮਣੀ ਅਕਾਲੀ ਦਲ ਜਿਹੜਾ 1996 ਵਿੱਚ ਜਦੋਂ ਬਾਦਲ ਹੋਰਾਂ ਨੇ ਮੋਗਾ ਕਾਨਫਰੰਸ ਵਿੱਚ ਆਪਣਾ ਵਿਧਾਨ ਬਦਲਿਆ, ਹਾਲਾਂਕਿ ਉਹਦਾ ਪ੍ਰਚਾਰ ਇਹਨਾਂ ਨੇ ਨਹੀਂ ਕੀਤਾ, ਹਿੰਦੂਆਂ ਨੂੰ ਭਰਤੀ ਕੀਤਾ, ਮੁਸਲਮਾਨਾਂ ਨੂੰ ਭਰਤੀ ਕੀਤਾ, ਬੇਸ਼ੱਕ ਗੈਰ ਸਿੱਖਾਂ ਨੂੰ ਅਹੁਦੇ ਦਿੱਤੇ, ਪਰ ਇਹਨਾਂ ਨੇ ਇਸ ਦੇ ਬਾਵਜੂਦ ਪ੍ਰਚਾਰ ਨਹੀਂ ਕੀਤਾ ਇਸ ਗੱਲ ਦਾ ਵੀ ਅਸੀਂ ਨਿਰਪੱਖ ਜਥੇਬੰਦੀ ਬਣ ਗਏ ਹਾਂ, ਕਾਗਜ਼ਾਂ ਵਿੱਚ ਭਾਵੇਂ ਕੀਤੇ ਹੋਣਗੇ ਕੁਝ ਬੰਦੇ ਭਰਤੀ। ਅਕਾਲੀ ਦਲ ਦਾ ਸਿਰਫ ਇੰਨਾ ਹੀ ਨਹੀਂ ਸੀਗਾ, ਅਕਾਲੀ ਦਲ ਦਾ ਏਜੰਡਾ ਧਾਰਮਿਕ ਦੇ ਨਾਲ ਨਾਲ ਪੰਜਾਬ ਦਾ ਏਜੰਡਾ ਸੀ। ਚੰਡੀਗੜ੍ਹ ਪੰਜਾਬ ਦਾ, ਪੰਜਾਬ ਦੇ ਪਾਣੀਆਂ ਦਾ ਮਸਲਾ ਸੀ, ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਹੋਰ ਚੀਜ਼ਾਂ ਸਨ, ਕਲਚਰ ਦੀ ਗੱਲ ਸੀਗੀ, ਪੰਜਾਬ ਦੀ ਸਿਆਸੀ ਤਾਕਤਾਂ ਸਨ, ਪੰਜਾਬ ਨੂੰ ਮਿਲਣ ਵਾਲੇ ਟੈਕਸਿਸ ਦਾ ਜਿਹੜਾ ਸੀਗਾ, ਐਜੂਕੇਸ਼ਨ ਦਾ ਮਸਲਾ ਸੀ, ਇਹ ਸਾਰੇ ਜਿਹੜੇ ਮਸਲੇ ਅਕਾਲੀ ਦਲ ਦੀਆਂ ਡਿਮਾਂਡਸ ਵਿੱਚ, ਅਕਾਲੀ ਦਲ ਦੇ ਜਦੋਜਹਿਦ ਵਿੱਚ, ਮੈਨੀਫੈਸਟੋ ਵਿੱਚ ਸ਼ਾਮਿਲ ਹੋਇਆ ਕਰਦੇ ਸਨ, ਪਰ ਹੁਣ ਅਕਾਲੀ ਦਲ ਦੇ ਮੈਨੀਫੈਸਟੋ ਵਿੱਚੋਂ ਸਾਰਾ ਕੁਝ ਡਿਸਅਪੀਅਰ ਹੋ ਗਿਆ। ਧਰਮ ਤਾਂ ਪਹਿਲਾਂ ਹੀ ਉਹਨਾਂ ਨੇ ਆਪਣੇ ਆਪ ਐਲਾਨਿਆ ਹੀ ਕਹਿ ਦਿੱਤਾ ਵੀ ਇਹ ਪੰਜਾਬ ਦੇ ਪੰਜਾਬੀ ਪਾਰਟੀ ਹੈ, ਅਤੇ ਹਾਲਾਂਕਿ ਇਹ ਸ਼੍ਰੋਮਣੀ ਕਮੇਟੀ ਦੀ ਜਦੋਂ ਚੋਣ ਲੜਦੇ ਆਪਣੇ ਆਪ ਨੂੰ ਧਾਰਮਿਕ ਪੇਸ਼ ਕਰਦੇ ਆ, ਪਰ ਜਦੋਂ ਸਿਆਸੀ ਇਲੈਕਸ਼ਨਾਂ ਦੀ ਅਸੈਂਬਲੀ ਦੀ ਜਾਂ ਪਾਰਲੀਮੈਂਟ ਦੀ ਉਦੋਂ ਇਹ ਕਹਿੰਦੇ ਵੀ ਅਸੀਂ ਧਰਮ ਨਿਰਪੱਖ ਜਥੇਬੰਦੀ ਹਾਂ, ਸੋ ਇਹ ਦੋਨਾਂ ਬੇੜੀਆਂ ਵਿੱਚ ਪੈਰ ਰੱਖਦੇ ਆ। ਤੋ ਹਾਲਾਂਕਿ ਇਲੈਕਸ਼ਨ ਕਮਿਸ਼ਨ ਕੋਲ ਇਹ ਕੇਸ ਗਿਆ ਹੋਇਆ, ਅਤੇ ਇਲੈਕਸ਼ਨ ਕਮਿਸ਼ਨ ਦੇ ਫੈਸਲੇ ਤੋਂ ਬਾਅਦ ਪਤਾ ਲੱਗੇਗਾ ਵੀ ਕੀ ਇਹ ਸ਼੍ਰੋਮਣੀ ਕਮੇਟੀ ਦੀ ਚੋਣ ਲੜ ਸਕਦੇ ਹਨ ਕਿ ਨਹੀਂ। ਇੱਕ ਮੰਨ ਲਓ ਕੁਝ ਵੀ ਫੈਸਲਾ ਆਉਂਦਾ, ਇਹ ਗੱਲ ਵੱਖਰੀ ਹੈ, ਅਤੇ ਜੇ ਤਾਂ ਇਹਨਾਂ ਨੂੰ ਸਿਰਫ ਸਿਆਸੀ ਪਾਰਟੀ ਦੇ ਤੌਰ 'ਤੇ ਲੈਣਾ, ਪਰ ਸਿੱਖਾਂ ਦੀ ਆਪਣੀ ਧਾਰਮਿਕ ਜਥੇਬੰਦੀ ਦੀ ਇੱਕ ਜ਼ਰੂਰਤ ਹੈ, ਜਿਹੜੀ ਸਿੱਖਾਂ ਦੇ ਧਾਰਮਿਕ ਮਸਲਿਆਂ ਬਾਰੇ, ਸਿਆਸੀ ਨਹੀਂ ਧਾਰਮਿਕ ਮਸਲਿਆਂ ਬਾਰੇ ਜਿਹੜੀ ਹੈ ਉਹ ਜਦੋਜਹਿਦ ਕਰੇ, ਉਹਦੇ ਬਾਰੇ ਵਿੱਚ ਜਿਹੜੇ ਹੈ ਏਕਤਾ ਕੌਮ ਵਿੱਚ ਇੱਕ ਰਾਏ ਪੈਦਾ ਕਰੇ, ਉਸ ਦੀ ਬੜੀ ਵੱਡੀ ਜ਼ਰੂਰਤ ਹੈ। ਅੱਜ ਦੀ ਡੇਟ 'ਚ ਕੋਈ ਤੁਹਾਨੂੰ ਲੱਗਦੀ ਕੋਈ ਇੱਦਾਂ ਦੀ ਕੋਈ ਹੈਗੀ ਕੋਈ ਥੋੜ੍ਹਾ ਬਹੁਤਾ ਵੀ ਜਿਹੜਾ ਹੈਗਾ ਕੋਈ ਕੰਮ ਕਰਦੀ ਹੋਵੇ ਕੋਈ ਜਥੇਬੰਦੀ? ਮੈਂ ਨਹੀਂ ਸਮਝਦਾ ਵੀ ਕੋਈ ਜਥੇਬੰਦੀ ਪੂਰੀ ਜਥੇਬੰਦੀ ਦੇ ਤੌਰ 'ਤੇ ਸਿੱਖਾਂ ਦੇ ਧਾਰਮਿਕ ਮਸਲਿਆਂ ਦੀ ਗੱਲ ਕਰਦੀ ਹੋਵੇ, ਥੋੜ੍ਹੀ ਥੋੜ੍ਹੀ ਸਿੰਘ ਜੇ ਸਮਾਨ ਵੀ ਕਰਦਾ, ਬਾਕੀ ਪਾਰਟੀਆਂ ਵੀ ਕਰਦੀਆਂ ਨੇ, ਅਤੇ ਕੁਛ ਜਿਹੜੇ ਡੈਡੀਕੇਟਡ ਨਹੀਂ ਹੈਗੇ ਇਸ ਕੰਮ ਵਾਸਤੇ ਵੀ ਆਪਾਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਅਗਰ ਕੁਛ ਕਰਨੇ ਜਾਂ ਕੋਈ ਮਸਲੇ ਆਉਂਦੇ ਨੇ ਉਹਨਾਂ ਵਾਸਤੇ ਕੋਈ ਆਵਾਜ਼ ਉਠਾਉਣ ਵਾਲੀ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਕੋਈ ਨਜ਼ਰ ਨਹੀਂ ਆਉਂਦੀ ਹੈਗੀ? ਹਾਂਜੀ, ਸ਼੍ਰੋਮਣੀ ਕਮੇਟੀ ਧਾਰਮਿਕ ਮਸਲਿਆਂ 'ਤੇ ਕੋਈ ਨਹੀਂ ਕਰਦੀ, ਵੱਧ ਤੋਂ ਵੱਧ ਕੀ ਹੋਏਗਾ ਇੱਕ ਬਿਆਨ ਆ ਜਾਏਗਾ ਪ੍ਰਧਾਨ ਦਾ, ਇਸ ਤੋਂ ਵੱਧ ਕੁਝ ਨਹੀਂ। ਜਿਹੜੀ ਮੈਂ ਗੱਲ ਵਰਲਡ ਸਿੱਖ ਪਾਰਲੀਮੈਂਟ ਦੀ ਗੱਲ ਕਰਦਾ ਵੀ ਸਾਰੇ ਦੁਨੀਆ ਭਰ ਦੇ ਸਿੱਖਾਂ ਦੇ ਨੁਮਾਇੰਦਿਆਂ ਦੀ ਇੱਕ ਜਮਾਤ ਕਾਇਮ ਹੋਣੀ ਚਾਹੀਦੀ ਹੈ, ਕਿਉਂਕਿ ਸਿੱਖ ਜਿਹੜੇ ਹੈਗੇ ਨੇ ਹੁਣ ਪੰਜਾਬ ਦੇ ਵਿੱਚ ਤੇ ਸੀਮਿਤ ਰਹੇ ਨਹੀਂ ਹੈਗੇ, ਵੀ ਵਿਦੇਸ਼ਾਂ ਦੇ ਵਿੱਚ ਵੀ ਉਸੇ ਹਰ ਜਗ੍ਹਾ ਤੇ ਹਰ ਦੇਸ਼ ਦੇ ਵਿੱਚ ਜਿਹੜਾ ਹੈਗਾ, ਮੈਨੂੰ ਲੱਗਦਾ ਨਹੀਂ ਕੋਈ ਵੀ ਸਟੇਟ ਹੋਵੇ ਕੋਈ ਜਾਂ ਕੋਈ ਦੇਸ਼ ਹੋਵੇ ਜਿੱਥੇ ਸਿੱਖ ਨਾ ਵਸਦੇ ਹਨ, ਤਾਂ ਉਹਨਾਂ ਦੀ ਨੁਮਾਇੰਦਗੀ ਦੀ ਲੋੜ ਤੇ ਹੈ ਹੀ ਜੇ ਆਪਾਂ ਸਿੱਖ ਮਸਲਿਆਂ ਦੀ ਗੱਲ ਕਰਦੇ ਹੈਗੇ। ਔਰ ਨਾਲ ਦੂਜੇ ਸਿੱਖ ਜਿਹੜੇ ਪੰਜਾਬ ਤੋਂ ਬਾਹਰ ਨੇ ਜਿਹੜੇ ਜਾਂ ਵਿਦੇਸ਼ਾਂ 'ਚ ਨੇ, ਉਹਨਾਂ ਦੇ ਮਸਲੇ ਵੀ ਜ਼ਿਆਦਾ ਨੇ, ਤੋ ਇਸ ਕਰਕੇ ਉਹਨਾਂ ਦੀ ਨੁਮਾਇੰਦਗੀ ਵੀ ਬਰਾਬਰ ਦੀ ਹੋਣੀ ਚਾਹੀਦੀ ਹੈ ਜਿੱਥੇ ਉਹ ਆਪਣਾ ਕੇਸ ਪੇਸ਼ ਕਰ ਸਕਣ। ਪਰ ਧਾਰਮਿਕ ਮਸਲਿਆਂ ਵਾਸਤੇ ਸਾਡੀ ਇੱਕ ਜਿਹੜੀ ਹੈ ਕੌਮਾਂਤਰੀ ਜਿਹੜੀ ਪਲੇਟਫਾਰਮ ਜਿਹੜਾ ਬਹੁਤ ਜ਼ਰੂਰੀ ਹੈ। ਸਿਆਸੀ ਪਾਰਟੀਆਂ ਜੋ ਮਰਜ਼ੀ ਕਰਦੇ ਰਹਿਣ, ਉਹਨਾਂ ਦੇ ਆਪਣੇ ਹੱਕ ਨੇ ਅਤੇ ਉਹਨਾਂ ਦਾ ਆਪਣਾ ਤਰੀਕਾ ਹੈ, ਪਰ ਸਿੱਖਾਂ ਦੀ ਇੱਕ ਧਾਰਮਿਕ ਜਮਾਤ, ਇੱਕ ਧਾਰਮਿਕ ਪਲੇਟਫਾਰਮ ਜਿਹੜਾ ਉਹ ਵਰਲਡ ਸਿੱਖ ਪਾਰਲੀਮੈਂਟ ਜਾਂ ਕੋਈ ਨਾਮ ਵੀ ਰੱਖ ਲਓ, ਉਹ 'ਚ ਕੋਈ ਫਰਕ ਨਹੀਂ ਪੈਂਦਾ, ਉਹ ਜ਼ਰੂਰ ਭਾਵੇਂ ਸ਼੍ਰੋਮਣੀ ਕਮੇਟੀ ਇਹਦੇ ਵਾਸਤੇ ਪਹਿਲ ਕਰ ਲਵੇ, ਉਹ ਇਸ ਨੂੰ ਕਾਇਮ ਕਰ ਲਵੇ, ਦਿੱਲੀ ਕਮੇਟੀ ਕਾਇਮ ਕਰ ਲਵੇ, ਇਹਦੇ ਨਾਲ ਕੋਆਰਡੀਨੇਸ਼ਨ ਕਰ ਲੈਣ, ਵਿਦੇਸ਼ਾਂ ਦੇ ਸਿੱਖ ਬੈਠ ਕੇ ਕੋਈ ਇੱਕ ਸੈਕਸ਼ਨ ਐਸਾ 5-7 ਜਣੇ ਜਿਹੜੇ ਹੈ ਉਹ ਪਹਿਲ ਕਰ ਲੈਣ, ਅਤੇ ਜਦੋਂ ਬਣਨੀ ਹੈ ਉਹ ਤਾਂ ਸਾਰਿਆਂ ਦੀ ਨੁਮਾਇੰਦਗੀ ਹੈ। ਇੱਕ ਜਿਵੇਂ ਤੁਸੀਂ ਇਤਿਹਾਸ ਨੂੰ ਸ਼ੁਰੂ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਜਿਹੜਾ ਇਤਿਹਾਸ ਨੂੰ ਫੋਲਿਆ ਹੈਗਾ, ਅਤੇ ਪ੍ਰੈਜੈਂਟਲੀ ਵੀ ਤੁਸੀਂ ਜਿਹੜਾ ਹੈਗਾ ਆਪ ਵੀ ਇੱਥੇ ਰਹੇ ਹੋ, ਤੁਹਾਡਾ ਜੀਵਨ ਜਿਹੜਾ ਹੈਗਾ ਪ੍ਰੈਜੈਂਟ ਕਾਲ ਦੇ ਵਿੱਚ ਹੈਗਾ, ਇੱਕ ਪਿੱਛੇ ਜਿਹੜੀ ਹੈ ਮੰਗ ਬੜੇ ਜ਼ੋਰ ਸ਼ੋਰ ਨਾਲ ਉੱਠੀ ਸੀ ਵੱਖਰੇ ਸਿੱਖ ਰਾਜ ਦੀ ਗੱਲ ਜਾਂ ਖਾਲਿਸਤਾਨ ਦੀ ਗੱਲ ਜਿਹੜੀ ਆਉਂਦੀ ਸੀ, ਅੱਜ ਉਹ ਥੋੜ੍ਹੀ ਜਿਹੀ ਪੰਜਾਬ ਦੇ ਵਿੱਚ ਤਾਂ ਮੈਂ ਵੇਖਿਆ ਕਿਉਂਕਿ ਬਹੁਤੀ ਕੋਈ ਗੱਲ ਨਹੀਂ ਕਰਦਾ, ਪਰ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਸਿੱਖ ਜਿਹੜੇ ਹਨ ਇਸ ਮਸਲੇ ਨੂੰ ਜਿਹੜਾ ਹੈਗਾ ਕਿ ਉਹ ਤਰੋਤਾਜ਼ਾ ਰੱਖਣ ਵਾਸਤੇ ਉਹ ਉਠਾਉਂਦੇ ਰਹਿੰਦੇ ਹੈਗੇ ਨੇ, ਤੁਹਾਨੂੰ ਕੀ ਲੱਗਦਾ ਕਿ ਕਿੰਨੀ ਕੁ ਜਾਇਜ਼ ਮੰਗ ਹੈਗੀ ਆ ਅੱਜ ਦੇ ਮਤਲਬ ਜੇ ਸੰਦਰਭ ਦੇ ਵਿੱਚ ਆਪਾਂ ਵੇਖੀਏ ਵੀ ਕਿੰਨੀ ਕੁ ਜਾਇਜ਼ ਹੈਗੀ ਹੈ ਇਹ ਮੰਗ, ਹੈ ਵੀ ਕਿ ਜਾਂ ਨਹੀਂ ਹੈ, ਖਤਮ ਹੋ ਗਈ? ਦੋ ਪੱਖਾਂ ਤੋਂ ਲੈਣਾ ਪਏਗਾ, ਪਹਿਲੀ ਗੱਲ ਤਾਂ ਇਹ ਕਿ ਪੰਜਾਬ 'ਚ ਬਿਲਕੁਲ ਖਤਮ ਹੈ ਇਹ ਮੈਂ ਸਮਝਦਾ ਸ਼ਾਇਦ
ਆਪਣੀ ਹਰ ਗੱਲ ਵਿੱਚ ਖਾਲਿਸਤਾਨ ਦੀ ਪਹਿਲਾਂ ਗੱਲ ਕਰਦਾ, ਭਾਵੇਂ ਉਹ ਅਸੈਂਬਲੀ ਦੀ ਇਲੈਕਸ਼ਨ, ਭਾਵੇਂ ਸ਼੍ਰੋਮਣੀ ਕਮੇਟੀ ਦੀ, ਭਾਵੇਂ ਪਾਰਲੀਮੈਂਟ ਦੀ, ਭਾਵੇਂ ਉਸਨੂੰ ਵੋਟਾਂ 50,000 ਪੈਣ, 10,000 ਪੈਣ, ਉਹਨੇ ਆਪਣਾ ਨਿਸ਼ਾਨਾ ਨਹੀਂ ਛੱਡਿਆ। ਇਹ ਗੱਲ ਚੱਲਦੀ ਹੈ ਅਤੇ ਜਿੱਥੋਂ ਤੱਕ ਆਮ ਲੋਕਾਂ ਦੀ ਗੱਲ ਹੈ, ਆਮ ਲੋਕਾਂ ਵਿੱਚ ਖਾਲਿਸਤਾਨ ਬਾਰੇ ਪੋਜ਼ਿਟਿਵ ਜਾਂ ਨੈਗੇਟਿਵ ਕੋਈ ਓਪੀਨੀਅਨ ਨਹੀਂ ਹੈ। ਲੋਕ ਬਿਲਕੁਲ ਚੁੱਪ ਕਰਕੇ ਬੈਠੇ। ਉਹਦਾ ਕਾਰਨ ਇੱਕ ਇਹ ਵੀ ਹੋ ਸਕਦਾ ਵੀ ਜਿਹੜਾ 1993 ਵਿੱਚ ਜਿਹੜਾ ਪੰਜਾਬ 'ਚ ਨੌਜਵਾਨਾਂ ਦਾ ਘਾਣ ਹੋਇਆ, ਉਹਦੇ ਕਰਕੇ ਕੁਛ ਡਰੇ ਵੀ ਹੋਣ, ਇਹ ਵੀ ਹੋ ਸਕਦਾ ਹੈ। ਦੂਸਰਾ ਇੱਕੋ ਕਾਰਨ ਇਹ ਹੈ ਕਿ ਜਦੋਂ ਲੋਕ ਸਰਕਾਰ ਨਾਲ ਜੁੜਨਾ ਚਾਹੁੰਦੇ ਵੀ ਇਹਦਾ ਫਾਇਦਾ ਲਿਆ ਜਾਵੇ, ਬੇਰੁਜ਼ਗਾਰੀ ਹੈ ਅਤੇ ਨੌਕਰੀਆਂ ਮਿਲਣਗੀਆਂ ਸਰਕਾਰ ਕੋਲ, ਪ੍ਰੈਜ਼ੈਂਟ ਆਪਣਾ ਦੇਖਦੇ ਹੈਗੇ, ਫਾਇਦੇ ਮਿਲਣਗੇ, ਯਾਨੀ ਕਿ ਮੈਟੀਰੀਅਲ ਆਸਪੈਕਟ ਜਿਹੜਾ ਉੱਥੇ ਜ਼ਿਆਦਾ ਦੇਖੇ ਜਾ। ਇੱਕ ਹੋਰ ਵੱਡਾ ਕਾਰਨ ਹੈ, ਉੱਥੇ ਡਰ ਵੀ ਹੈ ਕਿਉਂਕਿ ਫਟ ਮੁਕੱਦਮੇ ਬਣਾਏ ਜਾਂਦੇ ਹਨ। ਤੁਸੀਂ ਜ਼ਿੰਦਾਬਾਦ ਦਾ ਨਾਰਾ ਲਾਇਆ ਅਤੇ ਤਾਂ ਹੀ ਮੁਕੱਦਮੇ ਬਣ ਜਾਂਦੇ ਹਨ, ਔਰ ਪੰਜਾਬ ਦੀ ਅਕਾਲੀ ਸਰਕਾਰ ਹੀ ਉਹਨਾਂ 'ਤੇ ਮੁਕੱਦਮੇ ਬਣਾਉਣ ਲਈ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਆਏ ਆ। ਅਤੇ ਵਿਦੇਸ਼ਾਂ 'ਚ ਤੁਹਾਨੂੰ ਹਰ ਗੱਲ ਕਹਿਣ ਦਾ ਹੱਕ ਹੈ, ਇੱਕ ਹਿੱਸਾ ਇਹ ਹੈ। ਦੂਜਾ ਇਹ ਹੈ ਕਿ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਹਰ ਕੌਮ ਆਪਣਾ ਘਰ ਮੰਗਦੀ ਹੈ, ਆਜ਼ਾਦ ਮੁਲਕ ਮੰਗਦੀ ਹੈ, ਪਰ ਮੈਂ ਹੈਰਾਨ ਹੋ ਰਿਹਾ ਵੀ ਆ ਪਿਛਲੇ ਹਫ਼ਤੇ ਹੀ ਸਕਾਟਲੈਂਡ ਵਾਲਿਆਂ ਨੇ ਆਜ਼ਾਦੀ ਨਾ ਲੈਣ ਦਾ ਫੈਸਲਾ ਕੀਤਾ। ਇਹੋ ਜਿਹੀ ਗੱਲ ਵੀ ਹੈ, ਔਰ ਕਈ ਪ੍ਰੈਜੈਂਟ ਸਥਿਤੀਆਂ ਦੇਖਣੇ ਪੈਂਦੀਆਂ ਹੈਗੀਆਂ ਨੇ ਕਿ ਕਿੱਥੇ ਫਾਇਦਾ ਹੋਏਗਾ, ਕਿੱਥੇ ਨੁਕਸਾਨ ਹੋਏਗਾ, ਵੀ ਇਹ ਜਾਇਜ਼ ਹੈ ਜਾਂ ਨਹੀਂ ਜਾਇਜ਼ ਹੈਗੀ ਹੈ। ਕਈ ਮਤਲਬ ਅੱਜ ਕੱਲ੍ਹ ਦਾ ਜਿਹੜਾ ਬੰਦਾ ਹੈਗਾ, ਕੋਈ ਵੀ ਹੋਵੇ, ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ, ਜਾਂ ਸਕਾਟਲੈਂਡ ਦੀ ਗੱਲ ਕੀਤੀ ਹੈ ਤੁਸੀਂ, ਅਤੇ ਉਹ ਵੇਖਦਾ ਕਿ ਸਾਨੂੰ ਅਲੱਗ ਹੋ ਕੇ ਜਿਹੜਾ ਹੈਗਾ ਕਿ ਨੁਕਸਾਨ ਹੀ ਹੋਣਾ ਅਤੇ ਅਲੱਗ ਕਾਹਤੋਂ ਹੋਣਾ ਹੈਗਾ। ਤੋ ਉਸ ਜਿਹੜੀ ਹੈਗੀ ਵੀ ਸਿਚੁਏਸ਼ਨ ਦੇ ਵਿੱਚ ਜੇ ਅੱਜ ਆਪਾਂ ਵੱਖਰੇ ਸਿੱਖ ਰਾਜ ਦੀ ਜੇ ਗੱਲ ਕਰਦੇ, ਉਹ ਮਤਲਬ ਕਿੰਨੀ ਕੁ ਰੈਲੀਵੈਂਟ ਲੱਗਦੀ ਹੈ? ਦੇਖੋ ਉਹੀ ਸਿਚੁਏਸ਼ਨ, ਬਿਲਕੁਲ ਤੁਸੀਂ ਜਵਾਬ ਦਿੱਤਾ, ਆਪਣੇ ਆਪ ਜਵਾਬ ਦਿੱਤਾ ਇਸ ਸਵਾਲ ਦਾ, ਬਈ ਜਦੋਂ ਤੁਹਾਡੇ ਕੋਲ ਇਸ਼ੂਜ਼ ਹੋਰ ਹੁੰਦੇ ਨੇ, ਇਕਨੋਮਿਕ ਦਾ ਇਸ਼ੂ ਹੈ ਤੁਹਾਡੇ ਕੋਲ, ਜੇਕਰ ਇੱਕ ਜੀਓਗ੍ਰਾਫਿਕਲ ਏਰੀਏ ਵਿੱਚ ਫੀਜ਼ੀਬਿਲਿਟੀ ਹੈ ਵੀ ਤੁਸੀਂ ਇੱਥੇ ਕਿੰਨੇ ਕੁ ਕਾਮਯਾਬ ਹੋ ਸਕੋਗੇ ਆਜ਼ਾਦ ਹੋ ਕੇ, ਇਹ ਸਾਰੀਆਂ ਗੱਲਾਂ ਜਿਹੜੀਆਂ ਜਦੋਂ ਸਾਹਮਣੇ ਆਉਂਦੀਆਂ ਅਤੇ ਲੋਕ ਉਸ ਮਸਲੇ ਨੂੰ ਭੁੱਲ ਜਾਂਦੇ ਹਨ ਫਾਰ ਦੀ ਟਾਈਮਿੰਗ, ਭਾਵੇਂ ਭੁੱਲਣ। ਪਰ ਮੈਂ ਸਮਝਦਾ ਵੀ ਸਿੱਖਾਂ ਕੋਲ ਇਸ ਵੇਲੇ ਵੱਡਾ ਮਸਲਾ ਹੋਰ ਹੈ। ਵੱਡਾ ਮਸਲਾ ਇਹ ਹੈ ਵੀ ਆਪਣੇ ਧਰਮ ਨੂੰ ਕਿਵੇਂ ਬਚਾਇਆ ਜਾਏ, ਕਿਉਂਕਿ ਸਿੱਖ ਧਰਮ ਵਿੱਚ ਜੋ ਕੁਛ ਕਰਮ ਕਾਂਡ ਸ਼ਾਮਿਲ ਹੋ ਗਿਆ ਹੈ, ਜੋ ਸਿੱਖ ਧਰਮ ਵਿੱਚ ਵਿਅਕਤੀ ਪੂਜਾ ਜਿਹੜੀ ਆ ਗਈ ਹੈ, ਜੋ ਸਿੱਖ ਇਖਲਾਕ ਗਿਰ ਰਿਹਾ ਹੈ, ਜੋ ਸਾਡੇ ਧਾਰਮਿਕ ਅਦਾਰੇ ਨੇ, ਰਿਲੀਜੀਅਸ ਸੈਂਟਰ ਗੁਰਦੁਆਰੇ ਜਾਂ ਹੋਰ ਨੇ, ਉਹ ਨਿਗਰਦੇ ਜਾ ਰਹੇ ਨੇ, ਉਹ ਇੱਕ ਬਿਜ਼ਨਸ ਸੈਂਟਰ ਬਣਦੇ ਜਾ ਰਹੇ ਨੇ, ਉਹ ਧਾਰਮਿਕ ਕਲੱਬਾਂ ਦਾ ਰੂਪ ਧਾਰਨ ਕਰਦੇ ਜਾ ਰਹੇ ਨੇ। ਇਸ ਹਾਲਤ ਵਿੱਚ ਧਰਮ ਨੂੰ ਇਹਦੇ ਓਰਿਜਿਨਲ ਰੂਪ ਵਿੱਚ ਕਾਇਮ ਰੱਖਣ ਲਈ, ਜੋ ਇਹਦਾ ਅਸਲੀ ਮਕਸਦ ਹੈ, ਲੋਕਾਈ ਦਾ ਭਲਾ ਕਰਨਾ, ਕਿਰਤ ਕਰਨਾ, ਵੰਡ ਛਕਣਾ, ਅਤੇ ਜਿਹੜਾ ਗਰੀਬ ਗੁਰਬੇ ਦੀ ਮਦਦ ਕਰਨਾ, ਇਨਸਾਨੀਅਤ ਵਾਸਤੇ ਰਹਿਣਾ, ਉਹ ਗੌਣ ਹੁੰਦੇ ਜਾ ਰਹੇ ਨੇ। ਉਹਨੂੰ ਕਾਇਮ ਰੱਖਣ ਦਾ ਜਿਹੜਾ ਮਸਲਾ ਜਿਹੜਾ ਉਹ ਨਿਸ਼ਾਨਾ ਇਸ ਲਈ ਪਹਿਲ ਹੋਣਾ ਚਾਹੀਦਾ। ਤੁਹਾਡੇ ਕਹਿਣ ਦਾ ਮਤਲਬ ਇਹ ਹੈਗਾ ਕਿ ਮਸਲੇ ਸਾਰੇ ਹੁੰਦੇ ਨੇ, ਪਰ ਇਹ ਵੇਖ ਰਹੇ ਪ੍ਰਾਇਓਰਟੀ ਕਿਸ ਚੀਜ਼ ਨੂੰ ਆਪਾਂ ਦਿੰਦੇ ਹੈਗੇ ਹਾਂ ਪ੍ਰੈਜੈਂਟਲੀ? ਬਿਲਕੁਲ ਠੀਕ ਹੈ, ਪ੍ਰਾਇਓਰਟੀ ਸਾਡੀ ਜਿਹੜੀ ਹੈ ਉਹ ਇਸ ਵੇਲੇ ਇਹ ਹੈ, ਆਪਣੇ ਆਪ ਦੇ ਸੁਧਾਰ ਕਰਨ ਦੀ ਹੈਗੀ ਹੈ। ਜੇ ਸਰਵਾਈਵਲ ਹੀ ਸਾਡੀ ਨਾ ਰਹੀ, ਸਾਡੇ ਧਰਮ ਦੀ ਅਤੇ ਜਿਹੜੇ ਸਰੂਪ ਦੀ ਸਰਵਾਈਵਲ ਨਾ ਰਹੀ, ਅਤੇ ਰਾਜ ਕਿਹਦੇ ਵਾਸਤੇ ਲਾਂਗੇ? ਇੱਕ ਆਪਣੇ ਕੋਲ ਆਉਂਦੀ ਵੀ ਜਦੋਂ ਸਿੱਖਾਂ ਦਾ ਬਹੁਤ ਘਾਣ ਹੋ ਗਿਆ 18ਵੀਂ ਸਦੀ ਵਿੱਚ, ਅਤੇ ਭਾਵੇਂ ਹੈ ਤਾਂ ਘਾਣ ਹੀ ਹੋਵੇਗੀ, ਉਹਨਾਂ ਨੇ ਅਰਦਾਸ ਕੀਤੀ ਵੀ ਹੇ ਅਕਾਲ ਪੁਰਖ, ਹੇ ਗੁਰੂ ਗੋਬਿੰਦ ਸਿੰਘ, ਹੇ ਗੁਰੂ ਨਾਨਕ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹਾਂ, ਪਰ ਜੇ ਸਾਡੀ ਗਿਣਤੀ ਖਤਮ ਹੋ ਗਈ, ਸਾਡਾ ਧਰਮ ਆਬਾਦੀ ਖਤਮ ਹੋ ਗਈ, ਸਾਡਾ ਸਰੂਪ ਖਤਮ ਹੋ ਗਿਆ, ਤਾਂ ਤੇਰਾ ਗ੍ਰੰਥ ਕੌਣ ਮੰਨੇਗਾ? ਤੂੰ ਆਪਣੇ ਗ੍ਰੰਥ ਨੂੰ ਮਨਾਉਣਾ ਹੈ ਤਾਂ ਸਾਡੀ ਹੋਂਦ ਬਚਾ। ਉਹ ਸਿਚੁਏਸ਼ਨ ਜਿਹੜੀ ਹੈ ਉਹ ਇੱਕ ਰੂਪ ਵਿੱਚ ਹੁਣ ਇਸ ਦੇ ਸਾਹਮਣੇ ਆਈ ਹੈ ਵੀ ਜੇ ਗੁਰੂ ਗ੍ਰੰਥ ਸਾਹਿਬ ਨੂੰ ਮਨਾਉਣਾ ਹੈ, ਗੁਰੂ ਗ੍ਰੰਥ ਸਾਹਿਬ ਦੇ ਫਿਲਾਸਫੀ ਦਾ ਪ੍ਰਚਾਰ ਕਰਨਾ ਹੈ, ਤਾਂ ਸਿੱਖੀ ਸਰੂਪ ਜਿਹੜਾ ਹੈ, ਫਿਜ਼ੀਕਲ ਸਰੂਪ ਹੈ, ਔਰ ਇਖਲਾਕ ਜੋ ਹੈ, ਸਿੱਖ ਜੀਵਨ ਜਾਂਚ ਹੈ, ਉਸ ਨੂੰ ਬਚਾਉਣਾ ਜਿਹੜਾ ਹੈ, ਇਸ ਦੇ ਸਾਡੀ ਪ੍ਰਾਇਓਰਟੀ ਹੈ। ਅਤੇ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਹੋ, ਦਰਸ਼ਕਾਂ ਨਾਲ ਅਲੱਗ ਅਲੱਗ ਵਿਸ਼ਿਆਂ 'ਤੇ ਬੜੀ ਵਿਸਤਾਰ ਨਾਲ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ। ਤੁਹਾਡਾ ਬਹੁਤ ਬਹੁਤ ਜਾਣਕਾਰੀ 'ਤੇ ਤੁਹਾਡੇ ਕੋਲ ਹੋਰ ਵੀ ਬਹੁਤ ਸੀ, ਬਹੁਤ ਸਾਰੇ ਮਸਲੇ ਸੀ ਜਿਨ੍ਹਾਂ 'ਤੇ ਤੁਸੀਂ ਬੋਲ ਸਕਦੇ ਸੀ, ਪਰ ਲਿਮਿਟਡ ਰੱਖਿਆ ਸਮੇਂ ਦੀ ਜਿਹੜੀ ਹੈ ਜਾਗਤ ਨੂੰ ਪਛਾਣਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਸ਼ੁਕਰੀਆ ਕਿ ਤੁਸੀਂ ਸਿੰਗਰ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਵਾਹਿਗੁਰੂ ਜੀ ਕੀ ਫਤਿਹ।